ਕਹਿੰਦੇ ਓਏ ਜੱਟ ਦਾ ਮੁੰਡਾ ਮੈਂ ਕਿਹਾ ਹਾਂ ਜੀ ਕਿਦਾ ਇੰਨਾ ਨਾ ਝੋਕ ਜੇ ਜੱਟਾਂ ਦਾ ਮੈਂ ਵੀ ਜੱਟ ਆ ਬਾਦਲ ਨਾਲ ਦੋਸਤੀ ਇੱਥੋਂ ਪਈ ਏ ਜਿੱਦੋਂ ਮੈਂ ਦੂਜੀ ਵਾਰੀ ਮੈਂ ਟ੍ਰੈਕਟਰ ਲੈਣ ਲੱਗਾ ਉਦੋਂ ਬਾਦਲ ਸਾਹਿਬ ਉਦੋਂ ਤਿੱਕਰ ਮੇਰੇ ਖਿਲਾਫ ਹੋ ਚੁੱਕਾ ਸੀ 85 ਤੱਕ 85 ਪੂਰਾ ਬਹੁਤ ਚੰਗੇ ਬੰਦੇ ਸੀ ਤੌੜਾ ਸਾਹਿਬ ਤਲਵੰਡੀ ਸਾਹਿਬ ਬਹੁਤ ਚੰਗੇ ਬੰਦੇ ਇਹ ਫਿਰ ਬੰਦੇ ਆ ਕਿ ਸੁਖਜਿੰਦਰ ਸਿੰਘ ਹਰਾ ਸਾਹਿਬ ਦੇ ਪਿਤਾ ਜੀ ਇਹਨਾਂ ਦਾ ਦਸਕ ਬੰਦਿਆਂ ਦਾ ਗੁਰੂ ਤੁਸੀਂ ਇਹ ਬਾਦਲ ਸਾਹਿਬ ਨੂੰ ਟਿਕਟ ਦੇਣਾ ਨਹੀਂ ਜੀ ਹੋਵੇ ਬਾਦਲ ਨੂੰ ਟਿਕਟਾ ਹੀ ਨਾ ਮਿਲੀਆਂ ਤੇ ਉਹਨਾਂ ਨੇ ਬਰਨਾਲੇ ਨੇ ਤੇ ਬਲਵੰਤ ਸਿੰਘ ਨੇ ਇਹਨੂੰ ਖੁੰਝੇ ਲਾਤਾ ਬਾਦਲ ਸਾਹਿਬ 11 ਜਾ ਕੇ ਸ਼੍ਰੋਮਣੀ ਕਾਲੀ ਦਲ ਤੁਸੀਂ ਦੁਬਾਰਾ ਜੁਆਇਨ ਕਰ ਲੈਨੇ ਹੋ 12 ਤੁਸੀਂ ਚੋਣ ਲੜਦੇ ਹੋ ਮੋਹਾਲੀ ਦੀ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਕਿਉਂ ਚੋਣ 'ਚ ਹਾਰਿਆ ਨਹੀਂ ਸੀ ਮੈਨੂੰ ਹਰਾਇਆ ਗਿਆ। ਕਿਉਂ ਮਾਰਾਇਆ ਠੋਕੇ। ਜੁਨਾਦਵੀ ਯਾਣਾ ਤੁਹਾਡੋਂ ਪਾਸੋਂ ਜਦੋਂ ਤੁਸੀਂ ਸ਼ਰਮਣੀ ਕਾਲੀ ਦਲ ਜੁਆਇਨ ਕਰਦੇ ਹੋ। ਤੁਸੀਂ ਕਹਿੰਦੇ ਸੀ ਸੁਖਵੀਰ ਸਿੰਘ ਬਾਦਲ ਨਹੀਂ ਮੈਂ ਤਾਂ ਸੂਰਵੀਰ ਸਿੰਘ ਬਾਦਲ ਗੁਜਰਤੀ ਇਹ ਵੀ ਕਹਿਣਾ ਪੈਂਦਾ ਹੈ। ਕਈ ਵਾਰੀ ਜਦੋਂ ਆਨੰਦਕਾਰ ਦੀ ਹੋ ਜਾਂਦਾ ਫਿਰ ਕਾਣੇ ਜੀ ਨੂੰ ਕਹਿੰਦੇ ਇਹਦੀ ਨਿਕਰ ਤਾਂ ਚੰਦ ਨੂੰ ਵੇਹਦੀ ਹੈ ਕਹਿਣਾ ਹੀ ਪੈਂਦਾ ਹੈ। ਆਸੀਂ ਬਾਦਲ ਨੂੰ ਤੁਸੀਂ ਕਹਿੰਦੇ ਸੀ ਇਹ ਐਸਾ ਪ੍ਰਕਾਸ਼ਾ ਜੀ ਨੇ ਪੂਰੇ ਪੰਜਾਬ 'ਚ ਚਾਨਣ ਕਰ ਦੇਣਾ ਥੋੜੀ ਜੀ ਇਹ ਚਾੜ ਦੇ ਭੁੱਖੇ ਹਨ ਤੂੰ ਆ ਬਾਦਲ ਸਕਦੋਂ ਨੇ ਕਿ ਅਸੀਂ ਵੀ ਤਾਂ ਮਾਰ ਰਹੇ ਹਾਂ ਅਸੀਂ ਜਿਹੜੇ ਉਹਨਾਂ ਨੂੰ ਬੜੇ ਦੇ ਪਾਸੇ ਦੋ ਭਾਸ਼ਣ ਦਿੱਤੇ ਇਹ ਕਿ ਬੜਾ ਮਸ਼ਹੂਰ ਆ ਬਲ ਸਾਹਿਬ ਬਾਰੇ ਕਹਿੰਦੇ ਵੀ ਬੰਦਾ ਉਹਨਾਂ ਦੇ ਘੇਰੇ 'ਚੋਂ ਬਚ ਨਹੀਂ ਸਕਦਾ ਮਤਲਬ ਤੁਸੀਂ ਉਸ ਘੇਰੇ 'ਚੋਂ ਕਿਵੇਂ ਲੰਘੇ ਤੇ ਮੈਂ ਕਿਹੜਾ ਕੱਚਾ ਹਾਂ ਪਰ ਸੱ ਕੱਲਪਤ ਕਦੇ ਹੋਈ ਬਦਲ ਸਾਹਿਬ ਨਾਲ ਉਹਨਾਂ ਦੇ ਆਪ ਦੇ ਮੰਜੇ ਦੀ ਦੌਣ ਢਿੱਲੀ ਹੋਈ ਪਈ ਹੈ ਹੈ ਹੀ ਕੁਛ ਨਹੀਂ ਕਿਸ ਨੇ ਕਿਹਾ ਕਿ ਅਗ ਬੱਚਾ ਛੜਦਾ ਨਹੀਂ ਮਾਰਦਾ ਇਹ ਆਪ ਦੀ ਸਹੇਲੀ ਨੂੰ ਉਹ ਤੇ ਬਹਿਣ ਗਈ ਸੀ ਰੰਡੀ ਹੋ ਗਈ ਸੀ ਉਹ ਕਹਿੰਦੀ ਆ ਜਾ ਭੈਣੇ ਰੰਡੀ ਇਹਨੇ ਕੀਤੀ ਹੈ ਹੈ ਦੀ ਛੜਨੇ ਜੇ ਸਿੱਖ ਪੰਥ ਦੀ ਦੁਰਦਸ਼ਾ ਕੀਤੀ ਹੈ ਤਾਂ ਉਹ ਦੋ ਗੱਲਾਂ ਨਹੀਂ ਕੀਤੀ ਹੈ ਗੁਰੂ ਗਵਰ ਸਿੰਘ ਨੇ ਪਰਿਵਾਰ ਵਾਰ ਕੇ ਸਿੱਖੀ ਧਰੂਤਾਰੇ ਤੋਂ ਉੱਚੀ ਬਣਾਈ ਸੀ ਬਾਦਲ ਨੇ ਪਰਿਵਾਰਵਾਦ ਲਿਆ ਕੇ ਸਿੱਖੀ ਪਤਾਲਾਂ ਜਿੰਨੀ ਖੂਹ ਚ ਢਿੱਡ ਤਾਡੇ ਨਾ ਪੋਲੀਟਿਕਲ ਮੂਵ ਜਿਹੜੇ ਰਹੇ ਆ ਬਹੁਤ ਸਾਇਲੈਂਟ ਤੇ ਸਰਪ੍ਰਾਈਜ਼ਡ ਰਹੇ ਆ ਤੁਸੀਂ ਇਲਮ ਤੱਕ ਨਹੀਂ ਹੋਣ ਦਿੱਤਾ ਬਾਲ ਸਾਹਿਬ ਨੂੰ ਜਦੋਂ ਇਧਰੋਂ ਤੁਸੀਂ ਕਾਲੀਵਾਲ ਤੋਂ ਉਧਰ ਦੂਜੇ ਪਾਸੇ ਜਾ ਰਹੇ ਯਾਰ ਮੈਂ ਤਾਂ ਮੇਰੇ ਕੋਲ ਲੱਗਦੀ ਹਵਾ ਨੂੰ ਵੀ ਪਤਾ ਲੱਗਣੇ ਦਿੱਤਾ ਨਹੀਂ ਇਹ ਤਾਂ ਜਾ ਕੇ ਬਾਦਲ ਦਾ ਪੈਰ ਫੜ ਸਕਦਾ ਹੈ ਦਿਆਂ ਕਰੋਗੀ ਐਤ ਕੀ ਰਹਿਣ ਜੋ ਗਾਹ ਨੂੰ ਭਾਵੇਂ ਚਾਰ ਮਹੀਨੇ ਦੇ ਦੇ ਕਿਸੇ ਨੂੰ ਕੰਨੋਂ ਕਨ ਖਬਰ ਤੱਕ ਨਹੀਂ ਹੋઈ ਨਹੀਂ ਸਕਦੀ ਤੁਸੀਂ ਜਾ ਕੇ ਯੂਪੀ ਸੋਚ ਲੈ ਬਿਲਕੁਲ ਤੇ ਇੱਥੇ ਬਾਦਲ ਸਾਹਿਬ ਨੂੰ ਜਦੋਂ ਮੈਂ ਸੋਚੋ ਕੇ ਰਹੀ ਸੀ ਉਹਨਾਂ ਦੇ ਗੱਲਵੇਂ ਦੱਸਦੇ ਬਾਦਲ ਸਾਹਿਬ ਕਹਿੰਦੇ ਇਹ ਕੀ ਕਰੀ ਜਾਂਦਾ ਇੱਥੇ ਉਹ ਇੱਕ ਕਹਿੰਦਾ ਜੀ ਇਹ ਤਾਂ ਮਨਿਸਟਰ ਬਣ ਗਿਆ ਰਾਮਵਾਲੀਆ ਕਹਿੰਦਾ ਅਜੇ ਨਾ ਦੇਖੋ ਸ਼ਕਲ ਤਾਂ ਨਹੀਂ ਮਿਲਦੀ ਕਿਉਂ ਕਹਿੰਦਾ ਦੇਖੋ ਉਹ ਕਹਿੰਦੇ ਜੀ ਉਹੀ ਹੈ ਉਹਨੇ ਕਿਹਾ ਮੈਂ ਰਾਮੂ ਵਾਲੀਆ ਕਿ ਹੈ ਵੀਰੇ ਮੰਤਰੀ ਦੀ ਸੋਹ ਖਾਨਾ ਕਹਿੰਦਾ ਇਹ ਕਿਵੇਂ ਬਣ ਗਿਆ ਉਹ ਬਾਹਰ ਆ ਕੇ ਕਹਿੰਦਾ ਤੰਬੂ ਜੀ ਕਹਿੰਦਾ ਮੁੰਡਾ ਕਹਿੰਦਾ ਹਾਂ ਤਾਂ ਜਿਆ ਨਜ਼ਾਰਾ ਆ ਗਿਆ ਬਾਦਲ ਸਾਹਿਬ ਦੇਰਾ ਬੁਰਕੀ ਨਹੀਂ ਲੰਗੀ ਦੂਆ ਕਹਿੰਦਾ ਬੁਰਕੀ ਨਾਗੇ ਕਹਿੰਦਾ ਉਹਦੇ ਪਾਣੀ ਨਹੀਂ ਲੰਘਿਆ ਵੀ ਸ਼ਰੀਕ ਬਣ ਗਿਆ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਤੁਸੀਂ ਵੇਖ ਰਹੇ ਹੋ ਅੱਖਰ ਦਾ ਖਾਸ ਪ੍ਰੋਗਰਾਮ ਪੁਰਾਣੇ ਖੁੰਡ ਇਸ ਪ੍ਰੋਗਰਾਮ ਦੇ ਵਿੱਚ ਅੱਜ ਪੰਜਾਬ ਦੀ ਸਿਆਸਤ ਦੇ ਪੁਰਾਣੇ ਖੁੰਡ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਨਾਲ ਨੇ ਮੁਲਾਕਾਤ ਅੱਜ ਉਹਨਾਂ ਨਾਲ ਕਰਾਵਾਂਗੇ ਤੇ ਗੱਲਾਂ ਕਰਾਂਗੇ ਉਹਨਾਂ ਦੇ ਸਿਆਸੀ ਸਫ਼ਰ ਬਾਰੇ ਤੇ ਪੂਰੀ ਜ਼ਿੰਦਗੀ ਰਾਮੂ ਵਾਲੀਆ ਦੀ ਸ਼ੁਰੂ ਤੋਂ ਲੈ ਕੇ ਜੋ ਸੰਘਰਸ਼ ਉਹਨਾਂ ਨੇ ਕੀਤਾ ਉਸ ਤੋਂ ਲੈ ਕੇ ਅੱਜ ਤੱਕ ਰਾਮੂ ਵਾਲੀਆ ਨੇ ਆਪਣੀ ਜ਼ਿੰਦਗੀ 'ਚ ਕਿਹੜੇ ਉਤਰਾਅ ਚੜ੍ਹਾਅ ਵੇਖੇ ਕਿਹੜੀਆਂ ਉਹਨਾਂ ਨੂੰ ਚੁਣੌਤੀਆਂ ਸੀ ਤੇ ਕਿਹੜੀਆਂ ਮੁਸ਼ਕਲਾਂ ਦਾ ਉਹ ਸਾਹਮਣਾ ਕਰਕੇ ਇਸ ਮੁਕਾਮ ਤੇ ਪਹੁੰਚੇ ਨੇ ਸੋ ਮੇਰੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਗਗਨ ਸਾਹਿਬ ਤੇ ਅਖਰ ਤੁਹਾਡਾ ਪ੍ਰੋਗਰਾਮ ਹੈ ਇਹਦੀ ਬਹੁਤ ਹਾਂ ਪੱਖੀ ਤੇ ਸਫਤਾ ਭਰੀ ਲੱਗਾ ਹੈ ਸ਼ੁਕਰੀਆ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੇਰੇ ਕੋਲੇ ਦਰਸ਼ਨ ਦਿੱਤੇ ਹੈ ਤੇ ਮੈਂ ਇਹਦੇ ਰਾਹੀਂ ਤੁਹਾਡੇ ਦੁਨੀਆ ਭਰ ਵਿੱਚ ਫੈਲੇ ਦਰਸ਼ਕਾਂ ਦੇ ਦਰਸ਼ਨ ਕਰ ਰਿਹਾ ਹਾਂ ਅਜਰਾ ਮੌਲੇ ਸਭ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਤੁਹਾਡੀ ਜਰਨੀ ਤੇ ਇਹ ਗੱਲਬਾਤ ਤਾਂ ਖੁੱਲੀ ਤੇ ਇਹ ਚ ਕੋਈ ਇੰਟਰਵਿਊ ਨਹੀਂ ਬਹੁਤੇ ਸਵਾਲ ਜਵਾਬ ਨਹੀਂ ਇਹ ਸਿਰਫ ਤੁਹਾਡੀ ਜਰਨੀ ਤੇ ਗੱਲਾਂ ਬਾਤਾਂ ਹੋਣਗੀਆਂ ਸੋ ਆਪਾਂ ਖੁੱਲ ਕੇ ਗੱਲਾਂ ਬਾਤਾਂ ਤੁਹਾਡੇ ਉਹ ਵੀ ਪੱਖ ਜਿਹੜੇ ਤੁਸੀਂ ਸ਼ਾਇਦ ਕਦੇ ਰਹਿ ਗਏ ਹੋਣਗੇ ਤੁਸੀਂ ਸਾਹਮਣੇ ਨਹੀਂ ਰੱਖ ਸਕੇ ਆਪਣੀ ਜ਼ਿੰਦਗੀ ਦੇ ਉਹ ਪੱਖ ਵੀ ਅੱਜ ਤੁਸੀਂ ਸਾਹਮਣੇ ਰੱਖਿਓ ਤੁਹਾਨੂੰ ਸੁਣਨ ਵਾਲਿਆਂ ਦੇ ਤੇ ਮੈਂ ਸ਼ੁਰੂ ਇੱਥੋਂ ਹੀ ਕਰੂੰਗਾ ਰਾਮੂ ਵਾਲੀ ਸਭ ਤੁਹਾਡਾ ਜਨਮ ਇੱਕ ਕੁਇਸ਼ਰ ਪਰਿਵਾਰ ਦੇ ਵਿੱਚ ਕਰਨੈਲ ਸਿੰਘ ਰਾਮੂ ਵਾਲੀ ਜਿਹੜੇ ਕੁਇਸ਼ਰ ਸੀਗੇ ਸੋ ਜਨਮ ਤੋਂ ਲੈ ਕੇ ਅੱਜ ਤੱਕ ਰਾਮੂ ਵਾਲੀਆ ਦੀ ਜਿਵੇਂ ਪੁੱਛਾਂ ਛੋਟੇ-ਮੋਟੇ ਸ਼ਬਦਾਂ 'ਚ ਕਿਹੋ ਜੀ ਜਰਨੀ ਰਹੀ ਹੈ ਦੇਖੋ ਮੇਰਾ ਜਨਮ ਪੰਜਾਬ ਦੇ ਦੇਸ਼ ਭਾਰਤ ਦੇ ਪੰਜਾਬੀਆਂ ਦੇ ਬਹੁਤ ਹਰਮਨ ਪਿਆਰੇ ਕਵੀਸ਼ਰ ਕਰਨੈਲ ਸਿੰਘ 파ਰਸ ਰਾਮੂ ਵਾਲੀਆ ਦੇ ਘਰ ਹੋਇਆ ਜੀ ਉਹਨਾਂ ਦਾ ਜੱਥਾ ਸੀ ਰਣਜੀਤ ਸਿੰਘ ਸਿੱਧਮਾਨ ਤੇ ਚੰਦ ਸਿੰਘ ਜੰਡੀ ਮੇਰਾ ਖਿਆਲ ਹੈ ਉੱਠਾ ਘੋੜਿਆਂ ਉੱਤੇ ਤੇ ਨੇੜੇ ਤੁਰ ਕੇ 6 6 7 7 ਕਿਲੋਮੀਟਰ ਤੋਂ 1950 51 52 ਚ ਤੇ 47 ਤੋਂ ਪਹਿਲਾਂ ਲਾਇਲਪੁਰ ਦੇ ਉਹਨਾਂ ਨੂੰ ਲੋਕ ਸੁਣਨ ਆਉਂਦੇ ਸੀ ਤੇ ਉਹ ਬਸ 19 ਸਾਲ ਦੀ ਉਮਰ ਤਾਈ ਮੇਰੇ ਪਿਤਾ ਜੀ ਅਨਪੜ੍ਹ ਸੀ ਫਿਰ ਉਹ ਉਰਦੂ ਹਿੰਦੀ ਪੰਜਾਬੀ ਤਿੰਨ ਜ਼ਬਾਨਾਂ ਪੜ੍ਹ ਗਿਆ ਅੰਗਰੇਜ਼ੀ ਉਹਨਾਂ ਨੂੰ ਆਉਂਦੀ ਨਹੀਂ ਸੀ ਜੀ ਉਹਨਾਂ ਨੇ ਪੜ੍ਹਿਆ ਸਕੂਲ ਤੋਂ ਬਿਨਾ 19 ਸਾਲ ਦੀ ਉਮਰ ਤੇ ਮੰਜਾਂ ਨੂੰ ਪੱਠੇ ਪੜ੍ਹਦੇ ਨੂੰ ਹੋਣ ਜਾਂਦੇ ਸੀ ਜੀ ਤੇ ਵਿਆਹ ਹੋਇਆ ਨਹੀਂ ਸੀ ਤੇ ਜਿਹੜੇ ਬੱਚੇ ਪੜ੍ਹਦੇ ਸੀ ਉਹਦੇ ਕੋਲ ਸਕੂਲ ਤੋਂ ਉਹਨਾਂ ਕੋਲੋਂ ਕਾਇਦਾ ਲੈ ਕੇ ਐ ਪੜ੍ਹੇ ਮੈਂ 1957 ਦੇ ਐ ਮੈਟ੍ਰਿਕ ਪਾਸ ਕੀਤੀ ਐ 14 ਸਾਲ ਦੀ ਉਮਰ 'ਚ ਸਭ ਪੌਣੇ 15 'ਚ ਤਾਂ ਮੈਂ ਬੁੱਟਰ ਪੜ੍ਹੇ ਐ RAMU ਵਾਲੇ ਪੜ੍ਹੇ ਬੁੱਟਰ ਵੀ ਬੁੱਟਰ ਕਲਾ ਅਸੀਂ ਸਾਡੇ ਪਿੰਡ ਦੇ 15 ਮੁੰਡੇ RAMU ਵਾਲਿਆਂ ਬੁੱਟਰ ਪਹਿਲਾਂ ਪੜ੍ਹਨ ਲੱਗੇ ਉਹਦੇ 'ਚ ਅਸੀਂ 13 ਮੁੰਡੇ ਜੱਟਾਂ ਦੇ ਸੀ ਸਾਰੇ ਗੱਲ ਸੀ ਸਾਡਾ ਗੋਤ ਗੱਲ ਹੈ ਸਾਰੇ ਪਿੰਡ ਦਾ ਤੇ ਇੱਕ ਮੁੰਡਾ ਬਾਣੀਆਂ ਦਾ ਚੇਮਨ ਲਾਲ ਉਹ ਸੁਰਗ ਵੱਸ ਹੋ ਗਿਆ ਆਤਮਾਰਾਮ ਦਾ ਮੁੰਡਾ ਉਹ ਵੀ ਸੁਰਗ ਵੱਸ ਹੋ ਗਿਆ ਦੋ ਤੇ ਇੱਕ ਮੁੰਡਾ ਉਹ 300 ਦੀ ਇੱਕ ਮੁੰਡਾ ਸਰਬਣ ਸਿਓ ਉਹ ਚਾਚੇ ਦੌਲਤ ਸੌਂਦਾ ਉਹ ਮذਬੀ ਸਿੱਖਾਂ ਦਾ ਮੁੰਡਾ ਸੀ ਬਾਣੀਆਂ ਦੇ ਮੁੰਡੇ ਦੇ ਇਕੱਲੇ ਕੋਲੇ ਬੂਟ ਹੁੰਦੇ ਸੀ ਅਸੀਂ ਸਾਰੇ ਜਣੇ ਨੰਗੇ ਪੈਣੀ ਸਾਢੇ 6 ਕਿਲੋਮੀਟਰ ਜਾਂਦੇ ਸਾਢੇ 6 ਆਉਂਦੇ ਤੇ ਝੋਲਿਆਂ ਜਿਹੜੇ ਲੰਮੇ ਜਿਹੇ ਝੋਲੇ ਹੁੰਦੇ ਸੀ ਉਹ ਚ ਰੋਟੀਆਂ ਘਰੋਂ ਇੱਕ ਇੱਕ ਹੋਰ ਬਣਾ ਲੈਣੀ ਤੇ ਸਾਰਿਆਂ ਨੇ ਕਿਹੜੇ ਵੀ ਕਿਵੇਂ ਆਜੋ ਉਹ ਜੀ ਅਚਾਰ ਹੀ ਹੁੰਦਾ ਸੀ ਜਿੱਥੇ ਖੂਜਾ ਚੱਲਦਾ ਰਹੇ ਤੇ ਉੱਥੇ ਖਾ ਲੈਂਦੇ ਸੀ ਇੱਥੋਂ ਅਸੀਂ ਤੁਰੇ ਝੋਲੇ ਪੜ ਕੇ ਪੜਦੇ ਪੜਦੇ ਫਿਰ ਜਦੋਂ ਇਮਤਿਹਾਨ ਹੋਇਆ ਕੁਦਰਤ ਦਾ ਨਿਯਮ ਹੈ 15 ਮੁੰਡੇ ਸੀ ਪਿੰਡ ਦੇ ਪਰਦੇਸੀ ਤੇ ਜਦੋਂ ਮੈਂ ਤੇ ਮੇਰਾ ਬਾਪੂ ਜੀ ਸਾਈਕਲ ਤੇ ਜਾਂਦੇ ਸੀ ਪੜਨ ਸਹਿਬਾ ਰਿਜ਼ਲਟ ਦੇਖਣ ਮੋਗੇ ਤੇ ਉਹ ਟ੍ਰਿਬਿਊਨ ਅਖਬਾਰ ਉੱਥੇ ਆਉਂਦੇ ਸੋ ਉੱਥੇ ਪੜ ਤੇ ਇੱਕ ਸਾਡੇ ਪਿੰਡ ਦਾ ਦੋਤਾ ਸੀ ਸੀ ਉਹ ਵੀ ਗਿੱਲਾ ਤੇ ਧਰਮੇ ਦਾ ਦੋਤਾ ਉਹ ਸਾਹਮਣੇ ਸਾਈਕਲ ਤੇ ਤੇਜ਼ ਤੇਜ਼ ਦੁਰਿਆਵੇ ਉਹਦੀ ਲੱਗਦੀ ਸੀ ਲੋਦੀ ਕੇ ਗਰਵਚਨ ਨਾ ਗਰਵਚਨ ਵੀ ਪੜਦਾ ਸੀ ਜਦੋਂ ਬਾਪੂ ਜੀ ਮੈਨੂੰ ਕਹਿੰਦੇ ਬਲਵੰਤ ਹੋਏ ਜਦੋਂ ਆਉਂਦਾ ਧਰਮੇ ਦਾ ਦੋਤਾ ਇਹ ਤਾਂ ਪੱਕਾ ਪਾਸ ਹੈ ਪਰ ਕਹਿੰਦਾ ਵਾਪਸੀ ਲੱਗਦਾ ਤਾਂ ਆਇਆ ਕਹਿੰਦਾ ਹਵਾ ਨੂੰ ਗੰਡਾ ਦਿੰਦਾ ਆਉਂਦਾ ਉਹ ਆਇਆ ਸੀ ਮੋਗਿਓਂ ਦੇਖ ਕੇ ਰਿਜ਼ਲਟ ਅਸੀਂ ਮੋਗੇ ਨੂੰ ਚੱਲੇ ਸੀ ਰਿਜ਼ਲਟ ਦੇਖਣ ਮਹਿਰੋਂ ਵਾਲੇ ਛਪੜ ਜੇ ਤੇ ਉਹ ਕਹਿੰਦਾ ਇਹ ਤਾਂ ਪਾਸ ਹੈ ਜਦੋਂ ਨੇੜੇ ਆਇਆ ਉਹ ਕਹਿੰਦਾ ਉਹ ਪਾਰ ਪਾਸ ਹੈ ਵਾਪਸੀ ਕਹਿੰਦੇ ਕਹਿੰਦਾ ਮਾਮਾ ਮੈਂ ਤਾਂ ਫੇਲ ਐ ਫੇਰ ਲੋਧੀ ਕੇ ਜਾਗਰ ਕਾ ਬਚਨ ਵੀ ਐ ਉਹਨੂੰ ਆਪਦੇ ਫੋਨ ਤੇ ਵਾਪਸੀ ਕਹਿੰਦੇ ਪਰ ਪਾਸ ਕੋਣ ਹੈ ਥੋੜਾ ਬਲਵੰਤ ਕੱਲਾ ਹੀ ਪਾਸ ਹੈ ਸਾਡੇ 15 ਚੋਂ ਪਹਿਮੇ ਕਹਿੰਦੇ ਤੁਹਾਨੂੰ ਦੱਸ ਮੈਂ ਕਿ ਉਹ ਪੂਰੇ ਗਰੁੱਪ ਸੀ ਜਿਹੜਾ 15 ਦੇ ਗਰੁੱਪ ਜੀ ਮੈਂ ਇਕੱਲਾ ਪਾਸ ਹੋ 15 ਦੇ ਗਰੁੱਪ ਚੋਂ ਇਕੱਲੇ ਪਾਸ ਹੋ ਗਿਆ ਅੱਛਾ ਤਾਂ ਫੇਲ ਹੋ ਗਏ ਅੱਛਾ ਅੱਛਾ ਉਹ ਕਰਦੇ ਕਰਦੇ ਬਾਪੂ ਜੀ ਨੇ ਮੈਨੂੰ ਉੱਥੇ ਪੜਨ ਲਾਤਾ ਮੋਗੇ ਤੁਹਾਡੇ ਬਾਰੇ ਮੈਨੂੰ ਪਤਾ ਲੱਗਿਆ ਕਿ ਜਿਸ ਤਰ੍ਹਾਂ ਜ਼ਿਆਦਾਤਰ ਜ਼ਿਮੀਂਦਾਰਾਂ ਦੇ ਹੁੰਦਾ ਕਿ ਉਹਨਾਂ ਨੂੰ ਕੀ ਮਿਲਦਾ ਵਿਰਸੇ ਚ ਕਰਜ਼ਾ ਮਿਲਦਾ ਜ਼ਿਆਦਾਤਰ ਮਤਲਬ ਮੇਰੇ ਸੁਣਨ ਚਾਹੀਦਾ ਵੀ ਤੁਹਾਨੂੰ ਵੀ ਕਰਜ਼ਾ ਹੀ ਮਿਲਿਆ ਸੀਗਾ ਸ਼ਾਇਦ ਵੀ ਕਿਹਾ ਕਿ ਨਾ ਤੇ ਮੇਰੀ ਮੰਮਾ ਯਾਦ ਕਰਾਦੀ ਉਹ ਤਾਂ ਕਾਜਾ ਮੇਰਾ ਬਾਪੂ ਜੀ ਕਿਦਾਂ ਉਸੇ ਚਾਹ ਪੀਣ ਲੱਗੇ ਮੈਂ ਅਕਵਾਰ ਵੀ ਸੀਗਾ ਰਿਸ਼ਪਾਲ ਤਾਂ ਛੋਟਾ ਸੀ ਬੜਾ ਚਾਹ ਪੀਣ ਲੱਗੇ ਹਾਂ ਛੋਟਾ ਜੀ ਰਿਸ਼ਪਾਲ ਚਾਹ ਪੀਣ ਲੱਗੇ ਤੇ ਮੈਂ ਕਿਹਾ ਬੇਬੇ ਉਹ ਤਾਂ ਬਾਪੂ ਜੀ ਆ ਬੇਬੇ ਜੀ ਨਹੀਂ ਸੀ ਕਹਿੰਦਾ ਕੋਈ ਵੀ ਜੱਟਾਂ ਦਾ ਮੁੰਡਾ ਜੀ ਨਹੀਂ ਸੀ ਕਹਿੰਦਾ ਦੂਜੇ ਵੀ ਕਹਿੰਦੇ ਲਾਲੇ ਭਾਵੇਂ ਕਹਿੰਦੇ ਹੁਣ ਅਸੀਂ ਨਹੀਂ ਸੀ ਕਹਿੰਦੇ ਜਿੰਨੇ ਤੇ ਮੈਂ ਕਿਹਾ ਬੇਬੇ ਉਹ ਕਿਹਦੀ ਹਾਪਤ ਬਾਟੀਆਂ ਚਾ ਮਿਲਦੀ ਸੀ ਇੰਨੀ ਇੰਨੀ ਬਾਟੀਆਂ ਜੀ ਸੀ ਉਹਨੇ ਚਾਰ ਮਤੀਲੇ ਚਾਪਉਣ ਲਗੀ ਵੱਡਾ ਭਰਾ ਤੋਂ ਤੇ ਐ ਨਹੀਂ ਸੀ ਮੈਂ ਕਿਹਾ ਵੇ ਬਾਪੂ ਰਾਤ ਨਾ ਖੋਣ ਨਹੀਂ ਤੇ ਬੈਠ ਗਿਆ ਇਹ ਗੱਲ ਜਾਨੀ ਮਾਰਚ ਮਹੀਨੇ ਜਿਹੜੀ ਜਦੋਂ ਮੰਜੇ ਬਾਹਰ ਕੱਢ ਲੈਂਦੇ ਸੀ ਤੇ ਮਾਹ ਜੀ ਤੇ ਪਸੂ ਜੇ ਬੰਨੇ ਉੱਥੇ ਬੈਠਾ ਆਇਆ ਕਰੀ ਗਿਆ ਆਇਆ ਕਿੰਨਾ ਕਰ ਫਿਰ ਆਇਆ ਕਰੀ ਗਿਆ ਫਿਰ ਦਾੜੀ ਨੂੰ ਵਟੇ ਜੇ ਦਿੰਦਾ ਰਿਹਾ ਫਿਰ ਸਾਡੇ ਇਧਰਲੇ ਪਾਸੇ ਉਹ ਕੋ ਫਾਪਾ ਫਿਰ ਕਹ ਜੇ ਲੱਗਿਆ ਸੀ ਸਾਹਮਣੇ ਚ ਹੋਰਾਂ ਦੀ ਮੇਰੇ ਕਹਿਣਾ ਚਾਹੀਦਾ ਮੇਰਾ ਸੁਆਜ ਉਹਨਾਂ ਦੀ ਖੁਰਨੀ ਸੀ ਤੇ ਮੈਂ ਫਿਰ ਉਹ ਖੁਰਨੀ ਤੇ ਜਾ ਕੇ ਘੰਟਾ ਬੈਠਾ ਰੇ ਇਸ ਤਰ੍ਹਾਂ ਕਰਦਾ ਕਰਦਾ ਉਹ ਮੇਰੀ ਮਾਂ ਕਹਿੰਦੀ ਤੂੰ ਕਾ ਨੂੰ ਪੋਸ਼ਟਾ ਪੋਟਿਗਾਲ ਦਾ ਪਰ ਨਹੀਂ ਜਾ ਪੋਸ਼ਰ ਨਾ ਪੋਚ ਮੈਂ ਕਿਹਾ ਬੇਬੇ ਫਿਰ ਐਂ ਕਿਉਂ ਕਰੀ ਜਾਂਦਾ ਬਾਪੂ ਮੈਂ ਹੀ ਵੱਡਾ ਸੀ ਮੇ ਤੋਂ ਛੋਟੀ ਭੈਣ ਸੀ ਉਹਦੋਂ ਛੋਟਾ ਅਕਵਾਲ ਸੀ ਉਹਦੀ ਰਛਪਾਲ ਕਰਮੋ ਫਕਰਮ ਜੀ ਮਗਰੋ ਉਹ ਕਹਿਣ ਲੱਗਾ ਬੇਬੇ ਕਹਿੰਦੀ ਬਾਹਣੀਆਂ ਦਾ ਖੂਹ ਆ ਨੰਦ ਕਾ ਮਕਾ ਸਾਹਮਣੀ ਐ ਕਹਿੰਦੀ ਇਹਦੇ ਤੇ ਛਾਲ ਮਾਰ ਕੇ ਮਰੂਗਾ ਮੈਂ ਕਿਹਾ ਬੇਬੇ ਕਰਨਾ ਐ ਰਸੋ ਰਾਮੂ ਵਾਲੀਆ ਕਿ ਵੀਛਰ ਐ ਮਰ ਜੂ ਮੈਂ ਕਿਉਂ ਮਰ ਜੂ ਕਹਿੰਦੀ ਪੈਲੀ ਸਾਰੀ ਸਾਡੇ ਕੋਲ ਵਾਵਾ ਪੈਲੀ ਸੀ ਹੁਣ ਵੀ ਹੈ ਉਹ ਪੈੜੀ ਧੂੜ ਕੋਰ ਤੇ ਡਾਲੇ ਦੇ ਰਾਹ ਤੋਂ 2 2.5 ਕਿਲੋਮੀਟਰ ਤੋਂ ਜਿਹੜੀ ਪੈਈ ਸੀ ਉਹ ਸਾਰੀ 10 ਅੰਨੇ ਵਾਲੀ ਸੀ ਉਹਦੀ ਥਾਂ ਤੇ 16 ਅੰਨੇ ਵਾਲੀ ਪੈੜੀ ਜਿਹੜੇ ਜਾਣ ਦੇ ਮਰਬੇ ਮੰਡੀ ਚ ਉਹਨਾਂ ਨੂੰ ਪਤਾ ਲੱਗ ਜੂ ਉਹ ਕਟਾਲੀ ਤੇ ਨਾਲੇ ਨਿਆਂਈ ਦੇ ਕਟਾਲੀ ਨਾਲੇ ਰਾਮੂ ਵਾਲੇ ਚ ਇੱਕੋ ਖੂਹ ਸੀ ਉਹ ਕਟਾ ਲਿਆ ਅਸੀਂ ਸਾਡੇ ਕਟਾ ਲਿਆ ਬਾਪੂ ਜੀ ਨੇ ਕਿਹਾ ਮੁੰਡੇ ਮੇਰੇ ਜਦੋਂ ਕਮਾਈ ਕਰਨਗੇ ਤੇ ਮਾਸਟਰ ਲੱਗਣਗੇ ਕਮਾਉਣਗੇ ਹਾਂ वो जो बेबे रोई मैं रो पिया कह का तेरा प्यो खूह मरूगा मैं बेबे मैं जम लगे ता ही मैं जब तीन बेबे का ना लिया बहुत औखा माँ याद करनी स्वर्गवास अच्छा वो कह लगे बेबे कह बेबे फिर बापू मर गया तो फिर बस मर के ਪਰ ਆ ਤੇਰਾ ਤੇ ਰੰਭੋ ਪਰ ਆ ਮੀ ਨਾਨ ਕੀ ਤੇ ਤੇਰੇ ਸਿਰ ਤੇ ਕਬੀਲਦਾਰੀ ਆ ਜਾਣੀ ਆਪਦਾ ਜਿਵੇਂ ਕਰਨਾ ਕਰਨਾ ਕਰੀ ਤੇ ਪਿਓ ਤਾਂ ਤੇਰਾ ਮਰਜੂ ਕਿਉਂਕਿ ਪੈਸੇ ਦੇਣੇ 3000 ਰੁਪਇਆ ਮੈਂ ਰੋਂਦਾ ਗਿਆ ਤੇ ਰੋਂਦਾ ਆਇਆ ਸਾਢੇ 6 ਕਿਲੋਮੀਟਰ ਤੇ ਜਦ ਮੈਂ ਆਇਆ ਕਿ ਮੈਂ ਫਿਰ ਬੇਬੇ ਨੂੰ ਜੱਫੀ ਪਾ ਲਈ ਬਾਪੂ ਤਾਂ ਇਹ ਚੱਲੇ ਚੱਲੇ ਗਈ ਸੀ ਆਪਦਾ ਕਿਤੇ ਖਾੜੇ-ਕੂੜੇ ਲਾਉਣ ਇੱਧਰ ਸਦਮਾ ਵੇਟਲ ਤੇ ਬਾਪੂ ਜੀ ਬੇਬੇ ਨੂੰ ਮੈਂ ਕਿਹਾ ਵੇ ਬੇ ਮੈਂ ਰਾਹ ਕੱਢ ਲਿਆ ਤੇ ਤੂੰ ਮੇਰੀ ਮਾਂ ਬਣ ਕੇ ਨਾ ਤੂੰ ਬਾਪੂ ਯੂਰ ਮਨਾਵਿ ਮਰੇ ਨਾਤੇ ਮੈਂ 2-3 ਸਾਲ ਚ ਪੈਸੇ ਲਾ ਦੂੰ 30000 ਰੁਪਇਆ ਮੈਂ ਲਾ ਦੂੰ ਹਮ ਹਮ ਲੇ ਕੀ ਹੋਇ ਕਿੱਥੋਂ ਆਈ ਤਾਕਤ ਉਹ ਕਹਿੰਦੀ ਲਾ ਲਾ ਦੇਗਾ ਤੂੰ ਕਿੱਥੋਂ ਲਾ ਦੇਗਾ ਬਬੇ ਬਬੇ ਤੂੰ ਫਿਕਰ ਨਾ ਕਰ ਮੈਂ ਸਕੀਮ ਬਣਾ ਦੇ ਰੋਂਦਾ ਗਿਆ ਰੋਂਦਾ ਹੈ ਪਿਓ ਥੋੜਾ ਮਰਵਾ ਲੈਣ ਨਾਲੇ ਤੂੰ ਏਟੀ ਮੇਰੀ ਚੰਗੀ ਮਾਂ ਹੈ होंदिया सारियाँ मावं चंग जे गलती करिए तो भूखड़े ना कुटती सी फिर सही रात रोंद रिंदी सड़िया कुट्टी जाती चंगे होंगे बहुत चंगी अच्छा वह करके जी क्यों करेगा मामा आ जाओ बापू जी आ गया मैं क्या बापू जी जी पा गया मैं बापू मरी ना वो पऊ शराब पीती हो कवीशर पीते होंगे <laughs> ਮੈਂ ਕਹਿੰਦਾ ਮੈਂ ਉਸਦੇ ਬਾਪ ਨੂੰ ਮਰ ਜਾਣਾ ਖੂਚ ਡੇਕੇ ਛਾਲ ਮਾਰਨੀ ਹੈ ਕਹਿੰਦਾ ਤੈਨੂੰ ਕੀ ਨਾ ਦੱਸਿਆ ਮੈਂ ਕਿਹਾ ਬੇਬੇ ਨਾਲ ਲੜੂਗਾ ਬਾਈ ਕੋਈ ਇਨੀ ਗਿਮਨੂ ਆਕਲ ਸੀ ਸੀ ਤਾਂ ਮੈਂ 14 ਸਾਲ ਦਾ ਹੁਣ ਇਸ ਪੂਰਾ 14 ਮਾ ਮੁੱਕਣ ਵਾਲਾ ਸੀ ਤੇ ਮੈਂ ਕਿਹਾ ਵੀ ਬੇਬੇ ਨੂੰ ਕੁੱਟੂਗਾ ਮੈਂ ਕਿਹਾ ਮੈਂ ਤਾਂ ਸੱਤ ਚ ਗਿਆ ਸੀਗਾ ਉੱਥੇ ਕੇਰੇ ਹੋਣੀ ਤੇ ਆ ਦਾਰੀ ਹੋਣੀ ਤੇ ਰਾਮਸੋਹ ਬਾਬਾ ਤੇ ਨੱਤਾਂ ਵਾਲੇ ਬੁੜੇ ਇਹ ਸਾਰੇ ਗੱਲਾਂ ਧਰਮੇ ਕੇ ਸਾਰੇ ਗੱਲਾਂ ਕਰਦੇ ਸੀ ਵੀ ਕਰਨੈਲ ਤਾਂ ਮਰੂਗਾ ਇੰਨੇ ਪੈਸੇ 30000 ਕਿਵੇਂ ਲਾਊਂਗਾ ਕੂਕਾ ਦਾ ਬੈਠਾ ਕਿੰਦਾ ਕੋਈ ਨਹੀਂ ਨਾਲ ਹੀ ਮੈਂ ਕਿਹਾ ਮੈਨੂੰ ਕਿ ਕਰੀ ਵਾ ਚੱਲ ਮੈਂ ਵੀ ਗੱਲ ਕਰਨੀ ਤੁਹਾਡੇ ਨਾਲ ਤੇਰੇ ਨਾਲ ਉਹਨੇ ਮੈਨੂੰ ਇਨੀ ਕਿ ਸ਼ਰਾਬ ਪਿਆਦੀ ਆਪੀਨ ਲੱਗਿਆ ਕਿ ਉਹਦੇ ਸਾਰੇ ਜੱਟ ਪਿਆਉਂਦੇ ਸੀ ਉਹਦੇ ਜੁਆਕਾਂ ਨੂੰ ਵੀ ਤੂੰ ਵੀ ਮਾੜੀ ਜੀ ਪੀ ਲੈ ਓਏ ਜਦੋਂ ਪੀਤੀ ਤਾਂ ਮੈਂ ਰੰਗ ਜੇ ਚਾ ਕੇ ਮੈਂ ਜੱਫੀ ਪਾ ਕੇ ਤੇ ਮੂੰਹ ਚੁੰਮਣ ਲੱਗਿਆ ਮੈਂ ਕਿਹਾ ਬਾਪੂ ਬਾਪੂ ਮੈਂ ਤਾਲੀ ਗੱਲ ਹੈ ਖੂਬ ਛਾਰਨਾ ਮਾਰੀ ਮੈਂ ਤੇਰਾ ਤਿੰਨ ਸਾਲਾ ਦੀ ਤੇ ਪੈਸਾ ਪੈਸਾ ਨਾ ਮੋੜਾਂ ਪਰ ਮੈਨੂੰ ਧੱਕਾ ਦੇ ਕੇ ਮਾਰਦੀ ਕਹਿੰਦਾ ਤੂੰ ਕੀ ਕਰ ਦੇਗਾ ਮੈਂ ਕਿਤਾ ਹੀ ਪਿਆ ਬਾਪੂ ਹੂੰ ਕਹਿੰਦਾ ਮੈਂ ਤੇਰੀ ਕਿੰਨੀ ਮੁਝੂਰੀ ਆ ਪਰ ਤੂੰ ਤੋ ਜਾਨਾ ਦਮਦਮੇ ਸਾਹਿਬ ਅੱਧਾ ਮੇਲਾ ਤੇਰੇ ਮਗਰ ਫਿਰਦਾ ਜਦੋਂ ਤੂੰ ਜਾਨਾ ਬਠਿੰਡੇ ਹੱਲ ਹੈ ਜੀ ਆ ਜਿਹੜਾ ਮੁੰਡਾ ਮੱਲਣ ਵਾਲਾ ਮੱਲਣ ਵਾਲਾ ਤੁਹਾਡੇ ਪਿੰਡਾਂ ਆ ਆਕਲੀ ਉਹ ਕलिए ਤੁਹਾਡੇ ਨਾਮ ਕੇ ਜਦ ਉਹਨੇ ਪਿੰਡੀ ਜਾਣਾ ਤੇ ਸਾਰੇ ਪਿੰਡਾਂ ਦੇ ਪਿੰਡ ਤੇ ਉਹਨੂੰ ਸੁਣ ਨਾਉਂਦੇ ਕਿੰਨੀ ਕਿੰਨੀ ਦੂਰ ਤੋਂ ਤੇ ਤੇਰੀ ਲਿਖੀ ਵੀ ਸਹਿਬਜ਼ਾਦੇ ਛੋਟੇ ਪੰਜਵੇਂ ਪਾਤਸ਼ਾਹ ਤਤੀ ਤਵੀ ਤੇ ਕਿਵੇਂ ਬਿਠੇ ਬਿਧੀ ਚੰਦ ਨੇ ਘੋੜੇ ਕਿਵੇਂ ਕੱਢੇ ਤੇ ਬੀਬੀ ਸੁందਰੀ ਜਿਹੜੀ ਸੀ ਉਹਦੇ ਦਾ ਭਰਾ ਬਲਵੰਤ ਨੇ ਮੁਗਲਾਂ ਤੋਂ ਕਿਵੇਂ ਜੰਗ ਲੜ ਕੇ ਛਡਾਈ ਇਹ ਕਹ ਕਾ ਨਵੀਰ ਬਲਵੰਤ ਪਿਆਰੇ ਨੂੰ ਤੇ ਕਿੰਨੇ ਜਿਹੜੇ ਛੰਦ ਹੈ ਇਹ ਮੈਂ ਤੇ ਇੱਕ ਵਾਰ ਰਿਸ਼ਪਾਲ ਕੀਤੇ ਕਰ ਲਾਂਗੇ ਛੋਟੇ ਭਰਾ ਅਸੀਂ ਤੁਹਾਨੂੰ ਜਿਹੜੇ ਸੱਦ ਲੈ ਆਉਂਦੇ ਖਾੜੇ ਲੈਣ ਉਹ ਕਹਿੰਦੇ ਜੇ ਕਰਨੈਲ ਸੋਨੇ ਜਾਣਾ ਤਾਂ ਰੁਪਈਏ 80 ਲੱਗਣ ਮੈਂ ਕਿਹਾ ਅਸੀਂ ਤੁਹਾਨੂੰ ਉਹਦਾ ਰੇਟ 80 ਰੁਪਈਏ ਖਾੜੇ ਦਾ ਸੀ ਇੱਕ ਦਾ ਤੁਹਾਡੇ ਬਾਪੂ ਜੀ ਹਾਂ ਉਹਦੇ ਤਿੰਨਾਂ ਦਾ ਰਣਜੀਤ ਸਿੰਘ ਤੇ ਜੰਡੀ ਕਾਂਦਰ ਸਿੰਘ ਤੇ ਰਣਜੀਤ ਸਿੰਘ ਸਿਧਮ ਉਹਨਾਂ ਦਾ ਲੜਕੇ ਸਿੰਦਰਪਾਲ ਸਿੰਘ ਹੈ ਜਿਹੜਾ ਤੇ ਲੋਂਦਾ ਹੈ ਰੇਡੀਓ ਸਟੇਸ਼ਨ ਕੈਨੇਡਾ ਚ ਤੇ ਓ ਜੀ ਮੈਂ ਕਹਿੰਦਾ ਫਿਰ ਬਾਪੂ ਜੀ ਕਹਿੰਦਾ ਕਿਵੇਂ ਮਖ ਅਸੀਂ ਬਚੰਦ ਚੇਤੇ ਕਰ ਲੈਣੇ ਆ ਕਰਕੇ ਤੇ ਜਿਹੜੀ ਸਾਈ ਆਲਾ ਆਇਆ ਇੱਕ ਦਿਨ ਤੇ ਤਿੰਨ ਤਿੰਨ ਚਾਰ ਚਾਰ ਤੇ ਸਾਈ ਦੇਣ ਆਉਂਦੇ ਤੈਨੂੰ ਤੂੰ ਮਸ਼ਹੂਰੀ ਇਹਨੇ ਤੇ ਇੱਕ ਦਿਨ ਅਸੀਂ ਜਾਵੜੇ ਕਰਾਂਗੇ ਕਹਿੰਦਾ ਨਾ ਮੈਂ ਤੁਹਾਨੂੰ ਗਾਉਣ ਨਹੀਂ ਦੇਣਾ ਨਾਲੇ ਤੁਹਾਡੀ ਮਾਂ ਖੂ ਜਿੱਡੂ ਫਿਰ ਜੇ ਤੁਸੀਂ ਗਾਉਣ ਲੱਗੇ ਮੈਂ ਨਹੀਂ ਤੱਕਦਾ ਉਹ ਡਿੱਗੂ ਹੂੰ ਉਹ ਬਾੜੀ ਅਮਰਤਾਰੀ ਤੇ ਸੰਤਸਾ ਉਹ ਸਾਡਾ ਨਾਨਾ ਸੀ ਬੋਪਾ ਰਾਏ ਕਲਾਂ ਤੋਂ ਰਖਵੇ ਕੋਲੇ ਮੁੱਲਾਮੁਰ ਕੋਲੇ ਉਹ ਕਹਿੰਦਾ ਉਹ ਤਾਂ ਸਿੱਖੀ ਤੇ ਨਹੀਂ ਪੱਕੀ ਉਹਨਾਂ ਕਹਿੰਦੇ ਮੇਰੇ ਪੁੱਤ ਗੌਣੂ ਹੱਥ ਲਾ ਜਾਣ ਮੈਂ ਕਹਿੰਦਾ ਇਹ ਤਾਂ ਪਵਾੜਾ ਹੀ ਹੈ ਮੈਂ ਕਿਵਾਰਸ਼ਪਾਲ ਨੂੰ ਲੈ ਲਓ ਵਿਚਾਰੇ ਚੰਗੇ ਮੇਰੇ ਭਰਾ ਉਹਨਾਂ ਨੇ ਅਸੀਂ ਕੱਛੇ ਛੱਡ ਯਾਦ ਕਰ ਲਈ ਜ਼ਬਾਨੀ ਸਾਨੂੰ ਪਹਿਲਾ ਪ੍ਰੋਗਰਾਮ ਮੁੱਕੀ ਗੱਲ ਗੋਲੇ ਵਾਲੇ ਪਿੰਡ ਦਾ ਆ ਗਿਆ ਤੁਹਾਨੂੰ ਖਾਣੋ ਕਿੰਨੇ ਪੈਸੇ ਆਉਂਦੇ ਨੇ ਉਹ ਨਹੀਂ ਉਹਨਾਂ ਦੇ ਬਾਪੂ ਜੀ ਨੂੰ ਉਹ ਕਹਿੰਦੇ 200 ਦੇਵਾਂਗੇ ਤੁਹਾਨੂੰ 120 ਅੱਛਾ ਦੋ ਦੇਣਾ ਦੇ ਘੋਲੇ ਵਾਲਾ ਤੇ ਫਰੀਦਕੋਟ ਘੋਲਿਆ ਅਸੀਂ ਜਦੋਂ ਸਹਿਬਜ਼ਾਦੇ ਉਲਾਏ ਤੇ ਬੁੜੀਆਂ ਐ ਸਾਹਮਣੇ ਕਹਿਣ ਓਵੇਂ ਲੱਗਦੇ ਐ ਰੋ ਰੋਕੇ ਉਹ ਪ੍ਰੋਗਰਾਮ ਵਸਿਆ ਉਹ ਸੰਤਾ ਨੇ ਸਾਨੂੰ 120 ਰੁਪਏ ਪਹਿਲਾਂ ਦੇਤੇ ਤਿੰਨ ਗਲਾਬੀ ਪੱਗਾਂ ਦੇਤੀਆਂ ਲੰਮਾ ਨਹੀਂ ਮੈਂ ਕਰਨਾ ਤੇ ਫਿਰ ਨਾਲ ਹੀ ਉਹਨਾਂ ਨੇ ਸਾਨੂੰ 30 ਰੁਪਏ ਹੋਰ ਦੇਤੇ ਵੀ 10-10 ਰੁਪਏ ਤਿੰਨਾਂ ਨੂੰ ਇਨਾਮ ਮਤਲਬ ਸਾਈਕਲਾਂ ਤੇ ਤੁਸੀਂ ਘਰ ਦਾ ਕਰਜ਼ਾ ਉਤਾਰਨ ਲਈ ਸਾਈਕਲਾਂ ਤੇ ਸਾਈਕਲਾਂ ਤੇ ਖੋਲੇ ਆਲੇ ਗਏ ਹਾਂ ਮੈਂ ਬਈ ਬਲਾ ਮੁਦਗੀ ਗੋਣ ਜਾਂਦੇ ਨਹੀਂ ਹਾਂ ਮਹ ਮੋਦ ਕੀ ਹਾਂ ਅਸੀਂ ਜਾਣਦੇ ਰਾ ਟੈਨ ਟੂ ਨੇ ਕੋਲ ਲੰਕੇਸਰ ਸੱਜੇ ਪਾਸੇ ਨੂੰ ਗੋਲੇ ਵਾਲਾ ਚਲੋ ਉਹਦੀ ਫਿਰ ਜਿਹੜਾ 250 ਰੁਪਏ ਮੇਰੀ ਜੇਬ ਚ ਆ ਗਏ ਤੇ ਮੈਂ ਉੱਪਰ ਪਜਾਮੇ ਦੇ ਨੇਫੇ ਚ ਹੌਲੀ ਹੌਲੀ ਕਰਕੇ ਪਾ ਲਿਆ ਵੀ ਨਿਕਲ ਨਾ ਜਾਵੇ ਤੇ ਮਾੜਾ ਮਾੜਾ ਇਕਬਾਲ ਦੇ ਪਾਸ ਤੇ 30 ਰੁਪਏ 30 ਰੁਪਏ ਦੇ ਬਾਰੇ ਬਾਕੀ ਮੈਂ ਪਾ ਲੇ ਅਸੀਂ ਜਦੋਂ ਘਰੇ ਆਏ ਤੇ ਬੇਬੇ ਨੂੰ ਅਸੀਂ ਕਿਹਾ ਵੀ 100 ਰੁਪਏ ਲੈਂਦੇ ਅਸੀਂ ਉਹ ਕੰਨੇ ਹੋ ਸਿੱਟੂ ਮੈਂ ਤੁਹਾਡੇ ਮੇਰੇ ਕਲੀਪਾ ਸੰਦੂਖ ਨੂੰ ਮੇਰੇ ਭਾਂਡੇ ਇਹ ਮੈਂ ਨਹੀਂ ਲੱਗਣ ਦੇਣੇ ਪਿਓ ਵਾਲਾ ਕੰਮ ਫੜ ਲਿਆ ਭੌਲੀ ਕਰੜੀ ਜੱਤੀ ਸੀ ਮੈਂ ਕਿ ਯਾਰ ਬੜ ਕਮਾਲ ਹੋ ਗਿਆ ਕਿਵੇਂ ਕਰਾਂਗੇ ਮੈਂ ਇਹਨਾਂ ਨੂੰ ਤਾਂ ਵਿਚਾਰੇ ਰਸ਼ਮਾਲ ਕਵਾਲ ਦਾ ਛੋਟੇ ਸੀ ਮੈਂ ਕਿ ਬੇਬੇ ਉਹ ਪੀਪਾ ਪਿਆਟੇ ਵਾਲਾ ਤੁਝੇ ਆਟਾ ਪਾ ਲੈ ਮੈਂ ਤੈਨੂੰ ਪੀਪੇ ਦਾ ਸਵੇਰੇ ਕੁੰਡਾ ਲਵਾਉਂਦਾ ਉਹਦਾ ਕੁੰਡਾ ਮੈਨੂੰ ਦੇ ਦੇ ਮੈਂ ਸੰਦੂਖ ਥੱਲੇ ਰੱਖ ਦੇਣਾ ਇੱਧਰ ਪਿਆ ਜਿਹੜਾ ਹੂੰ ਆ ਮਮਾ ਲਾ ਕੱਡੀ ਦਾਦੀ ਦਾ ਕੁਸਲੂਕ ਕਹਿੰਦੇ ਉਹਦੇ ਥੱਲੇ ਰੱਖ ਲਾ ਤੇ ਆ ਉਹਦੇ ਅੱਧ ਰੱਖੀ ਮੈਂ ਜਿੰਦੀ ਜਿੰਦੀ ਬੁੱਧੂ ਬਾਣੀਆਂ ਸੀਗਾ ਕਿ ਚੇਤਰਾਮ ਬਾਣੀਆਂ ਸੀ ਮੈਂ ਉਹ ਤੋਂ ਜਿੰਦੀ ਜੀ ਲਿਆ ਲਿਆ ਕੇ ਮੈਂ ਲਾ ਕੇ ਤੇ ਬਚਰ 250 ਰੁਪਏ ਰੱਖਦਾ ਤੇ ਫੇਰ ਸਾਨੂੰ ਉਥੋਂ ਇੱਕ ਹੋਰ ਸਾਈ ਹੋਗੀ ਤਲਵੰਡੀ ਜਿਹੜੀ ਭਾਈ ਕੀ ਤਲਵੰਡੀ ਦੇ ਪਏ ਨਾਲ ਹੀ ਪਹਿਲਾ ਸਟੇਸ਼ਨ ਹੈ ਸਲਿਆਣੀ ਅੱਛਾ ਉਥੋਂ ਜਨ ਚੜ੍ਹਨੀ ਸੀ ਬਰਾੜਾਂ ਦੀ ਸਿੰਧੂ ਬਰਾੜਾ ਗੋਲੇ ਵਾਲੇ ਦੇ ਤੇ ਸਾਨੂੰ ਕਹਿੰਦੇ ਵੀ ਖਾੜੇ ਦੇ ਕਿੰਨੇ ਲਵਾਂਗੇ ਮੈਂ ਕਿਹਾ ਵੀ ਅਸੀਂ 60 ਰੁਪਏ ਲਵਾਂਗੇ ਬਾਪੂ ਜੀ ਕਹਿੰਦੇ ਅਸੀਂ ਉਹ ਵੇਲਾ ਨਹੀਂ ਅਸੀਂ ਉੱਥੇ ਸਲਿਆਣੀ ਖਾੜਾ ਲਾਇਆ ਤਿੰਨਾ ਭਰਾਵਾਂ ਨੇ ਬਹੁਤ ਅਸੀਂ ਵਧੀਆ ਗਾਉਂਦੇ ਸੀ ਉਹ ਟੱਡਾ ਵਜਾਉਣੀ ਅਕਬਾਲ ਦਾ ਬੋਲ ਬਹੁਤ ਸੀ ਰਿਸ਼ਪਾਲ ਵਿੱਚ ਵੜ ਜਾਂਦਾ ਸੀ ਗਾਉਂਦੇ ਬਹੁਤ ਵਧੀਆ ਸੀ ਸਾਨੂੰ ਜੀ 165 ਰੁਪਏ ਹੋ ਗਏ ਹੂੰ ਕੀਤੇ 60 ਗੋਲੇਆਂ ਦਾ ਫੇਰ ਸਾਈ ਚਾਰ ਪੰਜ ਦਿਨ ਦੀ ਫੇਰ ਖਾਣਾ ਮਿਲ ਗਿਆ ਮਸ਼ੂਰੀ ਹੋ ਗਈ ਪੂਰੀ ਮਸ਼ੂਰੀ ਪੂਰੀ ਹੋ ਗਈ ਫਿਰ ਉਹ ਦੋ ਕਰਨਾਲ ਦੇ ਮੁੰਡੇ ਰਾਮੂਲੇ ਕਰਨਾਲ ਦੇ ਮੁੰਡੇ ਪਹਿਲੇ ਨਹੀਂ ਪਹਿਲੇ ਹੀ ਸੀ ਪਹਿਲੇ ਤਾਂ ਵੱਡਾ ਸੀ ਜਦੋਂ 165 ਰੁਪਏ ਮੈਂ ਉਦੋਂ 1 ਰੁਪਿਆ ਲੈ ਰੱਖਣਾ ਪੈਂਦਾ ਸੀ ਉਦੋਂ ਮਸ਼ੂਰੀ ਸੀ ਵੀ ਇੱਕ ਤੇਰਾ ਲੱਖੜ ਗਿਆ ਦੂਜਾ ਮੋੜ ਕੇ ਜੇਬ ਚ ਪਾ ਲਾ ਹੁਣ ਤਾਂ ਇਹ ਭਾਈ 5000 ਲੈ ਜਾਂਦੇ ਨੇ ਗਾਉਣ ਵਾਲੇ 10 10000 ਵੀ ਸਿਟੀ ਜਾਂਦੇ ਹਾਂ ਉਦੋਂ ਖੜੇ ਨਦੀ ਜਦੋਂ ਆਏ ਤੇ ਮੈਂ ਕਿਹਾ ਵੀ ਬਹੁਤ ਬਾਪੂ ਜੀ ਨੇ ਕਿਹਾ ਸੀ ਬਹੁਤ ਆਮਾਨਦਾਰ ਰਹਿਣਾ ਰਪਈਆਂ ਚ ਜਿਹਦੇ ਗਏ ਆਖੋ ਜੀ ਮਗ ਜਾ ਤੁਹਾਡੇ ਸਾਰੇ ਆ ਤੁਹਾਡੇ ਐ ਤੇ ਗਿਣ ਲਓ ਉਹਨਾਂ ਨੇ ਗਿਨੇ 165 ਦੇ 166 ਨਿਕਲੇ ਤੇ ਉਹ ਬੋਤਾਲਾ ਕਹਿੰਦਾ ਠੀਕ ਐ ਮੁੰਡਿਓ 60 ਰੱਖ ਲਓ ਬਾਕੀ ਮੈਨੂੰ ਦੇ ਦਿਓ ਅਸੀਂ ਕਹਿੰਦੇ ਗੈਨ ਲੈ ਲਓ ਸਹਾਰ ਜੀ ਸਿਕੋ 60 ਬੜੇ ਤਸਵੀਰੇ ਆਏ ਅਸਰਾ ਮਲੇ ਇਹ ਤੋਂ ਮੈਂ ਆਪਾਂ ਅੱਗੇ ਵਧਦੇ ਆਂ ਇਸ ਤੋਂ ਬਾਅਦ ਫਿਰ ਤੁਸੀਂ ਮਾੜੀ ਮਕਾਦਿਆ ਉਹ ਜੱਟ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਆਪ ਦਾ ਜਿਆ ਗੱਡਾ ਭਰੀ ਜਾਣਾ ਤੇ ਕਵੀਸ਼ਰਾਂ ਤੋਂ ਲੈਣਾ ਨਾਲੇ ਆਪਣੇ ਤਾਂ ਮੁੰਡੇ ਜੱਟਾਂ ਦੇ ਉਹ ਕਹਿੰਦਾ ਕਿਵੇਂ ਕਰਨਾ ਕਹਿੰਦਾ ਪੰਜ ਹੋਰ ਕੱਢ 170 ਦੇ ਇਹਨਾਂ ਨੂੰ ਮੈਂ ਕਹੇ ਜੀ ਮੈਂ ਨਹੀਂ ਲੈਣੇ ਮੈਂ ਬਾਪੂ ਜੀ ਨੇ ਕਿਹਾ ਲੈਣੇ ਨਹੀਂ ਕਿਹਾ ਲੈਣੇ ਪੈਣੇ ਤੈਨੂੰ ਅਸੀਂ ਵੀ ਪੱਕੇ ਅਸੀਂ ਮੈਂ ਕਿਹਾ ਅਸੀਂ ਯਾਰ ਸਾਡੇ ਕੋਲ ਵੀ ਚਾਰ ਸਿਆੜਾ ਕਹਿੰਦਾ ਹੁਣ ਵਾ ਇਹ ਫਿਰ ਪੈਸੇ ਜੁੜ ਗਏ ਤੇ ਪਹਿਲੇ ਸਾਲ 12 ਮਹੀਨੇ ਬਾਅਦ ਮੈਂ 22000 ਰੁਪਇਆ ਲਾਤਾ अच्छा आठ ਲੈ ਗਿਆ ਅਗਲੇ ਸਾਲ ਉਹ ਲਾਦਾ ਅੱਛਾ ਤੁਸੀਂ ਕਹਿੰਦੇ ਸੀ ਮੈਂ 3 ਸਾਲਾਂ ਦੇ 30000 ਲਾ ਦੂੰ ਤੁਸੀਂ ਪਹਿਲੇ ਸਾਲ ਹੀ ਪਈਏ ਹੋਣ ਲਾਗੇ ਭਾਪੀ ਦੀ ਮਸ਼ਹੂਰੀ ਬਾਹੀ ਸੀ ਇੱਕ ਹੀ ਜੱਟਾਂ ਦੀ ਕਮਾਲ ਖੂਏ ਜਦੋਂ ਵਧ ਜਾਣੇ ਰੁਪਈਏ ਹਾਂ ਉਦੋਂ ਮਾੜੀ ਮਾੜੀ ਸ਼ਰਾਬ ਪੀਣ ਲੱਗੇ ਸੀ ਬਰਾਤ ਅਸੀਂ 3 ਦਿਨ ਜਨ ਮੁਰਦੀ ਸੀ ਹਾਂ ਉਹ ਜਦੋਂ ਵਧਣੇ ਤਾਂ ਮਾਲਕ ਨੂੰ ਇਸ ਤਾਂ ਫੜਾਉਣੇ ਵੀ ਆ ਭਾਈ ਤਾਂ ਆ ਪਏ ਤੁਸੀਂ ਕਹਿੰਦੇ ਸਾਡੇ 60 ਦੇ ਦਿਓ ਜਾਂ 50 ਦੇ ਦਿਓ ਤੁਹ ਬਾਕੀ ਤੁਹਾਡੇ ਉਹ ਦੂਜੇ ਨੇ ਕਿਹਾ ਸ਼ਰਮ ਖਾ ਓਏ ਲਗਾ ਪਾਉਣ ਚਲੋ ਫਲਾਣ ਨਦਾਨੇ ਕਿਉਂ ਕੇਰ ਕੇਰੂ ਕਿਉਂ ਤੇ ਪੌਣੇ ਰੋਲਾ ਚੱਲ ਕੇ ਵੀਕ ਵਿਸ਼ਰਾਦ ਰੁਪਈਏ ਲੈ ਲਏ ਨੇ ਉਹ ਕਹਿੰਦੇ ਜੇ ਰੋਲਾ ਪਾਇਓ ਸਾਰੇ ਇਹਨਾਂ ਨੂੰ ਦੇ ਦਿਓ ਅਸੀਂ ਫਿਰ ਅਗਲੇ ਸਾਲ 8000 ਰਹਿੰਦਾ ਸੀ ਮੈਂ 26000 25000 ਹੋਰ ਲਿਆਤਾ ਬਾਪੂ ਜੀ ਫਿਰ ਥਰੇਸ਼ਰ ਲਾ ਲਿਆ ਦਾਣੇ ਕੱਢਣ ਵਾਲੀ ਮਸ਼ੀਨ ਸਾਡੀ ਆਰਥਿਕਤਾ ਤੁਰ ਪਈ ਬਸ ਉਸ ਤੋਂ ਬਾਅਦ ਫਿਰ ਤੁਸੀਂ ਐਜੂਕੇਸ਼ਨ ਵਾਲੇ ਪਾਸੇ ਜਦੋਂ ਤੁਸੀਂ 10ਵੀਂ ਜਮਾਤ ਤੁਸੀਂ ਦੱਸਿਆ ਫਿਰ ਉਹ ਬਾਪੂ ਜੀ ਨੇ ਜਦੋਂ ਅਸੀਂ ਗੌਣ ਲਾਗੇ हां ਤੁਸੀਂ ਕੋਲਜ ਤੁਸੀਂ ਕਹਿੰਦੇ ਮੈਂ ਪਾਸ ਕਰ ਗਿਆ ਮੋਗੇ ਕਾਹਲੇ ਚਲਾ ਗਿਆ ਮੋਗੀ ਕੋਲਜ ਐਮ ਐਕਸ ਨਾ ਇਕਨੋਮਿਕਸ ਵੀ ਤੁਸੀਂ ਕਿੱਥੋਂ ਉਹ ਤੋਂ ਲੁਧਿਆਣੇੋਂ ਕੀਤੀ ਬੀ ਡੀ ਬੀ ਐਡ ਕੀਤੀ ਮੋਗਿਓ ਬੀ ਐ ਮੋਗਿਓ ਬੀ ਐ ਮੋਗਿਓ ਬੀ ਐਡ ਮੋਗਿਓ ਐਮ ਐ ਇਕਨੋਮਿਕਸ ਇਥੋਂ ਐਲ ਐਲ ਬੀ ਪਹਿਲਾਂ ਢੇਰਾ ਦੂਨੋਂ ਇੱਕ ਸਾਲ ਫੇਰ ਮੇਰਟ ਤੋਂ ਦਿੱਲੀ ਤੁਸੀਂ ਜਾ ਕੇ ਵਕੀਲ ਵੀ ਰਹੇ ਹੋ ਸੁਪਰੀਮ ਕੋਰਟ ਦੇ ਫਿਰ ਦਿੱਲੀ ਜਾਣ ਦਾ ਸੁਪਨਾ ਕਿਵੇਂ ਬਣ ਗਿਆ ਸੀਗਾ ਨਹੀਂ ਦਿੱਲੀ ਤਾਂ ਮੈਂ ਜਦੋਂ ਮੇਰੇ ਜਿਹੜੇ ਮੇਰੀ ਪਾਸ਼ਨ ਕਲਾ ਹੈ ਇਹ ਰੱਬ ਹੈ ਹਮ ਸੰਤ ਫਤੇ ਸਿੰਘ ਨੂੰ ਮੈਂ ਕਿਦਨ ਮਿਲਿਆ 2-4 ਵਾਰੀ ਉਹ ਕਹਿੰਦੇ ਕਾਕਾ ਜੇ ਤੂੰ ਪੋਲਿਟਿਕਸ ਜੀ ਆ ਦੇ ਅਸੀਂ ਤੈਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣਾ ਦਿੰਨੇ ਹਮ ਮੈਂ ਕਿਹਾ ਜੀ ਉਹ ਤਾਂ ਬਣ ਨਹੀਂ ਸਕਦਾ ਆਲ ਇੰਡੀਆ ਦਾ ਮੈਂ ਕਿਹਾ ਫਿਰ ਐ ਕਰਦੇ ਮੈਂ ਆ ਵੀ ਤਰੀਕੇ ਤੁਰ ਕੇ ਮੈਂ ਬਹੁਤ ਕੱਢ ਲੈਂਦਾ ਹੁਣਾ ਮੈਂ ਕਿਹਾ ਜੀ ਜਿਵੇਂ ਹੁਣ ਵੀ ਆ ਵਜੀਰ ਵਜੂਰ ਬਣੀਦਾ ਤਰੀਕਿਆਂ ਨੇ ਬਣੀਦਾ ਕਿਸੇ ਪਾਰਟੀ ਚ ਨਹੀਂ ਗਏ ਹੁਣ ਵੀ ਨਹੀਂ ਕਿਸੇ ਪਾਰਟੀ ਚ ਮੈਂ ਕਿਹਾ ਜੀ ਐ ਕਰੋ ਇਹਦਾ ਨਾਸ ਸਿੱਖ ਸਟੂਡੈਂਟ ਫੈਡਰੇਸ਼ਨ ਇਹਦਾ ਮਾਸਟਰ ਤਾਰਾ ਸੋਹਣਾ ਕੋਲੇ ਚਲੀ ਜਾਊਗੀ ਆਪਾਂ ਨਵੀਂ ਬਣਾ ਲੈਨੇ ਆਰ ਇੰਡੀਆ ਸਿੱਖ ਸਟੂਡੈਂਟ ਐਂਡ ਯੂਥ ਫੈਡਰੇਸ਼ਨ ਕਹਿੰਦਾ ਇਹ ਕਿਵੇਂ ਕੀ ਕਰੇਗਾ ਬਖੇ ਮੈਂ ਯੂਥ ਤੇ ਆ ਜਾਊਂਗਾ ਸਟੂਡੈਂਟ ਉਧਰ ਆ ਜਾਣਗੇ ਦੋਨੇ ਇਕੱਠੇ ਹੋ ਜਾਣਗੇ ਕਹਿੰਦਾ ਬਹੁਤ ਤੇਰਾ ਦਿਮਾਗ ਹੈ ਬਈ ਮੈਂ ਫਿਰ ਪ੍ਰਧਾਨ ਬਣ ਗਿਆ ਫਿਰ ਸਾਰੇ ਇੰਡੀਆ ਜਾਣ ਲੱਗੇ ਕਰਦੇ ਕਰਦੇ ਫਿਰ ਜਦੋਂ ਮੋਰਚਾ ਲੱਗਿਆ ਐਮਰਜੈਂਸੀ ਦਾ ਉਦੋਂ ਮੈਂ ਐਲ ਐਲਬੀ ਕਰ ਰਿਆ ਸੀਗਾ ਮੇਰਠ ਮੈਂ ਵਾਹਿਗੁਰੂ ਹਾਜ਼ਰ ਨਰਜ਼ਾਨ ਕੇ ਕਹਿਣਾ ਹੈ ਮੈਂ ਮੈਂ ਸਬਮਿਟ ਹੋ ਜਾਣਾ ਹੈ ਹੋਰ ਕੰਮ ਹੀ ਨਹੀਂ ਮੈਂ ਕੋਈ ਕਰਦਾ ਮੈਂ ਮੇਰਠ ਉੱਤ ਰਿਆ ਸਿੱਧਾ ਮੋਰਚੇ 'ਚ ਸਰਦਾਰ ਮੋਹਨ ਸਿੰਘ ਤੋੜ ਮੈਂ ਉਹਨੂੰ ਰੱਬ ਮੰਨਦਾ ਮੋਹਨ ਸਿੰਘ ਤੋੜ ਨਹੀਂ ਹੋ ਜਾਣੀ ਡਰ ਮੈਂ ਨਾ ਸਿੱਧਾ ਉਹ ਕਹਿੰਦਾ ਬਰਨਦਰ ਸਿੰਘਾ ਮੈਂ ਹਰ ਸੀ ਤੇ ਤੂੰ ਆ ਗਿਆ ਮੁੰਡਾ ਜਾਇਵਨਾ ਤੇ ਸਟੇਜ ਤੇ ਕੰਮ ਕਰਨ ਉਹ ਤੂੰ ਚੰਗਾ ਮੁੰਡਾ ਹੈ ਤੇ ਮੈਂ ਕਹ ਜੀ ਫਿਰ ਤੁਸੀਂ ਮੈਨੂੰ ਕਹਿ ਕਹਦੇ ਹੋ ਕੋਈ ਨਹੀਂ ਮੈਂ ਅੱਠ ਕਿ ਤਨ ਭਾਸ਼ਣ ਦਿੱਤਾ ਸ਼ਹਿਰ ਚੋਂ ਪਤਾ ਕਰ ਲਿਓ ਅਮਰਸਰ ਜਦ ਮੈਂ ਪਾਸ਼ਾ ਕਰਦਾ ਸੀ ਇੰਦਰਾ ਦੇ ਖਿਲਾਫ ਬਾਹਰ ਸਪੀਕਰ ਬਣ ਕੇ ਸਿੰਧੀ ਹੋਟਲ ਤੇ ਮੈਂ ਅੰਦਰੋਂ ਬੋਲਦਾ ਸੀ ਦੀਵਾਨ ਸਥਾਨ ਤੋਂ ਮੰਜੀ ਸਾਹਿਬ ਤੋਂ ਅੰਦਰ ਬਾਹਰ ਤਿੰਨ ਤਿੰਨ ਚਾਰ ਚਾਰ ਸੋ ਬੰਦਾ ਸੁਣਨ ਆਉਂਦਾ ਸੀ ਉਹ ਆ ਗਿਆ ਮੁੰਡਾ ਬਰਜਿੰਦਰ ਸਿੰਘ ਸੈਕਟਰੀ ਮੈਂ ਤੇ ਵਿੱਚ ਬੋਲਿਆ ਨਾ ਉਹਦਾ ਨਾਂ ਹੂੰ ਹੁਣ ਇਹ ਆ ਅੱਜਕੱਲ ਉਹ ਜੀ ਕਰਦਾ ਜਦੋਂ ਮੈਂ ਬੋਲ ਰਿਹਾ ਸੀਗਾ ਤੇ ਉਹ ਸੁਣ ਲਾਗੇ ਤੇ ਅੱਠ ਕੇ ਦਿਨ ਲੰਘੇ ਤੋੜਦ ਗਲੇ ਗ੍ਰੇਟ ਆਦਮੀ ਸੀ ਕਹਿੰਦਾ ਖਰਚੇ ਪੱਠੇ ਦਾ ਕਿਵੇਂ ਮੱਖ ਜੀ ਮਹਗਾ ਘਰੇ ਖਰਚ ਆਏਗਾ ਕੋਈ ਖਰਚੇ ਦਾ ਚੱਲ ਜੂਗਾ ਇੱਕ ਮੇਰਾ ਭਰਾ ਕੈਨੇਡਾ ਗਿਆ ਹੋਇਆ ਹੈਗਾ ਖਰਚਾ ਕਹਿੰਦਾ ਅੱਛਾ ਤੇ ਬਕੇ ਦੂਜਾ ਵੀ ਚਲੇ ਗਿਆ ਅਕਮਾਲ ਵੀ ਸਾਡਾ ਕਹਿੰਦਾ ਖਰਚਾ ਚੱਲਦਾ ਕਹਿੰਦਾ ਫਿਰ ਮੈਂ ਤੈਨੂੰ ਬਣਾਉਣ ਲੱਗਾ ਉਨੇ ਵਾਹਿਗੁਰੂ ਜਾਣਦਾ ਮੈਂ ਬੈਠਾ ਕਹਿੰਦਾ ਮੈਂ ਭਾਈ ਬਲਵੰਤ ਸਿੰਘ ਰਾਮੂ ਵਾਲੀਆ ਸਪੁੱਤਰ ਕਰਨੈਲ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਸਰਬ ਸੰਸਾਰ ਬ੍ਰਹਿਮੰਡਾ ਦੇ ਦਾ ਪ੍ਰਚਾਰਗੰਡਾ ਸੈਕਟਰੀ ਨਿਯੁਕਤ ਕਰਦਾ ਹਾਂ ਥੱਲੇ ਮੋਹਨ ਤੋਂ ਲੈ ਕੇ ਮੋਹਨ ਤੋਂ ਇਹ ਹੋਥੇ ਜਾ ਕੇ ਤੋੜ ਪਾਉਂਦੇ ਸੀ ਬਹੁਤ ਦੇਵਤਾ ਬੰਦਾ ਸੀ ਉਹਨੇ ਮੇਰੇ ਖਾਲ ਪੰਜ ਰੁਪਏ ਵੀ ਨਹੀਂ ਖਾਦੇ ਉਹਨੇ ਪਰ ਬਾਦ ਲਬੂਦ ਲਨ ਸਭ ਨੇ ਖੁੰਝੇ ਲਾ ਕੇ ਬਸ ਐ ਹੀ ਹੁੰਦਾ ਪਰ ਗਰੀਬਾਂ ਨੂੰ ਕੋਈ ਜਦੋਂ ਤੁਸੀਂ ਇੱਧਰ ਆ ਗਏ ਫਿਰ ਫਿਰ ਮੈਂ ਬਾਦਲ ਸਾਹਿਬ ਨਾਲ ਮੈਂ ਹੁਣ ਟੱਕਰ ਉੱਥੇ ਆ ਬਾਦਲ ਨਾਲ ਫਿਰ ਮੇਰੀ ਦੋਸਤੀ ਪਈ ਬਾਦਲ ਨਾਲ ਦੋਸਤੀ ਇੱਥੋਂ ਪਈ ਉਹ ਮੰਡੀ ਵਾਲਾ ਕਰਤਾਰ ਸੁਰਗਵਾਸ ਹੋ ਗਿਆ ਉਹਨੇ ਕਿਹਾ ਯਾਰ ਆਪਾਂ ਸਾਡੇ ਪਿੰਡਾਂ ਲੈ ਨਾਲ ਲੱਗ ਜੀਏ ਮੈਂ ਕਿਵੇਂ ਕਰੀਏ ਕਿ ਕਹਿੰਦਾ ਤੂੰ ਹੈਗਾ ਤਾਂ ਪ੍ਰਚਾਰਕ ਬਣ ਗਿਆ ਪ੍ਰਚਾਰ ਸਕੱਤਰ ਤੇ ਸਾਡੇ ਪਿੰਡਾਂ ਦੇ ਮੈਂ ਕਿਹਾ ਇਹਦੇ ਨਾਲ ਆਪਣੀ ਬਣਨੀ ਨਹੀਂ ਬੜਾ ਅਮੀਰ ਆਦਮੀ ਹੈ ਤੇ ਫਿਰ ਤੋਰਸਾ ਹਟ ਗਿਆ ਤੇ ਸੰਤ ਫਤੇਸਰ ਸੰਤ ਲੋੰਗੋ ਵਾਲਾ ਆ ਗਿਆ ਇਨ ਚਾਰਜ ਐਂਟੀ ਐਮਰਜੈਂਸੀ ਮੋਰਚੇ ਦੇ ਫਿਰ ਇੱਕ ਤਾਂ ਬਹੁਤ ਚੰਗੇ ਬੰਦੇ ਸੀ ਤੌੜਾ ਸਾਹਿਬ ਤਲਵੰਡੀ ਸਾਹਿਬ ਬਹੁਤ ਚੰਗੇ ਬੰਦੇ ਇਹ ਫਿਰ ਬੰਦੇ ਇੱਕ ਸੁਖਜਿੰਦਰ ਸਿੰਘ ਜਿਹੜੇ ਖੈਰਾ ਸਾਹਿਬ ਹੁਣ ਲੀਡਰ ਉਹਦੇ ਪਿਤਾ ਜੀ ਇਹ ਸਾਰੇ ਜਣੇ ਸੰਤਾਂ ਨੂੰ ਕਹਿੰਦੇ ਵੀ ਇਹ ਬੰਦਾ ਚੰਗਾ ਹੈ ਇਹ ਗੱਲਾਂ ਗੱਲਾਂ ਹੁੰਦੀਆਂ ਮੈਨੂੰ ਪਤਾ ਨਹੀਂ ਹੋ ਕੀ ਹੋ ਸਕਦਾ ਉਸ ਮੇਰੇ ਨੂੰ ਬਹੁਤ ਸਿਆਣੀ ਸੀ ਫਿਰ ਉਹ ਜਦੋਂ 77 ਦੀਆਂ ਕੁਰਨਾ ਹੋਈਆਂ ਮੈਨੂੰ ਲੁਧਿਆਣੇ ਦਾ ਅੰਚਾਰ ਲਾਦਾ ਉਹ ਤਲਵੰਡੀ ਸਾਹਿਬ ਨੇ ਮੈਨੂੰ ਬਹੁਤ ਨੇੜੇਉ ਦੇਖਿਆ ਫਿਰ ਟਿਕਟ ਮੈਨੂੰ 77 ਦਾ ਮਿਲਣਾ ਚਾਹੀਦਾ ਸੀ ਬਾਦਲ ਸਾਹਿਬ ਬਣ ਕੇ ਉਹਨਾਂ ਨੇ ਕਿੰਨੇ ਮਹੀਨੇ ਅਸਤੀਫਾ ਦਿੱਤਾ ਅੱਛਾ ਉਹ ਉਹ ਉਹਨਾਂ ਦਾ ਜੀ ਨਹੀਂ ਸੀ ਲੱਗਣਾ ਉਹ ਕਹਿੰਦੇ ਮੁੱਖ ਮੰਤਰੀ ਬਣਦੇ ਹੂੰ ਤੇ ਮੈਂ ਕਹਿੰਦੀ ਮੈਨੂੰ ਕਹਿੰਦੇ ਤੁਸੀਂ ਕੁਝ ਨਹੀਂ ਬਣ ਸਕਦੇ ਤੁਹਾਨੂੰ ਪਬਲਿਕ ਰਿਲੇਸ਼ਨ ਦਾ ਡਾਇਰੈਕਟਰ ਨਾ ਦਿੰਦੇ ਫਿਰ ਬਲਵੰਤ ਸੋ ਖਿਆਨਾ ਮੰਤਰੀ ਹੁੰਦਾ ਸੀ ਉਹ ਮੈਨੂੰ ਕਹਿੰਦਾ ਐਂ ਜੇ ਕਰਕੇ ਬੰਨੀ ਨਾ ਸਾਹਮਣੇ ਉਹ ਕਬੂਜ ਸਮਾਜ ਚੋਂ ਐ ਬਹੁਤ ਵਿਦਵਾਨ ਸੀ ਬਹੁਤ ਜਿਆਦੇ ਇੱਕ ਨੰਬਰ ਬੰਦਾ ਉਹ ਕਹਿੰਦਾ ਮੰਨੀ ਨਾ ਮੈਂ ਕਹਿੰਦੀ ਮੈਂ ਸੋਚ ਕੇ ਦੱਸੂ ਪਹਿਲਾਂ ਤਾਂ ਮੇਰੇ ਦਿਮਾਗ ਚ ਹੀ ਯਾਰ ਪੰਜਾਬ ਦਾ ਪਬਲਿਕ ਰਿਲੇਸ਼ਨ ਡਾਇਰੈਕਟਰ ਸਭ ਪੇਸ਼ੀਆਂ ਪਹਿਨ ਕੇ ਸਭ ਦੀਆਂ ਫਿਰ ਮੈਂ ਕਹਿਆ ਨਾਮ ਆ ਨਾ ਜਦੋਂ ਨੇ ਹਟਾਤਾ ਮੈਂ ਕਹਿਆ ਜੀ ਮੈਂ ਤਾਂ ਐਮਪੀ ਬਣਨਾ ਉਹ ਕੌਣ ਬਣਾਉਂਦਾ ਛੱਡੋ ਪਰੇ ਫਿਰ ਉਹ ਵੱਡੇ ਵੱਡੇ ਵਿੱਚ ਆ ਗਏ ਇੱਥੇ ਸਰਦਾਰ ਮਤਾਪਸ ਜੱਜਾ ਉਹਦੇ ਪਿਤਾ ਜੀ ਦਿਵਿੰਦਰ ਸਿੰਘ ਫਿਰ ਇੱਕ ਨਿਸ਼ਤਰ ਸਿੰਘ ਐਮਐਲਏ ਸਾਹਿਬ ਉਹਨਾਂ ਦੇ ਦੋ ਮੁੰਡੇ ਡੀਜੀ ਰਹੇ ਮੇਰੇ ਮਿਹਰਬਾਨ ਸੀ ਮੈਂ ਸਿਰਚ ਕਹੋ ਨਾ ਸਰਦਾਰ ਮਤਾਪਸ ਦੇ ਪਿਤਾ ਨੂੰ ਵੀ ਦਿਵਿੰਦਰ ਸਿੰਘ ਉਹ ਗੈਲੀ ਸੀ ਸਾਡਾ ਨਿਸ਼ਤਰ ਸਿੰਘ ਗੈਲੀ ਸੀ ਦੇ ਸੰਤ ਕਹਿੰਦਾ ਬਾਦਲ ਗਿੱਲਾ ਨੂੰ ਟ੍ਰੈਕਟਰ ਦੇ ਦੇਾਂਗੇ ਚਲ ਕਿਸੇ ਨੂੰ ਦੇਈਏ ਮਖੀ ਫਿਰ ਗਿੱਲਾ ਗਰੀਬੜੇ ਨੂੰ ਦਿਓ ਕਹਿੰਦਾ ਮੁਸ਼ਕਿਲ ਜਿਹਾ ਲੱਗਦਾ ਹੈ ਸੰਤ ਲੰਗੂਆਲ ਨੂੰ ਦਿੱਤਾ ਨਾ ਮੈਨੂੰ ਦਿੱਤਾ ਨਾ ਮਤਾਬਸੋਂ ਦੇ ਪਿਤਾ ਜੀ ਨੂੰ ਸਰਦਾਰ ਮਤਾਬਸੋਂ ਜੱਜ ਸਾਹਿਬ ਉਹਨਾਂ ਨੂੰ ਕਿਸੇ ਨੂੰ ਨ ਦਿੱਤਾ ਉਹ ਜੇ ਨਾਲਾ ਸਾਹਿਬ ਦੇ ਰਿਸ਼ਤੇਦਾਰ ਸੀ ਸਰਦਾਰ ਦਵਿੰਦਰ ਸਿੰਘ ਚਲੋ ਸਾਰੇ ਰਹਿ ਗਏ ਸੰਤ ਫਤ ਵੈ ਮਿਲਣ ਗਿਆ ਉੱਥੇ ਕਿ ਘਰੋਂ ਪਸੀ ਤਾਲਵੰਸ ਸਿੰਘ ਸੰਧੂ ਦਰਸ਼ਨ ਸਿੰਘ ਜੀ ਸਾਹਿਬ ਵਰ ਸੁਖਿੰਦਰ ਸਿੰਘ ਸਾਹਿਬ ਡੀਐਸਪੀ ਖੈਰਾ ਸਾਹਿਬ ਦੇ ਪਿਤਾ ਜੀ ਇਹ ਇਹ ਇਹਨਾਂ ਦਾ 10 ਕਿੰਨੇ ਦਾ ਗਰੁੱਪ ਸੀ ਇਹ ਬਾਦਲ ਸਾਹਿਬ ਨੂੰ ਟਿਕਟ ਦੇਣਾ ਨਹੀਂ ਚਾਹੀਦਾ ਜਿਵੇਂ ਤਾਂ ਸੰਤ ਲੋਂਗੋਵਾਲ ਦੇ ਬਈ ਨੂੰ ਦੇਵੇ ਇਹਨਾਂ ਨੇ ਲੋਂਗੋਵਾਲ ਨੂੰ ਦਵਾਤਾ ਤੇ ਸੰਤ ਰਾਤ ਨੂੰ ਦੌੜ ਗਏ ਤੇ ਜਾਣ ਲੱਗੇ ਚਿੱਠੀ ਲੈ ਕੇ ਦੇਗੇ ਮੇਰੀ ਜਗਾ ਕਿੰਨੇ ਸਾਰਾ ਟਾਈਮ ਇੱਥੇ ਲਾਇਆ ਭਾਈ ਬਲਵੰਤ ਸਿੰਘ ਰਾਮੂ ਵਾਲੀ ਆ ਇਹ ਇਹ ਟਿਕਟ ਉਹਨੂੰ ਦੇ ਦਿਓ ਫਿਰ ਤੁਹਾਨੂੰ ਫਰੀਦਕੋਟੋਂ ਪਹਿਲੀ ਟਿਕਟ ਮਿਲੀ ਪਹਿਲੀ ਟਿਕਟ ਮਿਲੀ ਉਹ ਸੰਤ ਲੌਂਗ ਵਾਲ ਬਾਪੂ ਜੀ ਦੇ ਬਹੁਤ ਸ਼ਰਧਾਲੂ ਸੀ ਉਹ ਕਵੀਸ਼ਰੀ ਸਿੱਖਣਾ ਸੀ ਬਾਪੂ ਜੀ ਕੋਲ ਕਿਤੇ 20 ਸਾਲ ਪਹਿਲਾਂ 70 ਤੋਂ ਵੀ 15 20 ਸਾਲ ਪਹਿਲਾਂ ਤੇ ਬਾਪੂ ਜੀ ਬਹੁਤ ਮਹਾਰਸੀ ਗਏ ਉਹਨੇ ਗੱਜਤ ਘਟੇ ਵੇਖ ਕੇ ਕਿਹਾ ਵੀ ਕਾਕਾ ਹਰਚੰਦ ਸਿੰਘ ਬਾਪੂ ਜੀ ਵੱਡੇ ਸੀ 25 30 ਸਾਲ ਦੇ ਤਰ੍ਹਾਂ ਕਾਕਰ ਚੰਦ ਸਿੰਘ ਤੂੰ ਰਾਗੀ ਬਣ ਸਕਦਾ ਕਿ ਵੀ ਸ਼ਿਰਨੀ ਇਹ ਚ ਤਾਂ ਐ ਐਕਟ ਵਾਂਗੂ ਗਾਣਾ ਪੈਂਦਾ ਦੋੜਾ ਕਿਵੇਂ ਲਾਏਗਾ ਯਾਰ ਉਹ ਕਹਿੰਦਾ ਜੀ ਮਿੱਥੋ ਨਹੀਂ ਲੱਗਣਾ ਉਹ ਕਹਿੰਦੇ ਰਾਗੀ ਬਣ ਜਾ ਫੇਰ ਜਾਂ ਉਹਦਾ ਗੁਰਦੁਆਰੇ ਤੇ ਫਿਰ ਉਹ ਗੁਰਦੁਆਰੇ ਚ ਬਣ ਕੇ ਉਹ ਬਾਪੂ ਜੀ ਦੀ ਲਾਸ਼ੀ ਉਹ ਸੀ ਮੈਨੂੰ ਟਿਕਟ ਮੈਰਿਟ ਤੇ ਮਿਲ ਗਿਆ ਵੀ ਜਿਹੜੇ ਬੰਦੇ ਨੇ 19 ਮਹੀਨੇ ਯਾਰ ਮੈਂ ਉਥੇ ਜੇਲ ਵੀ ਕੱਟੀ ਲੁਧੇ ਫਰੀਦਕੋਟ ਅਫਰੋਜ਼ਪੁਰ ਇੱਥੇ ਰਹਿਦੇ ਪੈਂਡ ਗਿਆ ਹੀ ਨਹੀਂ ਰਾਮੋੜੇ ਨਹੀਂ ਗਿਆ ਇਕਰਮਾ ਗਿਆ ਉਦੋਂ ਮੇਰੀ ਭੈਣ ਮੈਨੂੰ ਚੋਂ ਪਹਿਲੀ ਤੁਸੀਂ ਉਹ ਕਿੰਨੇ ਕੁ ਮਾਰਜਨ ਤੇ ਕਿਵੇਂ ਉਹ ਦੱਸਦਾ ਮੇਰੀ ਭੈਣ ਮੈਨੂੰ ਮਿਲੀ ਚਰਨਜੀਤ ਕੋਰ ਉਹ ਕੈਨੇਡਾ ਹੈ ਜਿਉ ਲੱਗੀ ਉੱਚੀ ਉੱਚੀ ਰੋਣ ਮੈਂ ਕਿਹਾ ਰੋਣੀ ਕਿਹਾ ਤਾਂ ਭੈਣੇ ਜੇ ਹਲ ਜਗੇਵੇਂ ਐ ਐਮਰਜੈਂਸੀ ਲੱਗੀ ਹੈ ਉਹ ਗੱਲਾਂ ਜੀਆਂ ਸਾਰੀਆਂ ਰੜ ਗਈਆਂ ਹੁਣ ਉਹ ਜਦੋਂ ਬਟੈਕਟ ਮਿਲ ਗਿਆ ਤੇ ਜਿੱਤ ਗਿਆ ਹਮਮ ਔਰ ਮੈਂ ਸੱਚ ਦੱਸਦਾ ਆੜਤੀ ਅਸੀਂ ਜੌਰੀ ਮੱਲ ਉਹਦੇ ਕੋਲੋਂ ਮੈਂ 570 ਰੁਪਏ ਲਏ ਫੀਸ ਭਰਨ ਦੇ ਹਮ ਗੁਰਵਖ ਸਿੰਘ ਗੋਸਲ ਰੋਪੜ ਦਾ ਸੀ ਉਹ ਡੀਸੀ ਸੀ ਐ ਇੰਨੇ ਪੈਸੇ ਮੇਰੇ ਕੋਲ ਸੀ ਹੈ ਜੀ ਤੇ ਪਿੰਡੋਂ ਅਸੀਂ ਇੱਕ ਮੁੰਡਾ ਜਗਮੂਨ ਸਿੰਘ ਮੋਣੀ ਉਹਨੂੰ ਕਹਿੰਦੇ ਲੁੱਦੇਣੇ ਦਾ ਉਹ ਮੈਨੂੰ ਮੋਟਰਸਾਈਕਲ ਤੇ ਮੈਂ ਮੋਟਰਸਾਈਕਲ ਦੇ ਕਾਗਜ਼ ਭਰਨ ਗਿਆ ਅੱਛਾ ਹਾਂ ਤੇ ਸਾਰੇ ਕਹਿੰਦੇ ਕਾਲੀ ਉਹ ਕਿੱਥੇ ਦੇ ਤਾ ਤੂੰ ਬੀਜੀ ਵਾਲੇ ਨੂੰ ਕੀ ਕਰੂ ਤੂੰ ਬੀਜੀ ਵਾਲਾ ਟਿਚਰਾ ਕਰਨ ਤੇ ਸੰਤਾ ਦੀ ਚਿੱਠੀ ਉੱਥੇ ਲਿਖਿਆ ਉਹ ਭਾਈ ਬਲਵੰਤ ਸੇ ਉਹਨੂੰ ਦੇ ਦਿਓ ਪ੍ਰਧਾਨ ਹੋ ਪ੍ਰਧਾਨ ਜੀ ਹਤ ਰੰਡੀ ਸਾਹਿਬ ਸੀ ਚਲੋ ਟਿਕਟ ਹਤ ਰੰਡੀ ਸਾਹਿਬ ਸੀ ਟਿਕਟ ਮੈਨੂੰ ਮਿਲ ਗਿਆ ਮਿਲ ਗਿਆ ਤਾਂ ਕੋਈ ਪੈਸੇ ਹੀ ਨਹੀਂ ਲੱਗੇ ਬਸ ਜਾਤੇ ਜਤਕੇ ਮੈਂ ਜਾ ਕੇ ਉੱਥੇ ਹਾਂ ਮੈਨੂੰ ਭਾਸ਼ਣ ਤਾਰਦਾ ਜਦੋਂ ਮੈਂ ਪਹਿਲਾ ਭਾਸ਼ਣ ਕੀਤਾ ਉਹ ਮੈਂ ਕੀਤਾ ਗੰਨੇ ਦੇ ਉੱਤੇ ਉਪ ਮੁੱਖ ਮੰਤਰੀ ਚੌਧਰੀ ਚਰਨ ਸੀ ਚਰਨ ਸਿੰਘ ਸੀ ਜਦੋਂ ਮੈਂ ਗੰਨੇ ਤੇ ਬੋਲਿਆ ਤੇ ਅੰਗਰੇਜ਼ੀ ਆਈ ਹੈਵ ਲिटल ਬਟ ਕਮਾਂਡ ਓਵਰ ਕਮਿਊਨੀਕੇਟਿੰਗ ਇੰਗਲਿਸ਼ ਇਨ ਅਪਰੋਪਰੀਏਟ ਟਰਮੀਨੋਲੋਜੀ ਈ ਮੈਨ ਅਸਲੀ ਅੰਗਰੇਜ਼ੀ ਬੋਲ ਲੈਣਾ ਤੇ ਹੋਰ ਭਾਸ਼ਾ ਦਾ ਉਹ ਵੀ ਦੂਜੀਆਂ ਆਉਂਦੀਆਂ ਤਲਫਜ਼ ਮੈਂ ਸਹੀ ਬੋਲ ਲੈਣਾ ਉਹ ਜਦ ਮੈਂ ਭਾਸ਼ਣ ਕੀਤਾ ਤੇ ਉਹ ਕਿ ਚੱਟ ਆ ਗਈ ਵੀ ਜਿਹੜਾ ਮੁੰਡਾ ਬੋਲਿਆ ਕਾਲੀਆਂ ਦਾ ਇਹ ਮੈਨੂੰ ਮਿਲ ਕੇ ਜਾਵੇ ਉਹ ਪਰ ਡੈਪਟੀ ਪੀਐਮ ਦੀ ਚਿੱਠੀ ਉਹ ਤੋ ਤੁਰਲੇ ਜਾਲੇ ਹੁੰਦੇ ਆ ਲੋਕ ਸਮਝੋ ਕਹਿੰਦਾ ਮਿਲ ਕੇ ਜਿਓ ਬਾਬਾ ਵੱਡੇ ਦੀ ਐ ਮੈਂ ਕਿਹਾ ਮਤਲਬ ਉੱਥੇ ਖੜਾ ਹਾਂ ਕਹਿੰਦਾ ਐਂ ਦੀ ਲੰਗਣੂਗਾ ਮੈਂ ਉੱਥੇ ਮੈਂ ਖੜਾ ਮੈਂ ਖੜਾ ਆਏ ਕਹਿੰਦਾ ਰਫ ਜੇ ਸੀ ਥੋੜੇ ਜੇ ਚੰਗਾ ਬਹੁਤ ਸੀ ਕਹਿੰਦੇ ਓਏ ਜੱਟ ਦਾ ਮੁੰਡਾ ਮੈਂ ਕਿਹਾ ਹਾਂ ਜੀ ਮੈਂ ਕਿਹਾ ਹਾਂ ਜੀ ਝੋਕੀ ਕਹਿੰਦਾ ਇਹਨਾਂ ਨਾ ਝੋਕ ਜੇ ਜੱਟਾਂ ਦਾ ਮੈਂ ਵੀ ਜੱਟ ਐ ਮੈਂ ਨਹੀਂ ਜੀ ਫਿਰ ਤੁਸੀਂ ਬਹੁਤ ਵੱਡੇ ਆਦਮੀ ਐ ਅਸੀਂ ਤਾਂ ਇੰਨੇ ਨਿਕੇ ਨਿਕੇ ਨੇ ਨਹੀਂ ਕੋਈ ਨਹੀਂ ਜਿਹੜਾ ਤੂੰ ਬੋਲਿਆ ਬਹੁਤ ਸੋਹਣਾ ਬੋਲਿਆ ਬਸ ਇਹਨਾਂ ਗੱਲਾਂ ਤੇ ਬੋਲਣਾ ਕਿਸਾਨ ਕਿਸਾਨ ਦੀ ਜ਼ਮੀਨ ਕੋਈ ਭਾ ਨਹੀਂ ਮਿਲਦਾ ਆੜਤੀਆਂ ਲੁੱਟ ਕੇ ਖਾ ਗੇ ਉਹ ਤਾਂ ਜੀ ਮੈਨੂੰ ਦੋ ਚਾਰ ਮਿੰਟਾਂ ਜੇ ਕਹਿੰਦਾ ਤਾਂ ਖੋਲੋ ਮੇਰੇ ਨੂੰ ਮੈਨੂੰ ਮਿਲਿਆ ਕਰ ਚੌਧਰੀ ਚਰਨ ਸਿੰਘ ਹ ਚੌਧਰੀ ਚਰਨ ਸਿੰਘ ਮੈਂ ਕਿਉਂ ਮਨਾ ਪਹਿਲਾ ਭਾਸ਼ਣ ਤੇ ਚੌਧਰੀ ਚਰਨ ਸਿੰਘ ਐਂ ਤਾਂ ਬਾਅਦ ਜਿਹੜਾ ਹੈ ਉਹ ਜਾਨਵਰ ਨਹੀਂ ਮਾਰਦਾ ਆਪਸ ਸਿੱਟ ਲਿਆ ਫਿਰ ਮੈਂ ਉਹਨੂੰ ਮਿਲਣ ਗਿਆ ਕਹਿੰਦਾ ਪਹਿਲੀ ਹੱਥ ਨਹੀਂ ਲਾਉਣਾ ਮੇਰੇ ਕੋਲੇ ਆਇਆ ਕਰ ਮੈਂ ਤਾਂ ਗਿਆ ਸੀ ਮੈਂ ਮੇਠ ਪੜਿਆ ਫਿਰ ਮੁੱਕ ਕੀ ਗੱਲ ਫਿਰ ਮੈਂ ਉਹ ਜਗਤ ਸਿੰਘ ਤੇ ਜਿਹੜਾ ਹ ਗਵਰਨਰ ਰਟਾਇਰ ਹੋਇਆ ਮਹਾਂਗਾਲਿਆ ਦਾ ਜਿਹੜਾ ਸਿੱਖਾਂ ਦੇ ਹੱਕ 'ਚ ਬੋਲਿਆ ਸਤਿਪਾਲ ਸਤਿਪਾਲ ਮਾਲਕ ਅਸੀਂ ਸਾਰੇ ਇਕੱਠੇ ਬਣੇ ਹਮ ਅੱਛਾ ਹਾਂ ਅਸੀਂ ਇਕੱਠੇ ਬੜੀ ਨਾਲ ਦੇ ਬੈਂਚਾਂ 'ਤੇ ਮੇਠ ਤੇ ਇਹਨਾਂ ਦੇ ਘਰੇ ਕੋਈ ਮੈਨੂੰ ਲੈ ਕੇ ਗਏ ਆ ਬਸ ਉਹਨੇ ਮੇਠ ਕਰ ਲੈ ਹੋ ਗਿਆ ਲਿੰਕ ਫਿਰ ਉਹ ਮੇਰੀ ਮਦਦ ਕਰਨ ਲੱਗ ਗਿਆ ਬਾਦਲ ਦੀ ਲੋੜ ਹੀ ਨਾ ਬਹੁਤੀ ਰਹੀ ਹਮ ਤੇ ਵਸੇ ਜਦੋਂ ਤੱਕ ਰਿਲੇਸ਼ਨ ਰਹੇ ਬਾਦਲ ਬਹੁਤ ਚੰਗੇ ਬਾਦਲੇ ਕਹਿੰਦਾ ਇਹੋ ਤੁਹਾਡਾ ਤੇ ਬਾਲ ਸਾਹਿਬ ਦਾ ਕੋਈ ਮੈਂ ਕਿ ਤੁਸੀਂ ਬਾਦਲੇ ਕਹਿੰਦਾ ਸੀ ਵੀ RAMU ਵਾਲੀ ਨੂੰ ਕੰਮ ਕਹਿ ਕੇ ਸਮਝ ਲਓ 15 ਬੰਦਿਆਂ ਦੀ ਟੀਮ ਨੂੰ ਇਕੱਲੇ ਨੂੰ ਕੰਮ ਕਹਿਤਾ ਯਾ ਕਿ ਗਰਪਾਲ ਸੋ ਗਰੇਵਾਲ ਟਾਲੀ ਵਾਲੇ ਦੇ ਬਾਲ ਸਾਹਿਬ ਇਹਨਾਂ ਭਰੋਸਾ ਕਰਦੇ ਸੀ ਤਾਂ ਮੈਂ ਭਰੋਸੇ ਦਾ ਪਿਆਉ ਕਹਿੰਦਾ ਵੀ ਬਾਦਲ ਸਾਹਿਬ ਮੈਂ ਕੰਮ ਕਰਦਾ ਸੀ ਯਾ ਨਾਲੇ ਮੈਂ ਟਿਕਦਾ ਹੀ ਨਹੀਂ ਨਾ ਮੈਂ ਸੁਣ ਹੁਣ ਨਹੀਂ ਸੁਣ ਹੁਣ ਅੱਧੀ ਅੱਧੀ ਰਾਤ ਜਾ ਕੇ 에어ਪੋਰਟਾਂ ਤੇ ਬੰਦੇ ਛਡਾਏ ਕਿਤੇ ਹੋਰ ਨਹੀਂ ਛਡਾਏ ਜਦੋਂ ਮਰ ਜਦੋਂ ਮੇਰੇ ਮੈਨੂੰ ਮੇਰੇ ਪਿਓ ਨੇ ਇਹ ਗੱਲ ਸਿਖਾਦੀ ਵੀ ਮੇਰਾ ਤੂੰ ਨੁਤਫਾ ਹੈ ਮੇਰੇ ਵੀਰ ਚੋਂ ਪੈਦਾ ਹੋਇਆ ਹੈ ਕਰਨੈਲ ਮੈਂ ਤੇ ਮੇਰਾ ਕਹਿੰਦਾ ਪਿਓ ਸੀ ਤਾਰਾ ਸੋ ਫੀਮ ਖਾਂਦਾ ਸੀ ਅੱਧੀ ਪੈਲੀ ਤਰ ਗਿਆ ਸੀ ਛੜਾਈ ਹੈ ਕਹਿੰਦਾ ਮਹਾਰਾਜ ਨਾਨਕੇ ਸੀ ਸਿੱਧੂ ਸੀ ਮੇਰੀ ਨਾਨੀ ਦਾਦੀ ਮਤਲਬ ਉਹ ਕਹਿੰਦੇ ਵੀ ਕੰਮ ਨਾ ਛੱਡੀ ਤੁਸੀਂ ਇਹੜੇ ਕੰਮਾਂ ਨੂੰ ਮੈਂ ਹੱਥ ਪਾਇਆ ਕਦੇ ਮੈਂ ਕਿਤਾਬ ਲਿਖੂਗਾ ਜੇ ਆ ਅੱਖਾਂ ਨਾਲ ਟੱਡੀਆਂ ਜਾਂ ਜਦੋਂ ਮੈਂ ਐਮਪੀ ਬਣ ਗਿਆ ਤਾਂ ਫਿਰ ਮੈਨੂੰ ਸੰਤ ਲੋਂਗੋਵਾਲ ਨੇ ਬਹੁਤ ਪਦਵੀਆਂ ਦੇਣੀਆਂ ਸ਼ੁਰੂ ਕਰਤੀਆਂ ਫਿਰ ਮੈਂ ਕੰਮ ਕਰਦਾ ਰਿਹਾ 80 ਚ ਚੋਣਾ ਹੋਈਆਂ ਅਕਾਲੀ ਦਲ ਇੱਕ ਹੀ ਜਿੱਤਿਆ ਸਾਰੇ ਹਾਰ ਗਏ ਮੈਂ ਵੀ ਹਾਰ ਗਿਆ ਕਿ ਲਾ ਤਰਲੂ ਨੂੰ ਤੋੜ ਦਿੱਤੇ ਆ ਮੂਹਨ ਸਿੰਘ ਤੋੜ ਦੇ ਮੂੰਹ ਨੂੰ ਬਾਕੀ ਸਭ ਗਏ ਬਾਦਲ ਕੇ ਸਭ ਜਨੇ ਸੀ ਫਿਰ ਜੇ ਤਾਂ ਮੈਂ ਦੂਜੀ ਵਾਰੀ ਮੈਂ ਟੈਕਟ ਲੈਣ ਲੱਗਾ ਉਦੋਂ ਬਾਦਲ ਸਾਹਿਬ ਉਦੋਂ ਤੱਕ ਮੇਰੇ ਖਿਲਾਫ ਹੋ ਚੁੱਕਾ ਸੀ 85 ਤੱਕ 85 ਜ ਪੂਰਾ ਕਿਉਂਕਿ ਮੈਂ ਸੰਤ ਲੋਂਗੋਵਾਲ ਦੇ ਨਾਲ ਸੀ ਮੈਂ ਇਹਨਾਂ ਦੇ ਗਰੁੱਪ ਚ ਆ ਗਿਆ ਸੀ ਮੇਰੇ ਕੋਈ ਵਸ ਹੈ ਜਦੋਂ ਟੋੜਾ ਸਭ ਨਾ ਮੈਂ ਜੇਲ੍ਹ ਕੱਟੀ ਸੀ ਤੁਸੀਂ ਇੱਕ ਬਾਹਰ ਕੇ ਚ ਰਹੋ ਤੋ ਉਹ ਢੋੜਾ ਸਾਹਿਬ ਦੇ ਮ ਨੇੜੇ ਹੋ ਗਿਆ ਇਹ ਮੈਨੂੰ ਕਹਿੰਦਾ ਤੂੰ ਮਖੀ ਦੀ ਮ ਸਰਦਾਰ ਜੀ ਤੁਹਾਨੂੰ ਲੀਡਰ ਮੰਨਦਾ ਪਰ ਮੈਂ ਉਹਨਾਂ ਨਾਲ ਵੀ ਮੈਂ ਤਾਂ ਅਕਾਲੀ ਦਲ ਦਾ ਪ੍ਰਚਾਰਕ ਹਾਂ ਉਹ ਉਸ ਤਰ੍ਹਾਂ ਮੈਨੂੰ ਸੰਤ ਲੋਂਗੋਆ ਨੇ ਆਏ ਮੈਂ ਦਾ ਫਸਟ ਸੈਕਟਰੀ ਜਨਰਲ ਆਫ ਸ਼੍ਰੋਮਣੀ ਅਕਾਲੀ ਦਲ 1920 ਤੋਂ ਮਾਰਕਡ ਆ ਕੇ ਲਿਆਏ ਟ੍ਰਿਬਿਊਨ ਅਖਬਾਰ ਤੋਂ ਜਿਹੜੀ ਖਬਰ ਛਪੀ ਵੀ ਰਾਮੂ ਵਾਲੀ ਆ ਮੇਡ ਸੈਕਟਰੀ ਜਨਰਲ ਦਾ ਫਸਟ ਸੈਕ ਟੂ ਟੇਕ ਦਿਸ ਪੋਜੀਸ਼ਨ ਉਹ ਵਰਮ बन ਗਿਆ hm इक ਤਰ ਇਹ ਉਹ ਇਟਰਟ ਹੋ ਗਏ ਉਦੋਂ ਇਹਨਾਂ ਦਾ ਪਹਾ ਘਟ ਗਿਆ ਸੀ ਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਬਣ ਗਿਆ ਸੀ ਤੇ ਉਧਰੋਂ ਸਰਦਾਰ ਬਲਵੰਤ ਸਖ ਖਜ਼ਾਨਾ ਮੰਤਰੀ ਉਹ ਇਧਰ ਬਣ ਗਏ ਸੀ ਬਾਦਲ ਨੂੰ ਟਿਕਟਾ ਹੀ ਨਾ ਮਿਲੀਆਂ hm ਤੇ ਉਹਨਾਂ ਨੇ ਬਰਨਾਲੇ ਨੇ ਤੇ ਬਲਵੰਤ ਸਿੰਘ ਨੇ ਇਹਨੂੰ ਹੀ ਖੁੰਝੇ ਲਾਤਾ ਬਾਦਲ ਸਾਹ ਉਹਨੂੰ ਸੰਤ ਲੋਂਗਵਾਲ ਸੁਰਗਵਾਸ ਹੋ ਚੁੱਕਾ ਸੀ ਫਿਰ ਜਦੋਂ ਇੱਕ ਦਿਨ ਰਾਤ ਨੂੰ ਟਿਕਟਾ ਮੰਗਣ ਆਏ ਤੇ ਮੈਂ ਟਿਕਟਾਂ ਵੜਨੇ ਸੀ ਮੇਰੇ ਕੋਲ 27 ਟਿਕਟਾਂ ਵਾਧੂ ਪਈਆਂ ਸੀ ਬਰਨਾਲੇ ਦੇ ਦਸਕਤ ਕੀਤੇ ਹੋਏ ਅੱਛਾ ਹਾਂ ਮੇਰੇ ਕੋਲ ਆਏ ਕੈਪਟਨ ਨਵਿੰਦਰ ਸਿੰਘ ਸੁਖਜਿੰਦਰ ਸਿੰਘ ਸਾਹਿਬ ਖੈਰਾ ਸਾਹਿਬ ਦੇ ਪਿਤਾ ਜੀ ਇੱਕ ਆ ਬਦਲ ਆਪ ਤੇ ਅੱਛਾ ਪ੍ਰਕਾਸ਼ ਸਿੰਘ ਬਾਦਲ ਤੋਂ ਅੱਟ ਤੋਂ ਟਿਕਟ ਮੰਗਣਾਈ ਜਦੋਂ ਮੈਂ ਸੈਕਟਰੀ ਜਨਰਲ ਸੀ ਤੇ ਮੇਰੇ ਕੋਲ ਸੀ ਕਾਗਜ਼ ਹਾਂ ਤੇ ਦਸਕਤ ਕੀਤੇ ਸੀ ਬਰਨਾਲੇ ਦੇ 27 ਟਿਕਟਾਂ ਤੇ ਮੈਂ ਹੀ ਜਿਹਨੂੰ ਫੜਾਦਾ ਮਿਲ ਗਿਆ ਹਾਂ ਤੇ ਮੈਨੂੰ ਕਹਿੰਦਾ ਬਾਦਲ ਵੀ ਬਰਨਾਲੇ ਨੇ ਮੇਰਾ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਕਰਤਾ ਅੱਛਾ ਮੈਂ ਕੱਢਦਾ ਸੀ ਮੈਨੂੰ ਮੈਂ ਕਿਹਾ ਸੀਟ ਤਾਂ ਗਈ ਤੇ ਹੁਣ ਬਾਦਲ ਆਇਆ ਉਦੋਂ ਤੇ ਬਾਦਲ ਕਹਿੰਦਾ ਰਾਮੂ ਵਾਲੇ ਸਾਹਿਬ ਮੈਨੂੰ ਕੋਈ ਗੁੱਸਾ ਨਹੀਂ ਪਰ ਸਕੇ ਜਿੰਦਰ ਸੋ ਦਿਮਾਗੀ ਆਦਮੀ ਸੀ ਉਹ ਕਹਿੰਦਾ ਰਾਮੂ ਵਾਲੀ ਆ ਮੈਨੂੰ ਇਹ ਲੱਗਦਾ ਤੇਰਾ ਆਪ ਦਾ ਟਿਕਟ ਕੱਟਿਆ ਹੋਇਆ ਮੈਂ ਕਿਉਂ ਕਹਿੰਦਾ ਸਾਨੂੰ ਦੋ ਦੋ ਕਾਗਜ਼ ਫੜਾ ਦੇ ਕੱਟਿਆ ਵੀ ਨਹੀਂ ਫੜਾਏਗਾ ਮੈਂ ਕਿਹਾ ਜੀ ਹਰਦੇ ਹਰ ਜਣ ਮਰਨ ਮੈਨੂੰ ਕੀ ਜੇ ਮੇਰਾ ਤਾਂ ਟਿਕਟ ਕੱਟਿਆ ਹੂੰ ਬਾਦਲ ਕਹਿੰਦਾ ਤੈਨੂੰ ਮਿਲ ਸਕਦਾ ਮੈਂ ਕਾਗਜ਼ ਮੂਰੇ ਕਰਦਾ ਮੈਂ ਕਹਿੰਦਾ ਇੱਥੇ ਲਿਖ ਦਿਓ ਵੀ ਜਾਂ ਤਾਂ ਬਰਨਾਲਾ ਸਾਹਿਬ ਰਾਮਵਾਲੀਆ ਨੂੰ ਟਿਕਟ ਦੇ ਦਿਓ ਸੰਗਰੂਰ ਤੋਂ ਨਹੀਂ ਐਸੇ ਚਾਰੇ ਜਾਣੇ ਵੱਖਰਾ ਕਾਲੀਦਲ ਬਣਾਵਾਂਗੇ ਅੱਛਾ ਹਾਂ ਉਹਨੇ ਹੱਥ ਨਾਲ ਲਿਖਤਾ ਸਰਦਾਰ ਸੁਖਜਿੰਦਰ ਸਿੰਘ ਨੇ ਹਾਂ ਸੁਖਜਿੰਦਰ ਸਿੰਘ ਖੈਰਾ ਉਹ ਖੈਰਾ ਸਾਹਿਬ ਨਾ ਬਹੁਤ ਵੱਡਾ ਆਦਮੀ ਸੀ ਉਹਨੇ ਜਦੋਂ ਲਿਖਤਾ ਤੇ ਥੱਲੇ ਦਸਤਖਤ ਕਰਦੇ ਥੱਲੇ ਬਰਨਾਲੇ ਦੇ ਦਸਤਖਤ ਉਹਦੇ ਦਸਤਖਤ ਹੋਗੇ ਇਹਦੇ ਸਰਦਾਰ ਦੇ ਬਰਬਾਦਲ ਸਾਹਿਬ ਦੇ ਸਾਈਨ ਹੋਗੇ ਮੈਨੂੰ ਬਰਨਾਲੇ ਨੇ ਕਿਹਾ ਕਿ ਮੈਂ ਸੈਕਟਰੀ ਜਨਰਲ ਸੀ ਵੀ ਬਾੜੇ ਵਾਲ ਪਿੰਡ ਦੇ ਸਾਹਮਣੇ ਮੁੱਲਾਂਪੁਰ ਤੋਂ ਪਹਿਲਾਂ ਮੈਨੂੰ ਸਵੇਰੇ 5:30 ਵਜੇ ਸਰਦੀਆਂ ਦੀ ਰੁੱਤ ਉੱਥੇ ਮਿਲਣਾ ਹੈ ਮੈਂ ਜਾ ਕੇ 5 ਵਜੇ ਖੜ ਗਿਆ ਗੱਡੀਆਂ ਆਈਆਂ ਬਰਨਾਲੇ ਦੀਆਂ ਇਹ ਇੱਕ ਰਜਿੰਦਰ ਅਗਰ ਗਿਆ ਗੋਪਤਾ ਬਟ ਉਹ ਸੁਪਰ ਲੀਡਰ ਬਹੁਤ ਵੱਡੇ ਇੰਡਸਟਰੀਅਲਿਸਟ ਹੈ ਸ਼੍ਰੀ ਰਜਿੰਦਰ ਬਰਨਾਲੇ ਵਾਲੇ ਟ੍ਰਾਈਡੈਂਟ ਵਾਲੇ ਟ੍ਰਾਈਡੈਂਟ ਵਾਲੇ ਉਹਨਾਂ ਦੇ ਪਿਤਾ ਦਾ ਨਾਂ ਸੀ ਸ਼ਾਇਦ ਨਿਹਾਲ ਚੰਦ ਜੀ ਆ ਇਹੋ ਜਿਹਾ ਸੀ ਨੌ ਨਿਹਾਲ ਚੰਦ ਜੀ ਆ ਉਹ ਉਹ ਨਦੀ ਕੋਠੀ ਉਸਤਾ ਸੀ ਬਰਨਾਲਾ ਸਾਹਿਬ ਅੱਛਾ ਜਦੋਂ ਮੈਂ ਉੱਥੇ ਖੜਾ ਸੀ ਜਦੋਂ ਆਏ ਤੇ ਮੈਨੂੰ ਕਹਿੰਦੇ ਇੱਧਰ ਬਹਿ ਜਾ ਐ ਖੱਬੇ ਪਾਸੇ ਮੈਨੂੰ ਬਾੜੇ ਆ ਪਰੇ ਹੋ ਗਏ ਵਿਰਾਜ ਗੋਲੀ ਗਾਲੀ ਚੱਲੇ ਤਾਂ ਇਹਦੇ ਹੋ ਜੇ ਹਾਲਾਤ ਤਾਂ ਬਾੜੇ ਸੀ ਜਦੋਂ ਮੈਂ ਗਿਆ ਤੇ ਬਾਦਲ ਮੇਰੇ ਮੂਹਰ ਦੀ ਨੰਗਾ ਕੋਈ 8 ਮਿੰਟ ਪਹਿਲਾਂ 8 ਮਿੰਟ ਹੀ ਆ ਗਿਆ ਉਹਨੇ ਜਾ ਕੇ ਬਾਦਲ ਸਾਹਿਬ ਨੇ ਅਸੀਂ ਬਰਨਾਲੀ ਜਾਣਾ ਸੀ ਤੇ ਘਰੇ ਉਹਨੇ ਸੁਧਾਰ ਵਾਲੀ ਪੁਲ ਤੇ ਵਿਚਾਲੇ ਗੱਡੀ ਲਾ ਦਿੱਤੀ ਤੇ ਜਦੋਂ ਮੈਂ ਗਿਆ ਤੇ ਉੱਤਰ ਕੇ ਆਇਆ ਗੱਡੀ ਵਿਚਾਰੇ ਸੀ ਮੈਂ ਬਰਨਾਲਾ ਆਏ ਕਹਿੰਦਾ ਸ਼ਰਮ ਖਾਓ ਬਰਨਾਲਾ ਸਾਹਿਬ ਹੁਣ ਥੋਡੀਆਂ ਚੱਲਦੀ ਐ ਬੇੜਾ ਘਰ ਕੇ ਕਰਦਾ ਸਾਰਿਆਂ ਦੇ ਟਿਕਟ ਕੱਟਦੇ ਆ ਸਾਡੇ ਕੱਟਦੇ ਆ ਆ ਕੱਟਦੇ ਤੇ ਮੇਰੇ ਤਾਂ ਦੋ ਦੋ ਦਿੱਤੇ ਹੋਏ ਸੀ ਵੀ ਜੇ ਤੁਹਾਡਾ ਨਾ ਚੱਲੇ ਤਾਂ ਆ ਦੇ ਕੇ ਆਪਦਾ ਬੰਦਾ ਖੜਾ ਕਰ ਲਿਓ ਮੈਨੂੰ ਕੀ ਹਟਦੇ ਨਾਰਨ ਰਕੀਦਰ ਸਿੰਘ ਹੁਣ ਦਿੱਤੇ ਨੇ ਲੈ ਗਿਆ ਪਰ ਉਹ ਇਹ ਹੈ ਕਿ ਇਹਨੂੰ ਟਿਕਟ ਨਹੀਂ ਮਿਲਿਆ ਫੜਿਆ ਹੋਨੇ ਮੈਨੂੰ ਮਾਈ ਜੀ ਤੁਸੀਂ ਕਿਹ ਫੜਿਆ ਕਿ ਜਦੋਂ ਵੰਡੀ ਜਾਣਾ ਤੈਨੂੰ ਨਹੀਂ ਮਿਲਿਆ ਤਾਂ ਆਈ ਵੰਡਦਾ ਉਹ ਬੋਚੀ ਸੀ ਚਲੋ ਉਹ ਜਦੋਂ ਕੀਤਾ ਤੇ ਬਰਨਾਲਾ ਗੁੱਸੇ ਹੋ ਗਿਆ ਨਾਲ ਉਦੋਂ ਮੈਂ ਆਪਦੀ ਵਾਲੀ ਚਿੱਠੀ ਵੀ ਕੱਢ ਕੇ ਜਿਹੜੀ ਮੈਨੂੰ ਦਿੱਤੀ ਸੀ ਰਾਤ ਨੂੰ ਉਹ ਮੈਂ ਬਰਨਾਲੇ ਨੂੰ ਫੜਾ ਦਿੱਤੀ ਮੌਕਾ ਨਹੀਂ ਮੈਂ ਖੋਝਦਾ ਹੁੰਦਾ ਮੈਂ ਕਿ ਆ ਲਓ ਜੀ ਚਿੱਠੀ ਉਹ ਬਰਨਾਲੇ ਨੂੰ ਆ ਪੜਨ ਦੀ ਮੈਂ ਕਿ ਜੋ ਥੱਲੇ ਕੀ ਲਿਖਿਆ ਵੀ ਆਡਾ ਅਕਾਲੀ ਦਰਗਾਹ ਦਾ ਬਣਾਉਣਗੇ ਉਹ ਕੋਲੇ ਖੜਾ ਸੀ ਬਾਦ ਮੇਰੀ ਨਾਮ ਮਿਲੀ ਟਿਕਟ ਮੈਨੂੰ ਤੇ ਆ ਟਿਕਟਾਂ ਮਿਲੀਆਂ ਉਹਨੇ ਨਾ ਬਰਨਾਲੇ ਨੇ ਉਹਦੀ ਆਦਤ ਸੀ ਐ ਕਰਕੇ ਐ ਐ ਕਰਕੇ ਐ ਕਰਕੇ ਇਹ ਕਰਕੇ ਇਹ ਕਰਕੇ ਕਿ ਠੀਕ ਹੋੜ ਲਈਏ ਇਹ ਬਾਤ ਮੈਂ ਕਹ ਵੀ ਠੀਕ ਹੈ ਬਣ ਗਈ ਗੱਲ ਬਣ ਗਈ ਅਕਾਲੀ ਦਲ ਦਾ ਨਵਾਂ ਬਣੂ ਕਹਿੰਦਾ ਉੱਥੇ ਆ ਜਾਓ ਮੈਂ ਉੱਥੇ ਗਿਆ ਬਰਨਾਲੇ ਦੀ ਕੋਠੀ ਬਲਾਗਰ ਸੋਸੀਏ ਕੁੰਦੇ ਕਹਿ ਰਿਆ ਤੇ ਬਾ ਚੰਗੇ ਬੰਦੇ ਸੀ ਹੁਣ ਉਹਨਾਂ ਦੇ ਬੱਚੇ ਉੱਥੇ ਕੰਮ ਕਰਦੇ ਕੈਨੇਡਾ ਹੀ ਹੈ ਸਾਡੇ ਕੋਲ ਨਾ ਨਿੰਦੇ ਨਾਲ ਅਖਵਾਰਿਸ਼ ਪਾਲਦੇ ਰਹੇ ਹਰ ਚਾਰਨ ਦੇ ਚਲੋ ਉਹ ਕਰਦੇ ਜੀ ਜਦੋਂ ਬਰਨਾਲੇ ਨੇ 10 ਵਜੇ ਤੱਕ ਸ਼ਾਇਦ 11 ਵਜੇ ਤੱਕ ਸੀ ਕਾਗਜ਼ ਦਾਖਲ ਕਰਨ ਦਾ ਵੇਲਾ ਮਲਾਕਰ ਸੋ ਗੱਡੀ ਲੈ ਆਇਆ ਸੀ ਉਹਨੇ ਮੈਨੂੰ 9:05 ਤੇ 2:05 ਤੇ ਟਿਕਟ ਦਿੱਤਾ ਅੱਛਾ 2:05 ਤੇ ਤੇ ਮੈਂ ਕਿਹਾ ਕਿਵੇਂ ਕਰਾਂਗੇ ਉਹ ਕਹਿੰਦਾ ਫਿਕਰ ਨਾ ਕਰ ਤੂੰ ਬੈ ਸਹੀ ਮੈਂ ਤੈਨੂੰ 40 ਮਿੰਟ ਚ ਸੰਗਰੂ ਡੀਸੀ ਦੇ ਮੂਰੇ ਪੇਸ਼ ਕਰ ਦਉ ਹੂੰ ਇਦੋ ਹੋਇਆ ਤੇ ਡੀਸੀ ਮੇਰੇ ਖਿਆਲ ਆ ਸ਼ਿਡਿਊਲ ਕਾਸਟ ਸੀਗੇ ਪਿਆਰੇ ਲਾਲ ਕੋਈ ਪਿਆਰਾ ਲਾਲ ਪੀ ਪੀ ਲੱਗਦਾ ਸੀਗਾ ਬਹੁਤ ਸਵਾ ਹੋ ਗਿਆ 85 ਤੇ ਮੈਂ ਉਹਨੂੰ ਕਿਹਾ ਜੀ ਟਾਈਮ ਤਾਂ 5 ਮਿੰਟ ਹੀ ਰਹਿ ਗਏ ਉਹ ਕਹਿੰਦੇ ਨਹੀਂ ਮੇਰੀ ਘੜੀ 10 ਮਿੰਟ ਅੱਗੇ ਕੀਤੀ ਹੈ ਤੁਸੀਂ ਕਾਗਜ਼ ਫੜਾਓ ਮੈਂ ਤੁਹਾਡੇ 15 ਮਿੰਟ ਪਹਿਲਾਂ ਰਿਕਾਰਡ ਕਰ ਲੈਣਾ ਫਿਰ ਟਿਕਟ ਮਿਲ ਗਿਆ ਟਿਕਟ ਮਿਲ ਗਿਆ ਲੋੜ ਹੀ ਨਹੀਂ ਪਈ ਲੜਨ ਦੀ ਫਿਰ ਮੈਂ 1 ਲੱਖ ਤੇ ਖੜ 32000 ਕੇ 12000 ਵੋਟ ਤੇ ਜਿੱਤ ਗਿਆ ਹੂੰ 85 ਵਾਲੀ ਚੋਣ 85 ਕੇ ਉਦੋਂ ਤੱਕ ਸਮੇ ਬਦਲ ਗਿਆ ਸੀ ਫਿਰ ਟੌੜਾ ਸਾਹਿਬ ਮੇਰੇ ਬਹੁਤ ਹਾਕਿਜ ਹੋ ਗਏ ਹੂੰ ਜਦੋਂ ਫਿਰ ਬਾਦਲ ਸਾਹਿਬ ਨਾਲ ਦੂਰੀ ਹੁੰਦੀ ਗਈ ਬਾਦਲ ਸਾਹਿਬ ਨਾਲ ਫਿਰ ਦੂਰੀ ਹੋ ਗਈ ਉਦੋਂ ਹੂੰ ਫਿਰ ਦੂਰੀ ਰਹੀ ਤੇ ਕਿਉਂ ਕੀ ਹੋ ਗਿਆ ਸੀ ਇਹ ਜਾਨ ਇੰਨੇ ਫਰਕ ਕਿਉਂ ਆਗੇ ਮੈਂ ਪਹਿਲਾਂ ਤੁਸੀਂ ਕਹਿੰਦੇ ਬਾਦਲ ਸਾਹਿਬ ਬਾਦਲ ਸਾਹਿਬ ਜਿਹੜੇ ਆ ਨਾ ਉਹ ਕੋਈ ਮਾੜੇ ਬੰਦੇ ਨਹੀਂ ਮਾਹਣ ਵੀ ਨਹੀਂ ਕਹਿੰਦਾ ਵੀ ਉਹ ਕੋਈ ਲੇਕਿਨ ਉਹ ਸੁਣਣ ਸੁਣ ਲੈnde ਹੈ ਤੇ ਉਹ ਸੁਣ ਕੇ ਅਖੀਰ ਪਰਿਵਾਰ ਦੇ ਸੁਣ ਲਾ ਗਏ ਸੀ 85 86 ਤੋਂ ਬਾਅਦ ਫਿਰ ਸਾਰਾ ਕੁਝ ਫਿਰ ਮੈਂ 85 ਚਿਕ ਦਿਨ ਬਰਨਾਲੇ ਨੂੰ ਕਹਿਤਾ ਬਰਨਾਲਾ ਸਾਹਿਬ ਨੂੰ ਕਿ ਬਰਨਾਲਾ ਸਾਹਿਬ ਮੈਂ ਥੋੜੀ ਅਕਾਲੀ ਦਰ ਤੇ ਮੈਂ ਨਹੀਂ ਰਹਿਣਾ ਮੈਂ ਕਹਿੰਦਾ ਕਿ ਉਹ ਮੱਖ ਕੁੱਤੇ ਦੀ ਜੂਨ ਹੈ ਟੌੜਾ ਸਾਹਿਬ ਕਹਿਣ ਲੱਗੇ ਤੂੰ ਰਹਿ ਪਾ ਪੁੱਤ ਕੋਈ ਨਹੀਂ ਢੁੱਟੇ ਕਿ ਆ ਰਹਾ ਅਸੀਂ ਜੋ ਹੈਗੇ ਚਲੋ ਉਹ ਕਰਦੇ ਕਰਦੇ 85 ਮੁੱਕ ਗਿਆ ਮੈਂ ਪਕਾਸੀ ਦੀ ਫਰ ਆਕਾਮ ਸ਼ੁਰੂ ਕਰ ਲੇ ਟਰੱਕਾਂ ਵਾਲਿਆਂ ਨੂੰ ਬਚਾਉਣਾ ਟੈਕਸੀਆਂ ਨੂੰ ਬਚਾਉਣਾ ਗਰੀਬਾਂ ਦੇ ਕੰਮ ਕਰਨੇ ਤੇ ਇੱਕ ਮੈਂ ਕਰਦਾ ਕਰਦਾ ਚਲੋ ਵਧ ਗਿਆ ਤੁਹਾਡੇ ਨਾ ਪੋਲੀਟੀਕਲ ਮੂਵ ਜਿਹੜੇ ਰਹੇ ਆ ਬਹੁਤ ਸਾਈਲੈਂਟ ਤੇ ਸਰਪ੍ਰਾਈਜ਼ਡ ਰਹੇ ਆ ਹਾਂ ਮਤਲਬ ਇੱਕ ਇੱਕ ਇਹ ਕਹਾ ਜਾਂਦਾ ਕਿ ਵੈਸੇ ਤੁਸੀਂ ਇਲਮ ਤੱਕ ਨਹੀਂ ਹੋਣ ਦਿੱਤਾ ਬਾਲ ਸਾਹਿਬ ਨੂੰ ਜਦੋਂ ਇਧਰੋਂ ਤੁਸੀਂ ਕਾਲੀ ਦਲ ਤੋਂ ਉਧਰ ਦੂਜੇ ਪਾਸੇ ਜਾਂਦੇ ਹੋ ਯੂਪੀ ਜਾ ਕੇ ਕੇਂਦਰ ਦੇ ਵਿੱਚ ਮਨਿਸਟਰ ਬਣ ਜਾਂਦੇ ਹੋ ਚਾਹੇ ਉਸ ਤੋਂ ਬਾਅਦ ਤੇ ਨਾ ਨਾ ਜਗ੍ਹਾ ਲੱਗਣ ਜਾਂਦਾ ਹਾਂ ਮੈਨੂੰ ਪਤਾ ਲੱਗਣੀ ਨਹੀਂ ਕਿ ਤੁਹਾਡੇ ਮੂਵ ਬਹੁਤ ਸਾਇਲੈਂਟ ਹੁੰਦੇ ਨੇ ਹਾਂ ਮਤਲਬ ਇਹ ਪਹਿਲਾਂ ਜੀ ਤੁਸੀਂ ਕੇਂਦਰ ਚ ਵਜ਼ੀਰ ਬਣੇ ਹੋ ਉਹ ਕਿਵੇਂ ਸੀਗਾ ਸਾਰਾ ਕੁਝ ਉਹ ਐ ਸੀਗਾ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਮੈਂ ਹੂੰ ਨਹੀਂ ਇਹ ਤਾਂ ਜਾ ਕੇ ਬਾਦਲ ਦਾ ਪੈਰ ਫੜ ਸਕਦਾ ਵੀ ਐਉਂ ਕਰੋ ਜੀ ਐਤ ਕੀ ਰਹਿਣ ਦਿਓ ਗਾਹ ਨੂੰ ਭਾਵੇਂ ਚਾਰ ਮਹਿਕਮੇ ਦੇ ਦਿਓ ਇੱਕ ਮੈਂ ਗੱਲ ਜ਼ਰੂਰ ਸੁਣਾਉਣੀ ਹੈ ਰਾਸ਼ਟਰਪਤੀ ਮੇਰਾ ਹੱਥ ਫੜ ਕੇ ਰੋਇਆ ਕਰ ਆ ਮੈਂ ਉੱਤੇ ਵੀ ਆਉਣਾ ਪਹਿਲਾਂ ਤੁਸੀਂ ਕੇਂਦਰੀ ਵੀ ਸੁਣੋ ਆ ਉਹਦੇ ਵਿੱਚ ਵੀਰ ਜੀ ਐ ਜਿਹੜਾ ਸੀਗਾ ministry ਕਿਵੇਂ ਲਈ ਹਰ ਕਿਸ਼ਨ ਸਿੰਘ ਸੁਰਜੀਤ ਨੇ ਕਿਸੇ ਬੰਦੇ ਨੂੰ ਕਿਹਾ ਵੀ ਮੈਂ ਤੜਕੇ 6 ਵਜੇ ਅਖਬਾਰ ਪੜ੍ਹਾ ਕਰਨੇ ਹੂੰ ਕੋਈ ਹੈ ਮੈਂ ਕੋਈ ਗੱਲ ਛਿਪਾਉਂਦਾ ਨਹੀਂ ਉਹ ਬੰਦੇ ਸੀ ਤਿੰਨ ਚਾਰ ਉਹ ਕਹਿੰਦੇ ਸੀ ਕਰਨਲ ਸੋ ਰਾਮੂ ਵਾਲੀਆ ਖੱਬੀ ਵਿਚਾਰਧਾਰਾ ਦਾ ਸੀ ਲੇਕਿਨ ਪੱਕਾ ਸਿੱਖ ਸੀ ਸਿੱਖੀ ਬਹੁਤ ਜਾਣਦਾ ਸੀ ਤੇ ਇਤਿਹਾਸ ਦਾ ਬਹੁਤ ਐਲਮ ਉਹਦੇ ਵਿੱਚ ਉਹਨੇ ਕੱਢਿਆ ਵੀ ਭਾਈ ਲਾਲੂਆਂ ਦੀ ਪਾਰਟੀ ਨਾ ਲੱਗ ਜਾਓ ਇਹ ਉਹਨੇ ਕੱਢੇ ਬਾਪੂ ਜੀ ਨੇ ਅੱਛਾ ਜੀ ਬਾਰਸ ਨੇ ਤੇ ਤੂੰ ਇਹਨੂੰ ਜਿਹੜਾ ਹੈਗਾ ਰਾਮੂ ਵਾਲੀ ਆ ਇਹਦੇ ਨਾਲ ਸੈਕਟਰੀ ਰੱਖ ਲਾ ਮੈਂ ਬਚਪਨ ਵਿੱਚ ਕਮਾਲ ਤੇ ਰਿਸ਼ਪਾਲ ਦੋਹਾਂ ਭਰਾਵਾਂ ਨੂੰ ਨਾਲ ਬਾਕੇ ਰਾਮੂ ਵਾਲਿਓ ਵੱਡਬਰ ਥਾਣੀ ਜਾ ਕੇ ਤੜਕੇ 3 ਵਜੇ ਤੁਰਕੇ ਤੇ ਮੈਂ 12 ਵਜੇ ਅਸੀਂ ਦੀਵਾਨ ਲਾਉਂਦੇ ਰਹੇ ਇੱਕੋ ਸਾਈਕਲ ਤੇ ਮੈਂ ਆਪਦੇ ਭਰਾਵਾਂ ਨੂੰ ਧੋਇਆ ਗਰੀਬੀ ਸੀ ਯਾਰ ਤੇ ਭਰਾ ਉਹ ਮੈਂਤ ਮੈਂ ਬੋਤ ਕੀਤੀ ਐ ਕਿ ਵਰੀ ਇੱਕ ਜੱਜਲ ਪਿੰਡ ਆ ਤਲਵੰਡੀ ਸਾਬੋ ਉੱਥੋਂ ਚੱਲ ਕੇ ਸਵੇਰੇ ਫਲੌਰ ਆ ਕੇ ਖਾੜਾ ਲਾਤਾ ਜਾਣ ਜੇ ਸੋ ਮੈਂ ਹਮਤ ਕੀਤੀ ਉਹ ਜਦੋਂ ਉਹਨੇ ਗੱਲ ਕੀਤੀ ਇਹਦੀ ਕੇਂਦਰੀ ਵਜੇ ਦੀ ਮੈਂ ਗੱਲ ਕਰਦਾ ਸਰਜੀਤ ਨੇ ਉਹਨੇ ਕਿਹਾ 6 ਵਜੇ ਆਵੇ ਤਾਂ ਮੈਂ 5:40 ਮਿੰਟ ਤੇ 23 ਸਾਲ ਜਾਂਦਾ ਰਿਹਾ ਅੱਛਾ ਅਖਬਾਰ ਉਂ ਮਿਲਦੇ ਨਹੀਂ ਸੀ ਚਾਰ ਪੰਜ ਅਖਬਾਰ ਸਟੇਸ਼ਨ ਤੋਂ ਲੈਣੇ ਉਹ ਸਭ ਤੋਂ ਪਹਿਲਾਂ ਸਰਜੀਤ ਹਿੰਦੂ ਅਖਬਾਰ ਪੜ੍ਹਦਾ ਸੀ ਬਹੁਤ ਨਿਰਪੱਖ ਤੇ ਬਹੁਤ ਵੱਡਾ ਫਿਰ ਪੜ੍ਹਦਾ ਸੀ ਇੰਡੀਅਨ ਐਕਸਪ੍ਰੈਸ ਇਹ ਤੋਂ ਦੂਏ ਉਦੋਂ ਮਗਰੋਂ ਅੰਗਰੇਜ਼ੀ ਦੇ ਟ੍ਰਿਬਿਊਨ ਤੇ ਹਿੰਦੁਸਤਾਨ ਟਾਈਮਜ਼ ਤੇ ਟਾਈਮਜ਼ ਆਫ ਇੰਡੀਆ ਇਹਨਾਂ ਨੂੰ ਪੜ੍ਹਦਾ ਸੀ ਤੇ ਨਾਲੇ ਟਰਾਂਸਲੇਸ਼ਨ ਕਰਨ ਦੀ ਲੋੜ ਕੋਈ ਨਹੀਂ ਆਪ ਆਪ ਹੀ ਬਹੁਤ ਅੰਗਰੇਜ਼ੀ ਜਾਣਦਾ ਸੀ ਉਹ ਸਰਜੀਤ ਸਾਹਿਬ ਜਾਣਦੇ ਸੀ ਸੁਰਜੀਤ ਸਾਹਿਬ ਦੀ ਖੱਬੇ ਪਾਸੇ ਮਾਫ ਕਰਨਾ ਮੇਰੇ ਮੂੰਹੋਂ ਜਾਣਦਾ ਨਿਕਲ ਗਿਆ ਮੈਂ ਉਹਨਾਂ ਨੂੰ ਜਾਣਦੇ ਸੀ ਸਾਹਿਬ ਕਹਿਣਾ ਹੈ ਵੱਡੇ ਆਦਮੀ ਉਸ ਸੁਰਜੀਤ ਸਾਹਿਬ ਜਾਣਦੇ ਸੀ ਸਾਰੀਆਂ ਪਛਾਹਾਂ ਉਹਨਾਂ ਦੀ ਅੱਖ ਵਿੱਚ 30% ਦੀ ਨਜ਼ਰ ਰਹੇਗੀ ਸੀ ਹਮ ਪਰ 23 ਸਾਲ RAMU ਵਾਲੀਆ ਬਲਵੰਤ ਸਿੰਘ ਇੱਕ ਮਿੰਟ ਲੇਟ ਨਹੀਂ ਹੋਇਆ ਇੱਕ ਮਿੰਟ ਵੀ ਪੰਜ ਚਾਰ ਹੀ ਉਹਨਾਂ ਦੇ ਗਨਮੈਨਾਂ ਕੋਲੇ ਬਾਹਰ ਜਾ ਵੜਦਾ ਸੀ ਫਿਰ ਸੁਰਜੀਤ ਸਾਹਿਬ ਚਾਹ ਚੁਪੀ ਕੇ ਸੀ ਆ ਜਾ ਭਈ ਫਿਰ ਮੈਂ 6 ਵਜੇ ਜਾ ਕੇ ਖਬਰ ਪੜਦਾ ਸੀ ਤੇ ਬੀਬੀ ਪ੍ਰੀਤਮ ਕੌਰ ਰੱਬ ਦਾ ਰੂਪ ਸੀ ਉਹਨਾਂ ਦੀ ਪਤਨੀ ਬੀਬੀ ਪ੍ਰੀਤਮ ਕੌਰ ਉਸ ਚਾਹੂ ਪਿਆਰ ਦਿੰਦੇ ਸੀ ਮੈਂ ਖ਼ਬਰ ਪੜ੍ਹ ਕੇ ਵੇਲਾ ਹੋ ਗਿਆ 8:30 ਵਜੇ ਮੋੜਿਆ ਆਉਂਦਾ ਸੀ ਤੇ ਉਹ ਜਾਰੀ ਪੈ ਗਈ ਪੈਂਦੀ ਪੈਂਦੀ ਫਿਰ ਹੌਲੀ-ਹੌਲੀ ਉਹ ਬਿਮਾਰ ਰਹਿਣ ਲੱਗੇ ਮੈਂ ਤਾਂ ਉਹਦੀ ਸੇਵਾ ਕਰਦਾ ਸੀ ਇੱਥੇ ਤਾਂ ਕੋਈ ਵੀ ਨਹੀਂ ਸੀ ਨਾ ਬੇਬੇ ਇੱਥੇ ਨਾ ਬਾਪੂ ਜੀ ਇੱਥੇ ਸਾਰੇ ਉੱਥੇ ਮੈਂ ਇਕੱਲਾ ਹੀ ਸੀ ਜਾਂ ਮੇਰੀ ਸਰਦਾਰਨੀ ਮੈਂ ਉਹ ਕਰਦਾ ਕਰਦਾ ਬਸ ਉਹ ਉਹਦੇ ਤੇ ਆ ਗਿਆ ਵੀ ਇਹ ਬਹੁਤ ਕੰਮ ਵਾਲਾ ਹੈ ਪਰ ਜਿੱਦਾਂ ਨੂੰ ਵਜ਼ੀਰ ਬਣਾਉਣੇ ਸੀ ਮੈਂ ਤਾਂ ਜਿਹੜੀ ਡਿਊਟੀ ਲਈ ਹੈ ਪਟਨੇ ਜਾਣਾ ਹੈ ਕਲਕੱਤੇ ਜਾਣਾ ਹੈ ਐਮਪੀ ਦੀ ਸੀਟ ਦੇ ਨਾਲ ਬਾਕੇ ਲੈ ਜਾਣਾ ਉਹਨੇ ਕਿਹਾ ਨਾ ਪੈਸੇ ਵਗੇ ਜੀ ਮੇਰੇ ਤਾਂ ਲੱਗੇ ਨਹੀਂ ਤੇ ਤੁਹਾਡੇ ਵੀ ਨਹੀਂ ਲੱਗੇ ਬਹੁਤ ਇਮਾਨਦਾਰ ਉਹ ਤੁਹੇ ਛੱਡ ਦਿਓ ਜੀ ਨਾ ਉਹ ਡਾ ਉਹ ਡਾ ਲੀਡਰ ਬਹੁਤ ਵੱਡਿਆਂ ਚੋਂ ਸੀ ਜਿਹੜਾ ਕਿਉਂ ਨਾ ਕੱਟੀਆਂ ਬਹੁਤ ਚੰਗਾ ਆਦਮੀ ਕੋਈ ਡਾ ਸੁਭਾ ਕਿਵੇਂ ਬਣਿਆ ਕੇਂਦਰੀ ਵਜ਼ੀਰ ਬਣਨ ਦਾ ਉਹ ਤਾਂ ਬਣ ਗਿਆ ਨਾ ਕਿ ਸਰਜੀਤ ਸਾਹਿਬ ਨੇ ਤਾਂ ਫੈਸਲੇ ਕਰਨੇ ਸੀ ਓਕੇ ਸਾਰੇ ਉਹ ਜਿਹੜਾ ਗਰੁੱਪ ਸੀ ਜਿਹੜਾ 14 ਮੈਂਬਰੀ ਪਾਰਟੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਦੇਵਗੋੜੇ ਨੂੰ ਪ੍ਰਧਾਨ ਮੰਤਰੀ ਕਿਉਂ ਨੇ ਆ ਉਹ ਸਰਜੀਤ ਹੀ ਪ੍ਰੋਜੈਕਟ ਕਰ ਰਿਹਾ ਸੀ ਓਕੇ ਲਾਲੂ ਤੇ ਸਭ ਐ ਪੈ ਪੈ ਦੇਖਦੇ ਸੀ ਬਲਦੇਵ ਸਿੰਘ ਦੂਰ ਉਹ ਜਦੋਂ ਆਇਆ ਕਹਿੰਦਾ ਬਸ ਆ ਮਾਰੀ ਦੀ ਉਹ ਕਹਿੰਦਾ ਪ੍ਰੀਤਮ ਗਰੇ ਵਜ਼ੀਰ ਕਿਉਂ ਨੂੰ ਬਣਾਈਏ ਸਿੱਖਾਂ ਚੋਂ ਮੈਂ ਬਿਲਕੁਲ ਕੋਹਦਾ ਨਹੀਂ ਇਹ ਥੋੜਾ ਜਿਹਾ ਮਾਨ ਬਣਦਾ ਰਾਜੇ ਦਾ ਉਹ ਕਹਿੰਦੀ ਤੁਸੀਂ ਕੀ ਸੋਚਿਆ ਮਾਤਾ ਜੀ ਕਹਿੰਦੇ ਬਹੁਤ ਸਿੱਧੇ ਬੰਦੇ ਜਿਹੋ ਦੀ ਹੁੰਦੀਆਂ ਆਪਣੀਆਂ ਬੀਬੀਆਂ ਕਿਸਾਨਾਂ ਦੀਆਂ ਜੱਟਾਂ ਦੀਆਂ ਬੁੜੀਆਂ ਉਹ ਵਾਸ ਹੀ ਕੋਤਾ ਉਹਨਾਂ ਦਾ ਉਹ ਕਹਿੰਦੀ ਕਿਹਨੂੰ ਬਣਾਉਣਾ ਹੈ ਕਹਿੰਦਾ ਕੈਪਟਨ ਮਰਿੰਦਰ ਨੂੰ ਵੇਖ ਲਈਏ ਜਾਂ ਕੋਈ ਹੋਰ ਕਹਿੰਦੀ ਜੇ ਅਮਰਿੰਦਰ ਬਣਾਇਆ ਮੈਂ ਭੋਖੜਦਾਰ ਰੱਖੂ ਅੱਛਾ ਮਾਤਾ ਜੀ ਕਹਿੰਦੇ ਕਹਿੰਦਾ ਕਿਉਂ ਕਹਿੰਦੀ ਤੈਨੂੰ ਨਹੀਂ ਦਿੰਦਾ ਤੁਸੀਂ ਨਹੀਂ ਦਿੰਦਾ ਸਾਨੂੰ ਦੂਜਾ ਮੈਚ ਹੀ ਮੇ ਨੇ ਕਾਇਦ ਕੀਤਾ ਰਜਵਾੜਾ ਸ਼ਾਹੀ ਮੁਰਦਾਬਾਦ ਕੋ ਆਇਆ ਮੈਥੋਂ ਤੇ ਹੁਣ ਉਹ ਰਾਜਾ ਬਣ ਜੋ ਦਿੱਲੀ ਦਾ ਇਹਦਾ ਤੁਸੀਂ ਬਣਾਓਗੇ ਥੋੜੀ ਲਿਸਟ ਦੇ ਕਹਿੰਦਾ ਛੱਡ ਪਰੇ ਫਿਰ ਕੈਪਟਨ ਕਮਲਜੀਤ ਨੂੰ ਬਣਾ ਦिए ਉਹਦੇ ਸਰਦਾਰ ਧਾਰਾ ਸਿੰਘ ਦੇ ਪੁੱਤਰ ਨੂੰ ਉਹ ਧਾਰਾ ਸਿੰਘ ਕਮਿਊਨਿਸਟ ਸੀ ਉਹਦਾ ਲੜਕਾ ਸੀ ਕੈਪਟਨ ਕਮਲਜੀਤ ਮਿਨਿਸਟਰ ਸੀ ਪੰਜਾਬ ਦਾ ਕਹਿੰਦੀ ਹੋਰ ਨਹੀਂ ਕੋਈ ਦੀਦਾ ਕਹਿੰਦਾ ਹੋਰ ਕਿਹਨੂੰ ਬਣਾਵਾ ਕਿੰਦੇ ਕਮਰੇ ਦਾ ਐ ਬੋਲੇ ਬੜੀਆਂ ਨਜ਼ਰਾਂ ਦੂਰ ਮਾਰੀ ਜਾਂਦਾ ਮੈਂ ਤੇਰੇ ਨਾਲ ਵਿਆਹੀ ਸੀ 40 ਚ ਤੇ ਮਲਤਾਨ ਤੇਰੀ ਮੁਲਾਕਾਤ ਕਰਨ ਗਈ ਤੇ ਤੀਜੇ ਦਿਨ ਤੂੰ ਫੜਿਆ ਗਿਆ ਤਾਂ ਕਿ ਆ ਬੀਬੀ ਕਿੱਥੋਂ ਐ ਸਾਰਿਆਂ ਨੇ ਕਿ ਤੇਰੀ ਘਰ ਵਾਲੀ ਐ ਤੇ ਮੈਨੂੰ ਸਿਆਣਿਆ ਨਹੀਂ ਸੀ ਸਨ 50 ਚ ਪਾਕਿਸਤਾਨ ਜੋ ਬਣਿਆ ਨਹੀਂ ਸੀ ਸਨ 40 ਚ ਸਨ 40 ਚ ਵਿਆਹੀ ਗਈ ਕਹਿੰਦੀ ਫੇਰ ਕਹਿੰਦੀ 40 ਤੋਂ ਲੈ ਕੇ ਹੁਣ 56 ਸਾਲ ਹੋ ਗਏ 96 ਐ ਤੇਰੇ ਨਾਲ 32 26 ਬੰਦੇ ਆਏ 10000 ਰਾਮੂ ਵਾਲੀ ਖੜਾ ਇਹਦੇ ਨਾਲ ਦਾ ਆਇਆ ਪੜ੍ਹਾਈ ਚ ਕੰਮ ਚ ਡਿਊਟੀਆਂ ਚ ਟਾਈਮ ਦੇਣ ਚ ਅਖਬਾਰ ਪੜ੍ਹਨ ਚ ਦਸਣ ਚ ਜੋ ਕਹਿਦੇ ਵੇ ਇਹ ਕੋਦੂ ਪਹਿਲਾਂ ਕਿ ਕਟਨਾ ਵਾਪਰ ਗਈ ਸੀ ਕੋਈ ਪਾਰਟੀ ਨੂੰ ਫੰਡ ਦੇ ਗਿਆ ਸੀ ਕੋਈ ਬੰਦਾ ਤੇ ਉਹ ਅਟੈਚੀ ਕੇਸ ਪਾਰਟੀ ਦੇ ਦਫਤਰ ਭੇਜਣਾ ਭੁੱਲ ਗਏ 4-5 ਸਾਲ ਪਹਿਲਾਂ ਬੀਬੀ ਕਹਿੰਦੀ ਹੈ ਭਾਈ ਇਹ ਖਲਾਲਾ ਇਹ 5 ਸਾਲ ਦਾ ਪਿਆ ਹੈ ਉਹਨਾਂ ਦੇ ਹੱਡ ਉਹਦੇ ਨਹੀਂ ਚੱਲਦੇ ਉਹਦੇ ਵਿੱਚ ਜੋ 61 ਲੱਖ ਰੁਪਏ ਨਿਕਲਿਆ ਤੇ ਮੈਂ ਸਰਜੀਤ ਆਏ ਕੈਨੇਡਾ ਉਤਬਾਰ ਦੇ ਮੁਲਕਾਂ ਜੋਂ ਬਾਈ ਜੀ 61 ਲੱਖ ਕਹਿੰਦਾ ਚਾਹ ਫੇਰ ਪੀ ਪਹਿਲੇ ਪਪਾ ਕੀ ਦਫਤਰ ਜਮਾ ਕਰਾ ਗਿਆ ਪਹਿਲਾਂ ਅਸੀਂ ਤਿੰਨ ਹੀ ਸੀ ਬਹੁਤ ਇਮਾਨਦਾਰ ਸੀ ਸਰਜੀਤ ਲੇਕਿਨ ਉਹ ਜਿਹੜਾ ਦੇਖੇਗਾ ਸੀ ਬੰਦਾ ਉਹ ਕੇਰਲਾ ਦਾ ਸੀ ਤੂੰ ਕੁਝ ਸਮਝਦੇ ਸੀ ਉਹਦਾ ਕਿਹੜਾ ਗੱਲ ਨਾ ਮੈਂ ਉੱਥੇ ਜਮਾ ਕਰਾਇਆ ਕਹਿੰਦਾ ਤੂੰ ਕਾਟ ਲੱਕ ਕੇ ਮੈਂ ਬਚਾ ਲਿਆ ਮਖੀ ਦੀ ਮੈਂ ਅਖਬਾਰ ਪੜਦਾ ਸੀ ਜਦੋਂ ਮੱਕੂ ਦੇ ਲੱਗਾ ਖੋਲਣ ਜਦ ਜੀਦੋਂ ਮਖਲ ਆਇਆ ਉਹਨੇ ਖੋਲੇ ਤੇ ਮੈਂ ਅਖਬਾਰ ਆਹ ਸਾਹਮਣੇ ਪੜਦਾ ਮੈਂ ਬਹੁਤ ਹੈ ਤਾਂ ਉਹ ਢੱਕ ਪੇ ਨੋਡ ਮੈਂ ਫਿਰ ਬੀਬੀ ਨੂੰ ਮੈਂ ਦਿੱਤੇ ਨਹੀਂ ਮੈਂ ਥੋੜੇ ਨਹੀਂ ਫੜਾਏ ਉਹ ਫਿਰ ਉਹਨੂੰ ਮੈਂ ਪਤਾ ਸੀ ਵੀ ਇੱਕ ਬਹੁਤ ਠੀਕ ਰਹੂਗਾ ਮੈਂ ਠੀਕ ਰਹੂਗਾ ਫਿਰ ਜਦੋਂ ਤੁਸੀਂ ਦੁਬਾਰਾ ਇੱਥੋਂ 11 ਚਾ ਕੇ ਆਮ ਆਦਮੀ ਪਾ ਸੌਰੀ 11 ਤੱਕ ਸ਼੍ਰੋਮਣੀ ਅਕਾਲੀ ਦਲ ਤੁਸੀਂ ਦੁਬਾਰਾ ਜੁਆਇਨ ਕਰ ਲੈਨੇ ਹੋ 12 ਤੁਸੀਂ ਛੋਣ ਲੜਦੇ ਹੋ ਮੁਹਾਲੀ ਦੀ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਕਿ ਉਹ ਛੋਣ ਮੈਂ ਹਾਰਿਆ ਨਹੀਂ ਸੀ ਮੈਨੂੰ ਹਰਾਇਆ ਗਿਆ ਸੀ ਮੈਂ ਦੱਸਦਾ ਨੇ ਐਸੀ ਗੱਲ ਸੀ ਇਹਨਾਂ ਨੇ ਇੱਕ ਪਲਾਨ ਬਣਾ ਲਈ ਬਾਦਲਾ ਨੇ ਵੀ ਰਾਮੂ ਵਾਲੀ ਨੂੰ ਇਕੱਲਾ ਛੱਡ ਕੇ ਤੇ ਨਾਲ ਦੇ ਲਾ ਲੋ 60 ਕੇ 62 ਬੰਦੇ ਇੱਕ ਸੀਗੇ ਮੇਰੇ ਪੱਕੇ ਪੱਕੇ ਬੰਦੇ ਹਾਂ ਲੋਕ ਭਲਾਈ ਪਾਰਟੀ ਚ ਹਾਂ ਲੋਕ ਭਲਾਈ ਪਾਰਟੀ ਬਹੁਤ ਚਲਾਈ ਕੁਝ ਮਾਇਆ ਪੈਸੇ ਮੈਨੂੰ ਸੀ ਕੰਦਾ ਮੈਂ ਆਮਦਨ ਸੀਗੀ ਸਾਨੂੰ ਕੈਨੇਡਾੋਂ ਮੈਂ ਪੈਸੇ ਮੰਗਾ ਲੈਂਦਾ ਸੀ ਜੇ ਚਲੋ ਚੱਲੇ ਬਹੁਤ ਨਾਲ ਕੋਈ ਇਲਜ਼ਾਮ ਨਹੀਂ ਲੱਗੇ ਪੈਸੇ ਇਹ ਨਹੀਂ ਲੱਗਿਆ ਮੇਰੇ ਤੇ ਨਹੀਂ ਲੱਗਿਆ ਉਹਨੇ ਕੀ ਕੀਤਾ ਚਲੋ ਫਿਰ ਮੈਂ ਤੋੜਦੀ ਇਹਨਾਂ ਨੇ ਮੇਰੇ ਨਾਲ ਪੰਜਾਬ ਭਵਨ ਬਹਿ ਕੇ ਸੱਤ ਗੱਲਾਂ ਮਕਾਈਆਂ ਬਾਦਲਾਂ ਨਹੀਂ ਵੀ ਟਰੈਵਲ ਏਜੰਟਾਂ ਦੇ ਧੁੱਕੀ ਕੱਢਦੇ ਆਂਗੇ ਹਮ ਏਅਰਪੋਰਟਾਂ ਦੇ ਇਜ਼ਤ ਪਜਾਵਾਂਗੇ ਟਰੱਕ ਟੈਕਸੀ ਕੈਂਟਰ ਟੈਂਪੂ ਇਹਨਾਂ ਨੂੰ ਰੇਦਾ ਦੇਵਾਂਗੇ ਹਮ ਜਿਹੜੇ ਦੂਜੇ ਸੂਬਿਆਂ ਦੇ ਸਿੱਖ ਐ ਉਹਨਾਂ ਦੇ ਮਸਲੇ ਹੱਲ ਕਰਾਂਗੇ ਵਿਦੇਸ਼ੀ ਸਿੱਖਾਂ ਦੇ ਰਾਜਦੂਤਾ ਦੇ ਜਿੱਥੇ ਵੀ ਐ ਉਹ ਸਾਰੇ 7 ਮੁੱਦੇ ਸੀ ਜਿਹੜੇ ਉਹ ਐਗਰੀ ਕਰਕੇ ਮੈਂ ਕਿਹਾ ਵੀ ਨਾਲੇ ਮੈਂ ਥੱਕ ਗਿਆ ਸੀਗਾ ਮੈਂ ਵੀ ਪਾਰਟੀ ਤੋੜ ਤੀ ਪਰ ਜਦੋਂ ਮੈਂ ਅੰਦਰ ਚਲਾ ਗਿਆ ਨਾ ਫਿਰ ਲੋਕੀ ਜਿੱਥੇ ਮੈਂ ਜਾਵਾਂ ਮੈਨੂੰ ਸੁਣਿਆ ਕਰਨ ਮੈਂ 10 ਕਿ ਮੀਟਿੰਗਾਂ ਗਿਆ 12 ਇਹਨਾਂ ਨੇ ਫਿਰ ਰਹਿ ਕੀਤੀ ਵੀ ਇਹਨੂੰ ਐਸੇ ਥਾਂ ਖੜਾ ਕਰੋ ਜਿੱਥੇ ਇਹਨੂੰ ਹਰਾ ਦਈਏ ਫਿਰ ਮਨ ਮਹਾਲੀ ਖੜਾ ਕਰਤਾ ਇੱਕ ਲੁਧਿਆਣੇ ਦਾ ਲੀਡਰ ਹੈ ਮੈਂ ਨਾ ਤਾਂ ਹੀ ਲੈਣਾ ਚਾਹੁੰਦਾ ਉਹਦੀ ਫਿਰ ਡਿਊਟੀ ਲਈ ਵੀ ਤੂੰ ਇਹਦਾ ਚਾਰਜ ਬਣਨਾ ਹੈ ਮਹਾਲੀ ਦਾ ਇੱਕ ਹੋਰ ਦੀ ਲਈ ਵੀ ਇਹ ਨਾ ਜਤ ਜੀ ਬਸ ਫਿਰ ਤੁਸੀਂ ਗਾਲੀ ਛੱਡਦੇ ਫਿਰ ਮਤਲਬ ਤੁਹਾਨੂੰ ਤੁਹਾਡੀ ਪਾਰਟੀ ਵੀ ਪੰਖ ਕਰਵਾਈ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਦੁਬਾਰਾ ਸ਼੍ਰੋਮਣੀ ਕਾਲੀ ਦਲ ਸਿ ਲਿਆ ਕੇ ਬਦਲਾ ਨਹੀਂ ਹਰਾਇਆ ਜਮਾ ਹਰਾਇਆ ਠੋਕ ਕੇ ਹਾਂ ਜੀ ਹੁਣ ਮੈਂ ਮੇਰੇ ਵੀ ਤਾਂ ਦਿਲ ਅੰਦਰ ਅਕਸਰ ਯਾਰ ਮੈਂ ਵੀ ਗੁਰੂ ਦਾ ਸਿੱਖ ਐ ਫਿਰ ਇਹਨਾਂ ਨੇ ਮੈਨੂੰ ਖਰਾਤਾ ਤੇ ਮੈਨੂੰ ਪਤਾ ਲੱਗਿਆ ਸੀ 5 ਕਿ ਦਿਨ ਪਹਿਲਾਂ ਸੱਚੀ ਗੱਲ ਐ ਮੈਨੂੰ ਕਿਸੀ ਇੰਨੇ ਪੈਸੇ ਭੇਜਾਂਗੇ ਲਗਭਗ 10 ਲੱਖ ਰੁਪਈਆ ਤੇ ਜੇ ਜਦੋਂ ਦੇਣ ਆਇਆ ਅੱਛਾ ਰਾਮਰੇ ਸਾਹਿਬ ਮੈਨੂੰ ਮੈਨੂੰ ਯਾਦ ਆ ਜਦੋਂ ਤੁਸੀਂ ਆਪਣੀ ਪਾਰਟੀ ਭੰਗ ਕਰਕੇ 2011 ਨਵੰਬਰ ਚ ਮੈਨੂੰ ਅੱਜ ਵੀ ਯਾਦ ਆ ਤੁਹਾਡਾ ਭਾਸ਼ਣ ਜਦੋਂ ਤੁਸੀਂ ਸ਼ਰਮਣੀ ਕਾਲੀ ਦਲ ਜੁਆਇਨ ਕਰਦੇ ਹੋ ਤੁਸੀਂ ਕਹਿੰਦੇ ਸੀ ਸਖਬੀਰ ਸਿੰਘ ਬਾਦਲ ਨਹੀਂ ਮੈਂ ਤਾਂ ਸੂਰਵੀਰ ਸਿੰਘ ਬਾਦਲ ਕਜ਼ਰਤੀ ਇਹ ਕਿਹਾ ਕਿ ਪੈਂਦਾ ਜਦੋਂ ਤੁਸੀਂ ਲੜ ਗਏ ਫਿਰ ਤਾਂ ਕਈ ਵੀਰੇ ਜਦੋਂ ਆਨੰਦਕਾਰ ਦੀ ਹੋ ਜਾਂਦਾ ਫਿਰ ਕਾਣੇ ਜੀ ਨੂੰ ਕਹਿੰਦੇ ਇਹਦੀ ਨਿਕਰ ਤਾਂ ਚੰਦ ਨੂੰ ਵੇਂਦੀ ਆ ਕਹਿਣਾ ਹੀ ਪੈਂਦਾ ਉਹ ਚ ਕੋਈ ਈਡੀ ਗੱਲ ਨਹੀਂ ਕਿਉਂਕਿ ਉਹਨਾਂ ਦੀ ਪਾਰਟੀ ਤੇ ਰਿਵਾਜ ਹੈ ਕਹੋਣਾ ਪੈਂਦਾ ਤੁਹਾਨੂੰ ਕਹਾਇਆ ਗਿਆ ਨਹੀਂ ਸੁਨੀਹੇ ਆਏ ਵੀ ਜਰਾ ਥੋੜੀ ਜੀ ਚਾਟ ਦੇ ਭੁੱਖੇ ਆ ਕੌਣ ਆ ਬਾਗ ਲੈ ਸਕ ਦੋਨੇ ਤੇ ਅਸੀਂ ਵੀ ਤਾਂ ਮਾਰ ਆ ਵੀ ਅਸੀਂ ਕਿਹੜੇ ਨੂੰ ਵੜੇ ਵੇ ਪਾਤੇ ਦੋ ਭਾਸ਼ਣ ਦਿੱਤੇ ਜਿੱਦੋਂ ਮੈਂ ਵੇਖਿਆ ਹਾਲੀਵੁੱਡ ਮੈਂ ਪਿੱਛੇ ਹਟਣ ਲੱਗ ਗਿਆ ਜਿਹੜੀ ਬਾਹਲੀ ਗੱਲ ਵਿਗੜੀ ਨਾ ਜਿੱਥੋਂ ਉਹ ਮੈਨੂੰ ਪਤਾ ਲੱਗ ਗਿਆ ਇੱਕ ਦਿਨ ਮੈਂ ਮਿਲਣ ਗਿਆ ਤੇ ਮੈਨੂੰ ਮੇਰਾ ਤੁੜਕਾ ਤੁਹਾਨੂੰ ਪਤਾ ਨਹੀਂ ਮੇਰੇ ਜਿੱਡਾ ਅਫਸਰਾਂ ਦਾ ਵਿਹਾਰ ਨਹੀਂ ਕਿਸਦਾ ਚੰਗਾ ਮਲਾਜਮਾਂ ਮੈਂ ਬਾਹ ਜਾ ਕੇ ਕਹਿਣਾ ਮੈਂ ਸਾਰੀ ਜ਼ਿੰਦਗੀ 'ਚ ਕਿਸੇ ਪੁਲਿਸ ਵਾਲੇ ਨੂੰ ਉਹ ਇਹ ਨਹੀਂ ਕਿਹਾ ਨਾ ਕੁਰੇ ਤੇ ਸਭ ਤੋਂ ਵੱਧ ਪੁਲਿਸ 'ਚ ਮੇਰੇ ਕੰਮ ਹੁੰਦੇ ਸੀ ਤੇ ਹੁੰਦੇ ਐ ਮੈਂ ਮੈਂ ਨਹੀਂ ਕਿਹਾ ਹੋਇਆ ਕਿਆ ਉਹ ਕ ਇਨਾਮ ਆ ਕੁਰਦਾ ਨਾ ਮੈਂ ਜੀ ਕਰਕੇ ਬੁਲਾਉਣਾ ਇੱਕ ਬਾਪੂ ਜੀ ਨੇ ਮੈਨੂੰ ਕਿਹਾ ਵੀ ਤੇਹਜ਼ੀਬ ਨਹੀਂ ਛੱਡਣੀ ਇਹ ਬਹੁਤ ਚਲੋ ਕੋਈ ਕੂਕੀ ਗੱਲ ਉਹ ਕਰਦੇ ਕਰਦੇ ਚਲੋ ਜੀ ਸਾਡਾ ਕੰਮ ਸੀਗਾ ਮੈਨੂੰ ਅੰਦਰੋਂ ਫਿਰ ਮੈਂ ਸੁਣ ਲਿਆ ਤੇ ਜਿਹੜੇ ਰੋਟੀ ਵੀ ਖਵਾਉਂਦੇ ਆ ਜਹਾ ਚੂਹਾ ਵਾਲੇ ਇਹਨਾਂ ਦੇ ਸਵੇਰੇ ਬ੍ਰੈਕਫਾਸਟਾਂ ਤੇ ਉੱਥੇ ਇਹਨਾਂ ਦੀ ਅੰਦਰਲੀਆ ਗੱਲਾਂ ਮੈਨੂੰ ਦੋਕ ਜਾਣੇ ਦੱਸ ਗਏ ਹੁਣ ਤਾਂ ਰਿਟਾਇਰ ਹੋ ਗਏ ਸਾਬ अच्छा बादलानिया बादलान दी भी बादला वो कहंदे जी ਤੁਹਾਡੇ ਨਾਲ ਬੇੜਾ ਕਰ ਕਰਨਗੇ اچھا ਤੁਸੀਂ ਕੰਮ ਲੈ ਕੇ ਗਏ ਸੀ ਕੋ ਬਦਲ ਕੋਲ ਨਹੀਂ ਉਹੀ ਛੋਟੇ ਬਾਰੇ ਤੇ ਇਹ ਕਹਿੰਦੇ ਵੀ ਇਹ ਚੜ੍ਹਨ ਨਹੀਂ ਦੇਣਾ ਫਿਰ ਰੌਲਾ ਪਿਆ ਕਿ ਜਰਾ ਦੇ ਸਿਖਾ ਦੋ ਨਹੀਂ ਨਹੀਂ ਮੈਨੂੰ ਉਹ ਜੀ ਯਾਦ ਆ ਗਈ ਤੁਸੀਂ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਤੁਸੀਂ ਕਹਿੰਦੇ ਸੀ ਇਹ ਐਸਾ ਪ੍ਰਕਾਸ਼ ਆ ਜਿਹਨੇ ਪੂਰੇ ਪੰਜਾਬ ਚ ਚਾਹ ਚਾਹ ਮੈਂ ਕਿਹਨਾਂ ਨੂੰ ਕੋਈ ਨੁਕਸਾਨ ਨੂੰ ਕੀ ਫਰਕ ਪੈਂਦਾ ਦੇ ਪਾਲਟੀਸ਼ਨ ਸੀਗੇ ਫਿਰ ਮਤਲਬ ਮਤਲਬ ਮੈਂ ਵੈਸੀ 16 ਸੁਣੋ 16 ਸੀਟਾਂ ਇਹ ਜਿੱਤੇ ਮੇਰੇ ਕਰਕੇ ਆ ਬਹੁਤ ਵੱਡੀ ਗੱਲ ਐ ਇਥੋਂ ਮੈਂ ਤੇ ਬਾਦਲ ਰਾਜਾ ਸਾਸੀ ਦੇ ਅੱਡੇ ਤੇ ਉਤਰੇ ਰਾਜਾ ਸਾਸੀ ਨੀਗੇ ਜਿੱਥੇ ਅਜਨਾਲ ਆ ਅਜਨਾਲ ਮਜੀਠੀਆ ਸਾਹਿਬ ਦੇ ਹਲਕੇ 'ਚ ਸੀ ਮੈਂ ਤੇ ਬਾਦਲ ਸਾਹਿਬ ਉਤਰੇ ਕਹਿੰਦੇ ਰੁਕ ਜਾਓ ਮੈਨੂੰ ਕਹਿੰਦੇ ਰਾਮੜਾ ਸਾਹਿਬ ਥੋੜੀ ਜਿਹੜੀ ਸਿਕਿਉਰਿਟੀ ਦੀ 200 ਬੰਦਾ ਸੀ ਦੋ ਦੋ ਬੰਦੇ ਸੀ ਨਾ ਮੈਂ ਪੰਜ ਕਰਿਆ ਤੇ ਥੋੜਾ ਤੇਲ ਸੀਗਾ ਹਰ ਮਹੀਨੇ 210 ਦਾ ਸਿਕਿਉਰਟੀ ਦਾ ਮੈਂ 750 ਰੁਪਇਆ ਕਰਦਾ ਮੈਂ ਕਿ ਜੀ ਮਿਹਰਬਾਨੀ ਕਹਿੰਦੇ ਨਹੀਂ ਮਿਹਰਬਾਨੀ ਤਾਂ ਥੋੜੀ ਆਸੀ 16 ਸੀਟਾਂ ਥੋੜੇ ਕਰਕੇ ਜਿੱਤੇ ਆਪੇ ਗਿਣਣ ਲੱਗੇ ਜਗਰਾਵਾ ਤੁਸੀਂ ਜਿਤਾਏ ਤੇ ਪੈਲ ਤੁਸੀਂ ਜਿਤਾਏ 2012 ਦੀ ਇਲੈਕਸ਼ਨ 2012 ਇਹ ਥੋੜੇ ਕਰਕੇ ਜਿੱਤੇ ਹੈ ਕਹਿੰਦਾ ਕਰਤਾਰ ਕਰਤਾਰਪੁਰ 45 ਵੋਟਾਂ ਜਿੱਤੇ ਉਹ ਤੇਰੇ ਤਿੰਨ ਪਿੰਡਾਂ ਚ ਸੈਲ ਸੀ ਉਹਨਾਂ ਨੇ ਪਾਈਆਂ ਮਕਾਜੀ 16 ਦਾ ਮੈਂ ਕਹ ਇੱਕ ਬਹੁਤ ਕਦਰ ਕਰੂਗਾ ਕਰਤਾਰਪੁਰ ਜਲੰਧਰ ਵਾਲੀ ਸੀ ਜਲੰਧਰ ਵਾਲਾ ਸਿਰਫ 45 ਵੋਟਾਂ ਤੇ ਜਿੱਤੇ ਸੀ 45 ਵੋਟਾਂ ਜਿਹੜੀਆਂ ਵਾਧ ਜਿੱਤੀਆਂ ਉਹ ਜਿੱਤੇ ਮਨਿਸਟਰ ਜਿਹੜਾ ਹੁੰਦੇ ਸੀਗੇ ਅੱਜ ਕੱਲ ਛੱਡ ਗਏ ਇਹਨਾਂ ਨੂੰ ਉਹ ਫਿਰ ਇਹ ਮੈਨੂੰ ਸੀ ਚੰਗਾ ਰਹਿਣਗੇ ਇਹ ਨਵੀਂ ਨਵੀਂ ਜੀ ਗੱਲ ਸੀ ਹਲੇ ਅੱਥਾਂ ਦੀ ਮਹਿੰਦੀ ਜੀ ਲੱਤੀ ਨਹੀਂ ਸੀ ਬਹੁਦੇ ਸਾਨੂੰ ਥੋੜਾ ਚਿਰ ਹੋਇਆ ਸੀ ਲੱਗਿਆ ਨੇ ਫਿਰ ਜਦੋਂ ਆ ਕਰਨ ਲੱਗੇ ਤੇ ਮੈਂ ਕਿਹੜਾ ਕੱਚਾ ਹੂੰ ਮੈਂ ਫਿਰ ਪ੍ਰੋਖੜਾ ਸਾਹਿਬ ਜਾਣਾ ਹੁੰਨਾ ਹੈ ਮੈਂ ਕੱਲ ਕੋਹਦਾ ਨਹੀਂ ਮੈਂ ਗੱਲ ਉੱਥੇ ਪਰ ਮੈਂ ਜਾ ਕੇ ਰੋਇਆ ਅੱਛਾ ਮੈਂ ਕਿਹਾ ਜੀ ਮੈਨੂੰ ਤੋ ਹਰਾ ਵੀ ਦਿੱਤਾ ਬੇਜਤੀ ਵੀ ਕਰਤੀ ਇੱਕ ਦਿਨ ਮੈਂ ਅੰਦਰ ਵੜਨਾ ਸੀ ਸਾਰੇ ਬੰਦੇ ਵੜ ਗਏ ਮੈਨੂੰ ਰੋਕਤਾ ਵੀ ਅੱਧਾ ਘੰਟਾ ਰੋਕਦੇ ਹੋ ਬਾਅਦ ਸੁਵੀਰ ਸਾਹਿਬ ਕਹਿੰਦੇ ਬਾਅਦ ਚ ਆ ਜਾਣਗੇ ਆਮ ਲੋਕਾਂ ਸਾਣੀ ਮੈਂ ਕਿਹਾ ਇਹ ਦੂ ਵਾਰ ਫਿਰ ਆਉਂਗਾ ਹੀ ਨਹੀਂ ਅੱਛਾ ਉਹ ਜਦੋਂ ਫਿਰ ਤੁਸੀਂ 2016 ਚ ਆ ਕੇ ਨਹੀਂ ਫਿਰ ਮੈਂ ਜਾ ਕੇ ਰਾਤ ਨੂੰ ਇੱਥੇ ਸੋਚ ਚੁੱਕੀ ਕਾਰਾ ਇਹਨੂੰ ਕੌਂਸਲ ਤੁਸੀਂ ਜਦੋਂ ਮੈਂ ਘਰ ਇਹਨੂੰ ਦੱਸਿਆ ਨੀ ਵੋਟ ਮੇਰੀ ਕਟਾਈ ਵੀ ਸੀ ਮੋ ਗਿਓ ਅੱਛਾ ਮੈਂ ਮੈਂ ਉੱਥੇ ਉਹਨਾਂ ਬੜੀ ਇੰਟਰਸਟਿੰਗ ਗੱਲ ਆ ਜਦੋਂ ਤੁਸੀਂ ਵੋਟ ਕਟਾਈ ਮੋ ਗਿਓ ਪਹਿਲੀ ਗੱਲ ਤਾਂ ਤੁਸੀਂ ਜਾ ਕੇ ਸੋਚ ਚੱਕ ਲਈ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੋਈ ਨਹੀਂ ਸੰਗਦੀ ਤੁਸੀਂ ਜਾ ਕੇ ਯੂਪੀ ਚ ਸੋਚ ਚੱਕ ਲਈ ਬਿਲਕੁਲ ਤੇ ਇੱਥੇ ਬਾਅਦ ਚ ਪਤਾ ਲੱਗਿਆ ਬਾਲਾ ਸਾਹਿਬ ਨੂੰ ਨਹੀਂ ਨਹੀਂ ਕੋਈ ਸਰ ਇਹ ਤਾਂ ਨੇ ਤਾਂ ਦੰਦ ਜੁੜ ਗਏ ਚਲੋ ਮੈਂ ਜੀ ਉੱਥੇ ਜਾ ਕੇ ਸਭ ਵੋਟ ਕਟਾਉਣ ਵਾਲੀ ਗੱਲ ਜ਼ਰੂਰ ਹੋ ਗਦਾ ਤੁਸੀਂ ਵੋਟ ਬੜੇ ਚੁੱਪਚਾਪੀ ਤੇ ਕਹਿੰਦੇ ਫੋਟ ਕਟਾ ਲਈ ਕਹਿੰਦੇ ਕਿਉਂ ਕਟਾਈ ਹੈ ਮੈਂ ਕਿਹਾ ਜੀ ਮੇਰੇ ਰਸ ਦਾ ਮਹਾਲੀ ਬਣਾਉਣ ਦਾ ਹੈ ਅੱਛਾ ਉਹ ਤਸੀਲਦਾਰ ਬਹੁਤ ਚੰਗਾ ਸੀ ਮੈਂ ਜੀ ਕਿੰਨੇ ਪੈਸੇ ਉਹ ਕਹਿੰਦੇ ਪੈਸੇ ਤੁਸ ਕਹਿੰਦੇ ਲੈਣੇ 22 ਰੁਪਏ ਕਹਿੰਦੇ ਕਿੰਨੇ ਸੀ ਉਹਨੇ ਲਏ ਹੀ ਨਹੀਂ ਮੈਨੂੰ ਕੀ 22 ਰੁਪਏ ਹੁੰਦੇ ਮੈਂ ਜੇਬ ਚ ਪਾ ਲੇ ਪਪ ਚੋਖੜਾ ਸਾਹਿਬ ਮੈਂ ਇਥੇ ਇਥੇ ਤੁਰਿਆ ਆ ਬੀ ਮੇਰਾ ਆਇਫ ਕੋ ਲੋ ਤੇ ਮੈਨੂੰ ਇੱਕ ਇਹਦੀ ਕਿੱਥੇ ਜਾਣਾ ਮੈਂ ਕਿਹਾ ਵੀ ਅੱਜ ਧਰਮ ਟੁੱਟੂਗਾ ਮੈਂ ਤੈਨੂੰ ਵੀ ਨਹੀਂ ਦੱਸਣਾ ਕਹਿੰਦੀ ਇਹ ਕੀ ਗੱਲ ਵਾ ਤੂੰ ਚਾਹ ਪੀੜੀ ਪਿਆਦੇ ਨਹੀਂ 라ਵਨਾ ਪੈ ਜਾ ਤੇ ਨਾ ਮੈਨੂੰ ਤੂੰ ਬਾਹਰ ਤੋਰਨਾ ਹੀ ਅਗੇ ਦਫਾਫਤੇ ਬੁਲਾਉਣਾਂ ਦੀ ਹੁੰਦੀ ਸੀ ਮੈਂ ਕਿਹਾ ਤੂੰ ਨਾ ਆਈ ਚਲਈ ਮੈਂ ਮੋਟੀ ਗੱਲ ਛੱਡੋ ਮੈਂ ਜਾ ਕੇ ਸਿੱਧਾ ਮਜੋਖੜ ਮੱਥਾ ਟੇਕ ਕੇ ਉੱਥੇ ਗਿਆ ਬਸ ਪਰਗਾ ਇਸ ਉਹਨਾਂ ਬਲੈਮ ਸਿੰਘ ਜੀ ਨਾਲ ਗੱਲ ਕੀਤੀ ਬਲੈਮ ਉਹਨਾਂ ਦੇ ਮੈਂ ਕੰਮ ਕੀਤੇ ਸੀ ਬਹੁਤ ਵੱਡੇ ਵੱਡੇ ਜੀ ਜੀ ਉਹਨਾਂ ਦੇ ਟੀਚਰ ਨੂੰ ਮੈਂ ਮੈਂ मिनिस्टर ਦੱਸਿਆ ਪਹਿਲਾਂ ਮਨਿਸਟਰ ਬਣਾਇਆ ਹਾਂ ਕਿੱਸਾ ਕੋਤਾ ਕੀ ਯਾਰ ਮੈਂ ਕਹਿੰਦੀ ਫਿਰ ਕੀ ਕਹਿੰਦਾ ਕੀ ਕਰਦੇ ਮਖ ਜੀ ਜੁੱਤੀਆਂ ਖਾਣੇ ਆ ਹਾਂ ਕਹਿੰਦਾ ਮੇਰੇ ਹੋਤੇ ਤੁਹਾਨੂੰ ਪਤਾ ਨਹੀਂ ਮੈਂ 2600 26000 ਕਰੋੜ 2600 2600 ਕਰੋੜ ਰੁਪਈਆ ਮਨਿਸਟਰ ਹੁੰਦੇ ਆ ਰੂਪੀ ਦੇ ਨਾਮ ਸਗ ਦੇਖਿਆ ਸਕੂਲਾਂ ਚ ਕਾਲਜਾਂ ਚ ਬਹੁਤੇ ਮੁਸਲਮਾਨਾਂ ਦੇ ਸਕੂਲਾਂ ਮੈਂ ਦਿੱਤਾ ਸੀ ਜਿੱਥੇ ਕਹੀ ਗਏ ਦੇ ਹੀ ਮੈਂ 4 ਦਿਨ ਰਿਹਾ 5 ਦਿਨ ਚਲੋ ਉਹ ਮੈਨੂੰ ਕੀ ਕਰਦਾ ਮੇਰੇ ਹੱਥ ਫੜ ਕੇ ਕਹਿੰਦਾ ਮੇਰੇ ਹੋਤੇ ਹੋਏ ਮੈਂ ਕਿਹਾ ਤੱਕੇ ਖਾਣੇ ਮੈਂ ਹੱਥ ਜੇ ਫੜ ਕੇ ਚੋ ਮਿਲਿਆ ਕਹਿੰਦਾ ਅਕਲੇਸ਼ ਨੂੰ ਬੁਲਾਓ ਅਕਲੇਸ਼ੀ ਪਰਸੋਂ ਕੋ ਸ਼ਫਤ ਗ੍ਰਹਿਣ ਹੋਗਾ ਕਹਿੰਦਾ ਠੀਕ ਹੈ ਜੀ ਕਿੰਨੇ ਮੰਤਰੀ ਲੈਣੇ ਕਹਿੰਦਾ ਜੀ ਦੋ ਹੈਗੇ ਆ ਕਹਿੰਦਾ ਤੀਜੇ ਰਾਮੂ ਵਾਲੀ ਆ ਮੱਕੇ ਜੀ ਵੋਟ ਨਹੀਂ ਬਣੀ ਕਿ ਤਾ ਆ ਗਈ ਘੰਟੇ ਸੱਦ ਲੈ ਦੀ ਸੀ ਕਹਿੰਦਾ ਵੋਟ ਫੜ ਉਹ ਕਹਿੰਦਾ ਜੀ ਮੈਂ ਉੱਥੋਂ ਬਣਵਾ ਦਿੰਦਾ ਮੇਰੇ ਠੋ ਇੱਥੇ ਠੀਕ ਨਹੀਂ ਮੈਂ ਮੇਰੇ ਠੋ ਬਣਾ ਦੇ ਐਡਰੈਸ ਮੇਰੇ ਦਾ ਦੇ ਦੇ ਨੇ ਤੇ ਉੱਥੇ ਮੈਂ ਚਲ ਬਣ ਗਏ ਸੌ ਚੁੱਕੀ ਜਦੋਂ ਮੈਂ ਸੌ ਚੁੱਕੀ ਰਹੀ ਸੀ ਉਹਨਾਂ ਦੇ ਗਨਮੈਨ ਦੱਸਦੇ ਆ ਬਾਦਲ ਸਾਹਿਬ ਕਹਿੰਦੇ ਇਹ ਕੀ ਕਰੀ ਜਾਂਦਾ ਇੱਥੇ ਚੰਡੀਗੜ੍ਹ 10:30 ਵਜੇ ਸਾਲ ਬ੍ਰੇਕਫਾਸਟ ਲੇਟ ਕਰਦੇ ਹੋਣੇ ਇਹ ਕੀ ਕਰੀ ਜਾਂਦਾ ਹੁਣ ਗਨਮੈਨ ਦੱਸਦੇ ਆ ਉਹ ਕਹਿੰਦਾ ਜੀ ਇਹ ਤਾਂ ਮਿਨਿਸਟਰ ਬਣ ਗਿਆ ਰਾਮਵਾਲੀਆ ਕਹਿੰਦਾ ਕੱਜ ਨਾ ਦੇਖੋ ਸ਼ਕਲ ਤਾਂ ਨਹੀਂ ਮਿਲਦੀ ਕਹਿੰਦਾ ਦੇਖੋ ਉਹ ਕਹਿੰਦੇ ਜੀ ਉਹੀ ਹੈ ਉਹਨੇ ਕਿਹਾ ਮੈਂ ਰਾਮੂ ਵਾਲੀਆ ਕੈਬਨਿਟ ਮੰਤਰੀ ਦੀ ਸੌਖਾ ਨਾ ਜੀ ਕਹਿੰਦਾ ਇਹ ਕਿਵੇਂ ਬਣ ਗਿਆ ਉਹ ਬਾਹਰ ਆ ਕੇ ਕੈਂਪੂ ਜੀ ਕਹਿੰਦਾ ਮੁੰਡਾ ਕਹਿੰਦਾ ਤਾਂ ਜਿਆ ਨਜ਼ਾਰਾ ਆ ਗਿਆ ਬਾਦਲ ਸਾਹਿਬ ਦੇਣਾ ਬੁਰਕੀ ਨਹੀਂ ਲੰਗੀ ਦੂਆ ਕਹਿੰਦਾ ਬੁਰਕੀ ਨਾ ਲੰਗੀ ਕਹਿੰਦਾ ਉਹਦੇ ਪਾਣੀ ਨਹੀਂ ਲੰਘਿਆ ਵੀ ਛਰੀਕ ਬਣ ਗਿਆ ਫੇਰ ਮੈਂ ਨਹੀਂ ਇਕੋ ਗੱਲ ਮਲੇਮਸੋ ਨੇ ਕਹੀ ਮੈਂ ਤਾਂ ਕਿਹਾ ਕਿ ਨਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਮੈਂ ਮੰਨ ਤੇ ਕਰਦਾ ਹਾਂ ਅਕਾਲ ਤਖਤ ਦੇ ਜਥੇਦਾਰ ਦੀ ਟੌਰ ਬਣਾ ਦਿਓ ਹੋਰ ਕਰੜੇ ਕਰੋ ਮੈਨੂੰ ਮਲੇਮਸੋ ਕਹਿੰਦਾ ਸੌ ਦਾ ਚੱਕਰ ਲੱਗਾ ਉਹᱫੋ ਆਪਕਾ ਅਮਰ ਸਰਮੇ ਹੈ ਅਕਾਲ ਤਖਤ ਕੋਈ ਮਖਾਏ ਅਰੇ ਉਹ ਮuje ਨਾ ਪੇਸ਼ ਕਰਕੇ ਕਹਦੇ ਕਿ ਬਰਤਨ ਵਾ ਸਾਫ ਕਰੋ ਉਹ ਵਹਾਂ ਕੌਣ ਜਾਏਗਾ ਮuje ਸਦਰ ਬਣਾਏਗੇ ਮੈਂ ਕਿਹਾ ਵੀ ਤਾਂ ਪੱਟੇ ਹੈ ਇਹ ਤਾਂ ਗੱਲ ਗਈ ਸੌ ਟੁਕੜ ਜਲੇ ਅੱਧਾ ਘੰਟਾ ਰਹਿ ਗਿਆ ਮੈਂ ਕਿਹਾ ਬੇੜਾ ਘਰ ਖੋ ਜੇ ਮੈਂ ਕਿਹਾ ਜੀ ਤੁਹਾਨੂੰ ਤਾਂ ਕਹਿ ਹੀ ਨਹੀਂ ਸਕਦੇ ਕਿਉਂਕਿ ਤੁਸੀਂ ਗੋਲਡਨ ਟੈਂਪਲ ਦੀ ਬੇਇੱਜ਼ਤੀ ਕਰੋ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰੋ ਫਿਰ ਤੁਹਾਨੂੰ ਕਹਿ ਸਕਦੇ ਆ ਉਹ ਵੀ ਤੁਹਾਨੂੰ ਮੌਕਾ ਦੇਣਗੇ ਵੀ ਤੁਹਾਨੂੰ ਮਾਫੀ ਮੰਗਣ ਦਾ ਕਿਉਂਕਿ ਤੁਸੀਂ ਗਾੜੀ ਕੇਸ ਵਾਲੇ ਨਹੀਂ ਉਹ ਸਾਡੇ ਸਾਰਿਆਂ ਤੇ ਲਾਗੂ ਆ ਤੁਸੀਂ ਹਿੰਦੂ ਆ ਕਹਿੰਦਾ ਪੱਕਾ ਹੈ ਐਸਾ ਨਾ ਹੋ ਕਿ ਵਾਹ ਮੈਂ ਤਾਂ ਜਾਊਂਗਾ ਬੁਲਾ ਲਿਆ ਮੈਂ ਨਹੀਂ ਰੁਕਣਾ ਕਿਉਂਕਿ ਉਹਨਾਂ ਦਾ ਆਲਡਰ ਕੋਈ ਨਹੀਂ ਵਾਪਸ ਕਰ ਸਕਦਾ ਬਹੁਤ ਸਖਤ ਤਾਂ ਰਣਜੀਤ ਸਿੰਘ ਕੋ ਕਰ ਦਿਆ ਤਾਂ ਮੈਨੇ ਪੜਾ ਮਹਾਰਾਜ ਰਣਜੀਤ ਸਿੰਘ ਕੋ ਮੈਂ ਕਿਹਾ ਵਾਹ ਮਹਾਰਾਜੋ ਪੁੱਤੋ ਅਤਾਸ ਕਿੱਡਾ ਵੱਡਾ ਹੈ ਉਹਨੂੰ ਤੇ ਕੁਝ ਮੈਂ ਕਹਿੰਦਾ ਜੀ ਤੁਸੀਂ ਉਹ ਕਰੋ ਜੇ ਇਹ ਗੱਲ ਹੋ ਜੇ ਜੋ ਮਰਜ਼ੀ ਕਹਿੰਦਾ ਆਫਰ ਬਸ ਸੌਂਚੋ ਕੀ ਦੇਖ ਬਣ ਗਿਆ ਕਾਉ ਉਹ ਇੱਕ ਇੱਕੇ ਬੜਾ ਮਸ਼ਹੂਰ ਹੈ ਬਲ ਸਾਹਿਬ ਬਾਰੇ ਕਹਿੰਦੇ ਵੀ ਬੰਦਾ ਉਹਨਾਂ ਦੇ ਘੇਰੇ ਚੋਂ ਬਚ ਨਹੀਂ ਸਕਦਾ ਹੈਨਾ ਬੜੇ ਵੱਡੇ ਵੱਡੇ ਲੀਡਰ ਪੰਜਾਬ ਦੇ ਇੱਕ ਵਾਰੀ ਇਹ ਵੀ ਸੁਣਨਾ ਚਾਹ ਕਿ ਚੰਦੂ ਮਾਜਰਾ ਪਹਿਲਾਂ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰੋਕ ਲਿਆ ਗਿਆ ਸੀ ਇਸੇ ਕਰਕੇ ਤੁਸੀਂ ਖਬਰ ਨਹੀਂ ਹੋਣ ਦਿੱਤੀ ਮਤਲਬ ਤੁਸੀਂ ਉਸ ਘੇਰੇ ਚੋਂ ਕਿਵੇਂ ਲੰਘ ਗਏ ਬਸ ਇੱਥੇ ਮੈਂ ਇੱਕ ਹਫ਼ਤਾ ਦਾ ਬੰਦ ਆ ਬਾਪੂ ਜੀ ਨੇ ਵੀ ਲਿਖੀ ਹੈ ਗੁਰੂ ਗੋਬਿੰਦ ਸਿੰਘ ਨੂੰ ਮੈਂ ਬਹੁਤ ਪੂਜਦਾ ਹਾਂ ਬੋਤ ਔਰ ਮजरीवाल ਜਨਾ ਮਾਫ ਕਰਨ ਦਾ ਕੱਖ ਨਹੀਂ ਪੜੇ ਪੁੜੇ ਇਹਨਾਂ ਤਾਂ ਪਤਾ ਹੀ ਨਹੀਂ ਕੀ ਹੈ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਸ਼ਾਮ ਸੌਟ ਆੜੀ ਨੇ ਕੀ ਕੀਤਾ ਕਿਤੇ ਲੰਮੀਆਂ ਗੱਲਾਂ ਮੈਂ ਗੁਰੂ ਗੋਬਿੰਦ ਸਿੰਘ ਦੀ ਓਟ ਲੈ ਕੇ ਤੇ ਪੰਜੋਖੜਾ ਸਾਹਿਬ ਮੱਥਾ ਟੇਕ ਕੇ ਗਿਆ ਸੀ ਮੈਨੂੰ ਡਰ ਕੋਈ ਨਹੀਂ ਖੋ ਕੇ ਜਾਗਦਿਆਂ ਤੋਂ ਦੇ ਦਿੰਦਾ ਸੁੱਤਿਆਂ ਨੂੰ ਕਫ਼ਤਾ ਦਾ ਬੰਦ ਹੈ ਬੜੀ ਗਾਈ ਹੈ ਖੋ ਕੇ ਜਾਗਦਿਆਂ ਤੋਂ ਦੇ ਦਿੰਦਾ ਸੁੱਤਿਆਂ ਨੂੰ ਕਰਪਾ ਕਰ ਦੇਵੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਕਿਰਪਾ ਸੀ ਇਹ ਕੀ ਕਰ ਦਿੰਦੇ ਉਹ ਉਹਨੂੰ ਪਤਾ ਸੀ ਵੀ ਵਿਚਾਰ ਲੈਨੇ ساری ਉਮਰ ਮੇਰਾ ਨਾਂ ਜੱਬਿਆ ਮੇਰੀ ਕਫਤਾ ਗਈ ਹੈ ਬੰਦੇ ਜੋ ਮੈਂ ਇਨੇ ਪੁੰਨ ਕੀਤੇ ਸੀਗੇ 85 ਤੋਂ ਬਾਅਦ ਉਹਨਾਂ ਦਾ ਪਰਮਾਤਮਾ ਨੇ ਸ਼ਾਬਾਸ਼ ਹੀ ਨਹੀਂ ਦਿੱਤੀ ਬਣ ਗਏ ਜਿਹੜੀ ਉੱਥੇ ਵੋਟ ਬਣੀ ਨਾ ਉਹ ਵੀਆਂ ਮਿੰਟਾਂ ਚ ਬਣੀ ਜਿਹੜੀ ਉੱਥੇ ਬਣੀ ਮਤਲਬ ਇਧਰੋਂ ਅਸੀਂ ਰਾਤੋ ਰਾਤ ਗੇਮ ਪਾਈ ਸਾਰੀ। ਉਹ ਰਾਤੋ ਰਾਤ ਤੜਕੇ ਮਾਜੀ ਉੱਠੇ ਦੋ ਦਿਨ ਉਹਥੇ ਰਹੇ। ਉਹਨਾਂ ਨੇ ਸਰਕਾਰੀ ਥਾਂ ਤੇ ਦੱਸਤਾ ਮਜੀ ਦੱਸਿਓ ਨਾ ਮੈਂ ਆਇਆ। ਯਾਰ ਮੈਂ ਤਾਂ ਮੇਰੇ ਕੋਲ ਲੱਗਦੀ ਹਵਾ ਨੂੰ ਵੀ ਪਤਾ ਲੱਗਣੇ ਦਿੱਤਾ। ਇੱਕ ਮੁੰਡਾ ਨਵਦੀਪ ਸਿੰਘ ਮੰਡੀ ਕਹਲਾ ਉਹਨੂੰ ਮਾੜਾ ਜਿਹਾ ਪਤਾ ਸੀ ਮੇਰੇ ਨਾਲ ਸੀ ਇੱਕ ਚਮਕੌਰ ਸਿੰਘ ਸੇਖੋਂ। ਉਹਨੂੰ ਪਤਾ ਸੀ ਨਾ ਮੇਰੇ ਭਰਾਵਾਂ ਨੂੰ ਪਤਾ ਨਾ ਮੇਰੇ ਪੁੱਤਰ ਨੂੰ ਪਤਾ ਨਾ ਮੇਰੇ ਘਰ ਆ ਇਹਨਾਂ ਨੂੰ ਪਤਾ ਜੀ ਤਾਂ ਕੋਲੋਂ ਆ ਗਏ। ਕਰਗੇ ਉਸ ਤੋਂ ਬਾਅਦ ਫਿਰ ਕੱਲ ਬਾਤ ਕਦੇ ਹੋਈ ਬਦਲ ਸਾਹਿਬ ਨਾਲ ਬਾਦੇ ਉਹਨਾਂ ਨੇ ਬਾਤ ਚ ਕੀਆ ਫਤਿਹ ਹੋਈ ਹੈ ਫਤਿਹ ਫਤੂਈਆ ਇੱਕ ਦੋ ਵੇਰੀ ਆਮੋ ਸਾਹਮਣੇ ਜਦੋਂ ਕਈ ਵਾਰ ਆਮੋ ਸਾਹਮਣੇ ਮਿਲੇ ਤਾਂ ਫਤਿਹ ਬਲਾਈਦੀ ਹੈ ਥੋੜਾ ਜਿਹਾ ਉਹ ਉਸ ਤਰ੍ਹਾਂ ਕਰਾਂਦੇ ਉਹਨਾਂ ਨੇ ਕਦੇ ਰੋਸਾ ਜਾਂ ਨਾਰਾਜ਼ੀ ਉਦਾਂ ਨਹੀਂ ਕੋਈ ਕਰੰਟ ਹੋਣਾ ਹੁੰਦਾ ਨਹੀਂਗਾ ਨੜੇ ਉਹ ਨਹੀਂ ਗੱਲ ਉਹਨਾਂ ਦੇ ਆਪਦੇ ਮੰਜੇ ਦੀ ਦੌਣ ਢਿੱਲੀ ਹੋਈ ਪਈ ਹੈ ਹੈ ਹੀ ਕੁਝ ਨਹੀਂ ਤਿੰਨ ਬੰਦੇ ਜਿੱਤੇ ਹੈ ਇੱਕ ਉਹ ਸਰਦਾਰ ਸੁਖਵੀਰ ਸਿੰਘ ਬੋਲ ਕੇ ਪਾਕੀ ਸੋਚ ਕੇ ਪਾਸ਼ਨ ਥੋੜਾ ਕਰੇ ਨਾ ਕਰੇ ਮੈਂ ਉਹ ਇੰਟਰਵਿਊ ਦਿੱਤੀ ਹੈ ਹਾਲਾਂਕਿ ਪੋਲੀਆਂ ਗੱਲਾਂ ਵੀ ਕੀਤੀਆਂ ਲੇਕਿਨ ਮੈਂ ਆਪ ਦਾ ਤਰੀਕੇ ਨਾਲ ਕੀਤੀਆਂ ਤੇ ਉਹ 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 ਕਈ ਵਾਰੀ ਜਿਵੇਂ ਆ ਕਹਦਾ ਵੀ ਉਹਨਾਂ ਨੇ ਅਮਰਤਾਰੀ ਤੋਂ ਵੀ ਬਹਾਰਾ ਜੀ ਲਿਖਾ ਸਕਦੇ ਸੀ ਨੀਰ ਖਾ ਸਕਦੇ ਸੀ ਅਮਰਤ ਅਸਹੀ ਨਹੀਂ ਸੀ ਉਹਦਾ ਪੜੇ ਨਹੀਂ ਹੈ ਇਹ ਮੈਂ ਚਲੋ ਮੈਂ ਬਹੁਤੀਆਂ ਗੱਲਾਂ ਕੀ ਸੁਣਾਉਣੀਆਂ ਇਹਨਾਂ ਨੂੰ ਸੱਚੇ ਮੁੱਚੀ ਸਿੱਖੀ ਦਾ ਉੜਾੜਾ ਉੜਾ ਆਈ ਸਹਾ ਇਹ ਪੰਜ ਅੱਖਰ ਚਾਹਤ ਇੱਕੇ ਵਰੀ ਨਹੀਂ ਹੁੰਦੇ ਪੰਜ ਪਿਆਰਿਆਂ ਦੇ ਨਾਂ ਨਹੀਂ ਆਉਂਦੇ ਕੁਛ ਦਾ ਨਾਂ ਨਹੀਂ ਆਉਂਦਾ ਸਹਬਜ਼ਾਦੇ ਚਾਰਾਂ ਦੇ ਨਾਂ ਨਹੀਂ ਆਉਂਦੇ ਕੋਈ ਕਹਾਣੀ ਮਾਤਾ ਵੀ ਗੱਲ ਹੋਈ ਭਾਈ ਮਹਾਤਮ ਸਿੰਘ ਦਾ ਕਿਤੇ ਉੱਥੋਂ ਕੁਛ ਨਹੀਂ ਆਉਂਦਾ ਰਾਮੋਲੇ ਸਭ ਤੁਸੀਂ ਪੰਜਾਬ ਦੇ ਉਸ ਵੇਲੇ ਦੇ ਜਿਹੜੇ ਅੱਜ ਕਾਂਗਸ ਅਸਦਾਨ ਨੇ ਤੁਸੀਂ ਉਸ ਵੇਲੇ ਪੰਜਾਬ ਦੇ ਸਭ ਤੋਂ ਵੱਡੇ ਲੀਡਰਾਂ ਦੀ ਸੀ ਸੰਗ ਵਿੱਚ ਰਹੇ ਉਹਨਾਂ ਨਾਲ ਪਰ ਮੈਂ ਜੇ ਕੁਝ ਕੁ ਲੀਡਰਾਂ ਦੇ ਨਾਮ ਲਵਾਂ ਬਾਦਲ ਟੌੜਾ ਹੂੰ ਲੋਂਗੋਵਾਲ ਬਰਨਾਲਾ ਇਹ ਹੋ ਸ਼ਾਇਦ ਇੱਕ ਦਿਨ ਆ ਵੀ ਸਰ ਗਿਆ ਹੋ ਮੇਰੇ ਤੋਂ ਮੇ ਮੋਹਨ ਸੋਟੜਾ ਜੀ ਮਤਲਬ ਮੈਂ ਜੇ ਚਾਰਾ ਪੰਜਾ ਲੀਟਰਾਂ ਚੋਂ ਕੋਈ ਇੱਕ ਲੀਟਰ ਕਾ ਵੀ ਜੇ ਸਭ ਤੋਂ ਜ਼ਿਆਦਾ ਪੰਜਾਬ ਅਖੀ ਲੀਟਰ ਇਹਨਾਂ ਦੇ ਵਿੱਚੋਂ ਕੌਣ ਸੀਗਾ ਜੇ ਤੁਸੀਂ ਕੋ ਚੁਣਨਾ ਹੋਵੇ ਕੁੱਲ ਮਿਲਾ ਕੇ ਤਲਵੰਡੀ ਤੇ ਟੌੜਾ ਇੱਕ ਤੇ ਸਿੱਖੀ ਵਿੱਚ ਦੂਜਾ ਭਾਈ ਲਾਲੋ ਕਿੱਥੇ ਦਾ ਮੋਹਨ ਸੋਟੜਾ ਐਸੀ ਮੈਂ ਤਰਲਨੀ ਸਾਹਿਬ ਕਦੇ ਮੈਨੂੰ ਚਿੱਠੀ ਦਿੰਦੇ ਸੀ ਮੈਂ ਦਿੱਲੀ ਸੀ ਕੰਮ ਕਰਦਾ ਸੀ ਜਦੋਂ ਟੌੜਾ ਸਾਹਿਬ ਬਣੇ ਹਾਲਾਂਕਿ ਉਹ ਨਰਾਜ਼ ਹੋ ਗਏ ਸੀ ਵੀ ਤੂੰ ਵਜ਼ੀਰੀ ਕਿਉਂ ਲਈ ਪਰ ਮੈਂ ਉਹਨਾਂ ਦੀ ਚਿੱਟ ਦੇ ਉੱਤੇ ਕੰਮ ਕਰ ਦਿੰਦਾ ਸੀ ਇੱਕ ਇਥੇ ਪੰਜਾਬ ਦਾ ਅਫਸਰ ਸੀ ਉਹ ਪੀਸੀਸ ਕਰ ਗਿਆ ਡੀਐਸਪੀ ਹੋ ਗਿਆ ਤੇ ਟੌੜਾ ਸਾਹਿਬ ਨੂੰ ਉਹ ਕਹਿੰਦਾ ਜੀ ਮੈਂ ਉੱਥੇ ਹੈ ਗਿਆ ਸੈਂਟਰਲ ਗਵਰਨਮੈਂਟ ਚ ਕਿਸੇ ਯੂਨਿਟ ਚ ਮੈਸਰੀਫਾ ਦੇਣਾ ਉਥੋਂ ਅੱਜ ਆਜੀ ਮਨਜ਼ੂਰ ਕਰਾ ਕੇ ਤੇ ਕੌਣ ਕਰੂਗਾ ਤੇ ਸ਼ਾਮ ਤਾਈਂ ਇੱਥੇ ਦੇਣਾ ਹੈ ਹਾਂਜੀ ਉਹ ਸ਼ਰ ਬੀਐਸਐਫ ਸੀ ਜਾ ਕਿ세 ਹੋਰ ਸੀ ਟੋੜਾ ਸਾਹਿਬ ਕਹਿੰਦੇ ਵੀ RAMU ਵਾਲੀ ਨੂੰ ਮੈਂ ਚਿੱਠੀ ਦੇ ਦਿੰਦਾ ਕਰਾ ਤਾਂ ਹੋ ਸਕਦਾ ਮੇਰੇ ਨਾਲ ਥੋੜਾ ਜਿਹਾ ਨਾਰਾਜ਼ ਰਹਿੰਦਾ ਮੈਂ ਉਹਦੇ ਪਿਓ ਨਾਲ ਦੋਸਤ ਹੈਗੇ ਪਰ ਮੇਰਾ ਕੰਮ ਹਰ ਇੱਕ ਕਰ ਦਿੰਦਾ ਹਰ ਇੱਕ ਕਰ ਦਿੰਦਾ ਮੈਂ ਕਿ ਉਹ ਕਹਿੰਦਾ ਕਿਵੇਂ ਕਹਿੰਦਾ ਫਤੇਗੜ ਸਾਹਿਬ ਟੈਕਨੀਕਲ ਯੂਨੀਵਰਸਿਟੀ ਬਣਨੀ ਸੀ ਇਹ ਬਣਦੀ ਨਹੀਂ ਸੀ RAMU ਵਾਲੀਏ ਨੇ ਬਣਾਈ ਫਿਰ ਮੈਂ ਜਸਟਿਸ ਸਰਦਾਰ ਅਲੀ ਤੇ RAMU ਵਾਲੀਏ ਨੂੰ ਅਮਰ ਸਰ ਸਦਕੇ ਸਰੋਪਾ ਦਿੱਤਾ ਮੈਂ ਸਾਨੂੰ ਸਰੋਪਾ ਦਿੱਤਾ ਟਾੜਾ ਸਭ ਨਹੀਂ ਤੇ ਬਣਾਈ ਇਹ ਫਤਿਹ ਕਰਤਾ ਕੰਮ ਮੈਂ ਕਰ ਦਿੰਦਾ ਉਹਨਾਂ ਮਹਾਰਾਜ ਕਰਾਉਂਗਾ ਮੈਨੂੰ ਇੱਕ ਦੁੱਖ ਹੀ ਹੈ ਮੈਂ 514 ਮੁੰਡੇ ਦਿੱਲੀ ਦੀ ਪੁਲਿਸ ਸਿੱਖ ਭਰਤੀ ਕੀਤੀ ਤੇ ਪਰ ਬਾਦਲ ਸਾਹਿਬ ਨੇ ਦੂਜੇ ਸੂਬੇ ਤੋਂ ਲਿਆ ਕੇ ਗੈਰ ਸਿੱਖੇ ਪੰਜਾਬ 'ਚ ਭਰਤੀ ਕੀਤੇ ਪੁਲਿਸ 'ਚ ਇਹਦਾ ਅੱਡਾ ਵਾਡਰ ਇਹ ਕਿ ਕ੍ਰਾਂਟਨ ਫਰੋਟੀ ਮੈਂ ਕਿ ਨਵੀਂ ਲੀਡਰ ਜਿਹੜੇ ਸੀ ਇਹ ਬਹੁਤ ਚੰਗੇ ਸੀਗੇ ਬਾਕੀ ਬਰਨਾਲਾ ਸਾਹਿਬ ਵੀ ਕੋਈ ਬੇਈਮਾਨ ਬਹੁਤੇ ਨਹੀਂ ਸੀ ਚੰਗੇ ਸੀ ਬਲਵੰਤ ਸਭ ਬਹੁਤ ਚੰਗਾ ਸੀ ਪਰ ਉਹ ਤਾਂ ਚੱਲਦੀ ਨਹੀਂ ਸੀ ਚੱਲਦੀ ਇਹਨਾਂ ਤਿੰਨਾਂ ਚਾਹੁੰਦੀ ਸੀ ਬਾਕੀ ਤਾਂ ਉਸੇ ਸੀ ਜਿਹੜਾ ਸ਼ਬਦ ਵਰਤਿਆ ਕਿ ਬੇਈਮਾਨ ਬਹੁਤੇ ਨਹੀਂ ਸੀ ਮਤਲਬ ਥੋੜੇ ਸੀ ਕੌਣ ਤੁਸੀਂ ਕਹਿੰਦੇ ਕਿ ਬੇਈਮਾਨ ਬਹੁਤੇ ਨਹੀਂ ਸੀ ਟਾੜਾ ਹਣੀ ਬਰਨਾਲਾ ਸਾਹਿਬ ਦੀ ਸੀ ਗੱਲ ਕੀਤੀ ਨਹੀਂ ਉਹ ਕਮਜ਼ੋਰ ਸੀਗੇ ਤੇ ਸਮਝੌਤਾ ਕਰ ਜਾਂਦੇ ਸੀ ਹੂੰ ਬੇਮਾਨ ਨਹੀਂ ਸੀ ਲੇਖ ਸਮਝੌਤਾ ਕਰ ਜਾਂਦੇ ਸੀ ਪਰ ਚਲੋ ਹਿਸਟਰੀ ਗਏ ਸੀ ਕਿ ਉਹ ਦੇਖੋ ਜਦੋਂ ਤਾਕਤ ਚਾਏ ਉਹਦੋਂ ਤਾਕਤ ਹੀ ਮੁੱਕੀ ਹੋਈ ਸੀ ਹੂੰ ਉਹਦੋਂ ਪੀਪਾ ਹੀ ਖਾਲੀ ਸੀ ਜਿਹੜਾ ਕਲੇਮ ਆ ਬਾਲ ਸਾਹਿਬ ਦਾ ਕਲੇਮ ਆ ਕਿ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਸਿੱਖਾਂ ਦੀ ਨੁਮਾਇੰਦਾ ਪਾਰਟੀ ਹਨਾ ਉਹਦੀ ਸੇਵਾ ਕੀਤੀ ਕਿ ਉਹਨੇ ਕਹਿੰਦਾ ਰਾਜ ਨਹੀਂ ਸੇਵਾ ਜਿਹੜਾ ਸਾਰਾ ਕੁਛ ਨਾਰਾ ਦਿੰਦੇ ਰਹਿ ਤਾਂ ਫਿਰ ਉਹ ਕੀ ਆ ਜੇ ਤੁਸੀਂ ਇਹਨਾਂ ਸਾਰੀਆਂ ਹੁਣ ਤੁਸੀਂ ਇਹ ਦਿਖਾਉਣਾ ਨੀਗਾ ਮੈਂ ਝੋਲੀ ਾੜ ਕੇ ਕਹਿਣਾ ਹੂੰ ਉਹ ਪੰਜ ਦਖਤਾਂ ਦੇ ਜਥੇਦਾਰੋ 11 ਮੈਂਬਰੀ ਕਮੇਟੀ ਨਿਰਪੱਖ ਬਣਾ ਦਿਓ ਸਾਰਿਆਂ ਨਾਲ ਰਲ ਕੇ ਰਹਿ ਲਾ ਕੇ ਉਹ ਦੱਸ ਦੇਣਗੇ ਵੀ ਬਾਦਲ ਸਾਹਿਬ ਨੇ ਡੁੱਬੀ ਤਾਂ ਤਾਂ ਜੇ ਸਾ ਨਾ ਆਇਆ ਕਿਸੇ ਨੇ ਕਿਹਾ ਕਿ ਅਗੇ ਬੱਚਾ ਛੜਦਾ ਨਹੀਂ ਮਾਰਦਾ ਆਹ ਆਪਦੀ ਸਹੇਲੀ ਨੂੰ ਉਹ ਤੇ ਬਹਿਣ ਗਈ ਸੀ ਰੰਡੀ ਹੋ ਗਈ ਸੀ ਉਹ ਕਹਿੰਦੀ ਆ ਜਾ ਭੈਣੇ ਰੰਡੀ ਇਹਨੇ ਕੀਤੀ ਹੈ ਐ ਦੀ ਛੜਨੇ ਜੇ ਸਿੱਖ ਪੰਥ ਦੀ ਦੁਰਦਸ਼ਾ ਕੀਤੀ ਹੈ ਤਾਂ ਦੋ ਗੱਲਾਂ ਨੇ ਕੀਤੀ ਐ ਗੁਰੂ ਗਬਰ ਸਿੰਘ ਨੇ ਪਰਿਵਾਰ ਵਾਰ ਕੇ ਸਿੱਖੀ ਧਰੂ ਤਾਰੇ ਤੋਂ ਉੱਚੀ ਬਣਾਈ ਸੀ ਬਾਦਲ ਨੇ ਪਰਿਵਾਰਵਾਦ ਲਿਆ ਕੇ ਸਿੱਖੀ ਪਤਾਲਾਂ ਜਿੰਨੀ ਖੂਹ ਚ ਡਿੱਗਦੀ ਇਹ ਕਿਵੇਂ ਕਰ ਦਿੰਦਾ ਤੇ ਦੂਜੀ ਗੱਲ ਜਿੰਨਾ ਪਰਿਵਾਰਵਾਦ ਬਾਦਲ ਸਾਹਿਬ ਦਾ ਆਇਆ ਉਹ ਸਾਰਾ ਪਰਿਵਾਰਵਾਦ ਅੱਜ ਤੁਹਾਨੂੰ ਯਕੀਨ ਮੰਨਵਾ ਕਹਿਣਾ ਨਹੀਂ ਚਾਹੁੰਦਾ ਅੱਜ ਇਹ ਹੈ ਬਾਦਲਾਂ ਬਾਰੇ ਵੀ ਤੁਸੀਂ ਇਹਨਾਂ ਨੂੰ ਕਹਦੇ ਹੋ ਕਿ ਵੀ ਚੰਡੀਗੜ੍ਹ ਲੈਣਾ ਕਿ ਤੁਹਾਨੂੰ 500 ਬੱਸਾਂ ਦਾ ਰੂਟ ਦੇ ਦिए ਇੰਡੀਆ ਦਾ ਉਹ ਕਹਿਣਗੇ ਜੀ ਇੱਕ ਮਿੰਟ ਰਹਿ ਲਾ ਲੀਏ ਉਦੋਂ ਸੁਖਵੀਰ ਕਹਿ ਦੋ ਚੰਡੀਗੜ੍ਹ ਆਪਾਂ ਕੀ ਕਰਨਾ 500 ਦਾ ਰੂਟ ਸਾਰੇ ਇੰਡੀਆ ਤੇ ਇੱਥੋਂ ਤਾਮਿਲਨਾਡੂ ਨੂੰ ਤੇ ਓਡੀਸ਼ਾ ਤੇ ਕੋਲਕਾਤਾ ਨੂੰ ਸਿੱਧੀਆਂ ਚੱਲਣ ਇਹਨਾਂ ਬਾਰੇ ਇਹ ਹੈ ਕਿ ਫਿਰ ਉਹ ਉਹ ਇਹ ਨਹੀਂ ਹੈ ਨਾ ਤੇ ਕਿਵੇਂ ਰਸੀਵ ਨਹੀਂ ਨਾ ਪੰਜਾਬੀ ਬੋਲੀ ਦੇ ਸਨਸੀਅਰ ਨਾ ਲੋਕਾਂ ਦੀ ਆ ਮੈਨੂੰ ਦੱਸ ਦੇ ਮੈਂ ਆ ਗਰੀਬ ਜੱਟ ਦਾ ਪੁੱਤ ਆ ਮੈਂ 514 ਮੁੰਡੇ ਦਿੱਲੀ ਦੀ ਪੁਲਸੀ ਭਾਰਤੀ ਕਰਾਂ ਤੁਸੀਂ ਦਿਖਾਉਣਾ ਨਹੀਂ ਹੈ ਜ਼ਰੂਰੀ ਹੈ ਦਿਖਾਓ ਉਹ ਜਦੋਂ ਇਸਲਾਮੀ ਲਈ ਮੈਂ 3600 ਮੁੰਡੇ ਦੀ ਦੇਵਗੜ੍ਹ ਆ ਸਭ ਨੇ ਮੈਨੂੰ ਭੇਜਤਾ ਮੇਰੇ ਮੂਹਰ ਦੀ ਨੰਗੇ ਕਹਿੰਦੇ ਮਗਰੋਂ ਆ ਖਾ ਲੋ ਜੀ ਕੀ ਕੀ ਖਾ ਲੋ ਆਈਸਕ੍ਰੀਮ ਮੈਂ ਕਹਾ ਜਾ ਭਾਜੋ ਮੈਂ ਨਹੀਂ ਖਾਣਾ ਨikhil kumar ਸ਼ਹਿਰ ਸੀਗਾ ਔਰ ਕਮਿਸ਼ਨਰ ਪੁਲਿਸ ਦਾ ਮੈਂ ਸਿੱਧਾ ਗੱਡੀ ਮੈਂ ਖਾਦੇ ਕੁਛ ਨਹੀਂ ਮੈਂ ਰੁੱਸ ਕੇ ਭੱਜ ਗਿਆ ਸਲਾਮੀ ਤੋਂ ਬਾਅਦ ਤੁਸੀਂ ਬੱਸਾਂ ਵਾਲੀ ਗੱਲ ਕੀਤੀ ਤੁਸੀਂ ਮੈਂ ਪਹਿਲਾਂ ਨਵੇੜਦੇ ਆ ਮੈਂ ਸਰਜੀਤ ਨੂੰ ਲੈ ਕੇ ਦੇਵਗੜਾ ਕੋਲ ਗਿਆ ਉਹ ਕਹਿੰਦਾ ਕੀ ਗੱਲ ਹੈ ਮੈਂ ਕਹਿੰਦੀ ਪੁਲਿਸ ਚ ਭਾਰਤੀ ਸਿੱਖਾਂ ਦੀ ਹੈ ਹੀ ਨਹੀਂ ਦੇ ਦਿੱਲੀ ਦੀ ਕਹਿੰਦਾ ਕਮਿਸ਼ਨਰ ਵਿਦਨ 5 ਮਿੰਟਸ ਉਹ ਸਾਢੇ 4-5 ਮਿੰਟ ਚ ਆ ਗਿਆ ਆ ਗਿਆ ਮੈਂ ਕਹਿੰਦਾ ਰਾਮ ਵਾਲਿਆ ਮੈਂ ਉਹ ਕਹਿੰਦਾ ਕਿਵੇਂ ਬੰਦਾ ਹੋ ਕੇ ਭਾਰਤੀ ਕਰਦੇ ਕਹਿੰਦਾ ਕਿੰਨੇ ਕਹਿੰਦਾ 300 ਕਰਦੇ ਆ ਪੰਜਾਬ ਚੋਂ ਮੈਂ ਕਿਹਾ 500 ਕਰਾਉਣਾ 500 ਬੰਦਾ ਜਲੰਧਰ ਪਟਿਆਲਾ ਅੰਮ੍ਰਿਤਸਰ ਤੇ ਮੇਰਾ ਜ਼ਿਲ੍ਹਾ ਮੋਗਾ ਮੋਗਿਓਂ ਭਰਤੀ ਹੋਈ ਆ ਜਾ ਕੇ ਦੇਖ ਲਓ ਮੁੰਡੇ 80 80 ਹਜ਼ਾਰ ਤਨਖਾਹ ਲੈਂਦੇ ਆ ਜਿਹੜੇ ਮੈਂ ਭਰਤੀ ਕਰਾਏ ਆ ਜਦੋਂ ਜਦੋਂ ਬਾਦਲ ਦਾ ਰਾਜ ਆਇਆ ਬਾਦਲ ਨੇ ਚਾਕੇ ਦੂਜੇ ਸੂਬਿਆਂ ਚ ਪੰਜਾਬ ਦੀ ਪੁਲਿਸ ਦੀ ਭਰਤੀ ਕੀਤੀ ਤੇ ਨਾਲੇ ਸਾਰੇ ਐਸਆਈ ਤੇ ਐਸਆਈ ਪਰ ਰਮਨ ਸਿੰਘ ਅਸਲੀ ਵਫਾਦਾਰੀ ਹੈ ਨਹੀਂ ਨਹੀਂ ਹੋਣਾ ਕੁਛ ਇਹਨਾਂ ਤੋਂ ਤੁਸੀਂ ਕਹਿੰਦੇ ਹੋ ਕਿ ਬੱਸਾਂ ਬਣਾ ਲੀਆਂ ਪਰਿਵਾਰਵਾਦ ਲਿਆਂਦਾ ਪਰ ਸੋ ਕੋਈਰ ਬਦਲਤਾ ਵੀ ਕਹਿੰਦੇ ਉਹਨਾਂ ਨੇ ਸਾਡੇ ਇੰਟਰਵਿਊ ਚ ਕਿਹਾ ਸੀ ਕਹਿੰਦੇ ਇਹ ਸਾਰਾ ਕੁਝ ਸਿਆਸਤ ਚੋਂ ਨਹੀਂ ਬਣਾਇਆ ਇਹ ਸਾਡੇ ਕੋਲੇ ਸਾਡੀ ਤਾਂ ਟਰਾਂਸਪੋਰਟ ਉਹ ਬਾਬਾ ਆਜ਼ਾਦੀ ਤੋਂ ਪਹਿਲਾਂ ਚੱਲਦੀ ਸੀ ਕਿੱਥੋਂ ਆਜ਼ਾਦੀ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਮੇਰਾ ਭਰਾ ਪੜਾਉਂਦਾ ਰਿਹਾ ਮਾਨਪਿੰਡ ਬਾਦਲ ਸਾਹਿਬ ਆਪ ਜੈਪਸੀ ਚ ਲਾ ਕੇ ਲੈ ਜਾਂਦੇ ਸੀ ਇਹ ਗੱਲ 1955 ਦੀ ਹੈ ਐਵੇਂ ਨਾ ਨਾ ਕਰੀ ਜਾਓ ਤੇ ਫਿਰ ਨੂੰ ਦੱਸ ਦਿਓ ਕਿੱਡੀ ਕੀ ਬਹਾਦਰੀ ਹੈ ਮੈਂ ਤਾਂ ਸਾਡੀ ਯੂਨੀਵਰਸਿਟੀ ਦਾ ਚਾਂਸਲ ਰਹਿ ਮੈਂ ਅੱਜਕੱਲ ਮਾਤਾ ਗੁਜਰੀ ਦਾ ਸੱਤ ਅਫਸਰ ਆਏ ਸੱਤੇ ਹਿੰਦੂ ਦੋ ਬੀਬੀਆਂ ਪੰਜ ਸਿੱਖ ਮੈਂ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਸਾਡੀ ਯੂਨੀਵਰਸਿਟੀ ਰੱਦ ਕਰਨ ਲੱਗੇ ਪਰ ਉੱਥੇ ਕਿਸ਼ਨਗੰਜ ਬਿਹਾਰ ਮੈਂ ਕਹ ਰੁਕੋ ਜੀ ਮੈਂ ਤਾਂ ਸਿੱਖਾਂ ਲਈ ਠੋਕ ਦੇ ਨਾ ਹੁਣ ਜਦੋਂ ਵਿਰਿਆਮਸੋਂ ਨੂੰ ਛੱਡਿਆ ਮੈਂ ਸੱਤੇ ਜ਼ਰੂਰ ਦਿਖਾ ਦਿਓ ਸਰਦਾਰ ਰਿਆਮਸੋਂ ਨੂੰ ਛੱਡਿਆ ਜਾਂ ਮੈਂ ਇਕੱਲੇ ਨੇ ਛੱਡਿਆ ਸਿੱਖ ਮੈਥੋਂ ਪਹਿਲਾਂ ਕੋਈ ਨਹੀਂ ਛੱਡ ਸਕਿਆ 600 MLA MP रायसभा मेंबर यूपी 600 है उन्हे मैं कहला सेक्सी मैं पेन चलाता वरयाप से छड़ता ए ਛੱਡ ਦਿੰਦੇ ਇਸ ਲਈ ਮੈਂ ਗੱਲ ਕਰ ਰਿਹਾ ਸੀਗਾ ਉਹ ਜਦੋਂ ਉਹਦੇ ਵਿੱਚ ਅ ਪੁਆਇੰਟ ਕੀ ਸਰ ਅਚਾ ਉਹ ਚਲੋ ਉਹਦੇ ਵਿੱਚ ਇਹ ਨਹੀਂ ਇਹ ਕਰ ਸਕਦੇ ਤੇ ਮੈਂ ਉਹਦੇ ਚ 500 ਚੋਂਦਾ ਮੁੰਡੇ ਪਰਚੀ ਕਰਾ ਸੀ ਤੁਸੀਂ ਪੈਨ ਦੀ ਗੱਲ ਕੀਤੀ ਮੈਨੂੰ ਤੁਹਾਡੇ ਹਰੇ ਪੈਨ ਤੋਂ ਯਾਦ ਆ ਗਿਆ ਸਾਡੇ ਜਿਹੜੇ ਮੌਜੂਦਾ ਸੀਐਮ ਨੇ ਇਹ ਵੀ ਕਹਿੰਦੇ ਹੁੰਦੇ ਸੀਗੇ ਕਿ ਹਰਾ ਪੈਨ ਇੱਕ ਵਾਰੀ ਮੈਨੂੰ ਦੇ ਦਿਓ ਮੈਂ ਪੰਜਾਬ ਦੀ ਤਕਦੀਰ ਬਦਲ ਦੂੰ ਹੁਣ ਤੱਕ ਤੁਹਾਨੂੰ ਸਾਲ ਹੋ ਗਿਆ ਕਿਵੇਂ ਲੱਗਦੀ ਸਰਕਾਰ ਦੀ ਕਾਰਗੁਜ਼ਾਰੀ ਤੁਹਾਨੂੰ ਜੇ ਮੈਂ ਉਹਨਾਂ ਦੇ ਉੱਤੇ ਹਰਾ ਪੈਨ ਚੰਗੇ ਪਾਸੇ ਚੱਲਿਆ ਮੈਂ ਕਹਿੰਦਾ ਮੈਨੂੰ ਇਹ ਲੱਗਦਾ ਹੈ ਹਲੇ ਤੱਕ ਮੈਂ ਉਹਨਾਂ ਨੂੰ ਦਿਲ ਵਿੱਚੋਂ ਨਹੀਂ ਕਹਿ ਸਕਦਾ ਕਿ ਉਹ ਕੰਮ ਕਰਨ ਵਿੱਚ ਬੇਈਮਾਨ ਹੈ ਤੇ ਮੈਂ ਨਹੀਂ ਕਹਿਣਾ ਮਤਲਬ ਤੁਸੀਂ ਅਜੇ ਸਮਾਂ ਦੇਣਾ ਚਾਹੁੰਦੇ ਹੋ ਮੈਂ 31 ਮਾਰਚ ਤੱਕ ਉਹਨਾਂ ਨੂੰ ਹੋਰ ਟਾਈਮ ਦਿਓ ਉਹ ਕੋਸ਼ਿਸ਼ਾਂ ਕਰ ਰਹੇ ਆ ਕੋਈ ਨਹੀਂ ਨਾਲੇ ਮੈਨੂੰ ਤਾਂ ਕੋਈ ਲਾਲਚ ਨਹੀਂ ਮੈਂ ਉਹਨਾਂ ਕੋਲ ਕੋਈ ਕੁਰਸੀ ਨਹੀਂ ਲੈਣੀ ਪਰ ਇੱਕੋ ਗੱਲ ਮੈਂ ਤਾਂ ਕਹਿਣੀ ਹੈ ਮਹੰਤਾਲੀ ਗੱਲ ਆ ਸਰਦਾਰ ਮਹਿੰਦਰ ਸਿੰਘ ਦੇ ਸਹਬਜ਼ਾਦੇ ਤੇ ਸਰਦਾਰ ਭਗਵਾਨ ਪ੍ਰਤਮਾਨ ਸਾਡੀ ਭੈਣ ਦੇ लाडले ਪੁੱਤਰ ਤੇ ਇਹ ਤਰੁਸ ਬੇਨਤੀ ਕਰਦਾ ਇੱਕ ਐਸਾ ਕਮਿਸ਼ਨ ਬਾ ਦੇ ਵੀ ਜਿਹੜੇ ਟਰੈਵਲ ਏਜੰਟ ਦੀ ਗੱਲ ਸਬੂਤ ਹੋ ਗਏ ਦੁਖੀਆਂ ਦੇ ਬਿਆਨ ਤੋਂ ਉਹ ਤੇ ਉਹਦੀ ਬੁੱਤੀ ਤੇ ਵੱਡਾ ਮੁੰਡਾ ਤੇ ਨੂੰ ਚਾਰੇ ਜਾਣੇ 10 ਸਾਲ ਜੇਲ੍ਹ ਜਾਣਗੇ ਤੇ ਤੇ ਸਵੇਰ ਨੂੰ ਕਾਗਜੇ ਨਾ ਮੋੜ ਗਏ ਮੈਨੂੰ ਕਹਿ ਦੀ ਪਰ ਹੋਣਾ ਨਹੀਂ ਥੋ ਥੋ ਤੁਕੇ ਤੁਨੀਸ਼ਾ ਦਿੱਲੀ ਵਾਲੇ ਕਰ ਨਾ ਦੇ ਪਰ ਜੇ ਕੰਮ ਕਰੇ ਮੈਂ ਤਾਂ ਉਹਦੇ ਕੰਮਾ-ਕੁੰਮਾ ਵਾਲਾ ਯਾਰ ਮੈਂ ਕੀ ਲੈਣੇ ਕੋਈ ਸਭ ਇਹ ਵੀ ਕਿਹਾ ਜਾਂਦਾ ਕਿ ਸਾਰਾ ਉਤਨੀਸ਼ਾ ਦਿੱਲੀ ਦਾ ਜਾਰੇ ਦਬ ਦਬਾ ਹੈ ਤਾਂ ਖਲਤੀਆਂ ਤਾਂ ਮੈਂ ਉਹਦੇ ਤੇ ਟਿੱਪਣੀ ਨਹੀਂ ਕਰਨੀ ਲੇਕਿਨ ਪੰਜਾਬ ਦੀ ਤਸੱਲੀ ਨਹੀਂ ਸੱਤ ਐਮਪੀਆਂ ਤੇ ਦੇਣੇ ਪਣੇ ਜੀ ਸ਼ੁਕਰੀਆ ਰਾਮੂ ਵਾਲੀ ਸਾਹਿਬ ਓਕੇ ਜੀ ਸਾਰਿਆਂ ਨੂੰ ਵੀ ਸੁਣਨ ਵਾਲਿਆਂ ਨੂੰ ਉਹ ਕੌਣੀਆਂ ਵੜੀਆਂ ਜਿੰਨੀਆਂ ਸੀ ਸਹੀ ਸਹੀ ਸਸਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਸਨ ਬਲਵੰਤ ਸਿੰਘ ਰਾਮੂ ਵਾਲੀਆ ਜਿਨ੍ਹਾਂ ਦੀ ਜ਼ਿੰਦਗੀ ਤੇ ਖੁੱਲਕੇ ਗੱਲਾਂ ਬਾਤਾਂ ਹੋਈਆਂ ਉਹਨਾਂ ਦੇ ਸੰਘਰਸ਼ ਤੇ ਕੈਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਜਿੱਥੇ ਇਸ ਮੁਕਾਮ ਤੇ ਹੋ ਅੱਜ ਨੇ ਕੁਲ ਕੇ ਗੱਲਾਂਬਾਤਾਂ ਉਹਨਾਂ ਦੇ ਜੀਵਨ ਤੇ ਹੋਈਆਂ ਸੋ ਅਗਲੇ ਐਪੀਸੋਡ ਦੇ ਵਿੱਚ ਪੰਜਾਬ ਦੇ ਕਿਸੇ ਹੋਰ ਵੱਡੇ ਸਿਆਸਤਦਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਸੀ ਜੁੜੇ ਰਹੋ ਅਖਰ ਦੇ ਨਾਲ